ਜਿਸ ਦੇ ਉੱਤੇ ਉਹ ਬੈਕਅਪ ਨਹੀਂ ਮਿਲਦਾ, ਉਹ ਚੀਜ਼ ਨਹੀਂ ਹੈਗੀ। ਮੈਂ ਇੱਕ ਛੋਟਾ ਜਿਹਾ ਵੀਡੀਓ ਕੈਮਰਾ ਸੀ ਮੇਰੇ ਕੋਲ, ਮੈਂ ਸਮਝ ਲਓ ਕਿ ਮੋਬਾਈਲ ਵਰਜ਼ਨ ਨਹੀਂ ਕਹਿ ਲਓ ਤੁਸੀਂ ਉਹਨੂੰ, ਇੰਨੀ ਹਲਕੀ ਉਹਦੀ ਵੀਡੀਓ ਬਣਦੀ ਸੀ। ਉਹਨੂੰ ਲੈ ਕੇ ਜਦੋਂ ਮੈਂ ਨਿਕਲਿਆ, ਔਰ ਫਿਰ ਕੁਛ ਨਾ ਪੁੱਛੋ ਕਿ ਮੈਂ ਪਹਿਲਾਂ ਗੁਰਦੁਆਰਾ ਕਵਰ ਕੀਤਾ, ਔਰ ਮੇਰੇ ਭੈਣਾਂ ਭਰਾਵਾਂ ਨੇ ਮੈਨੂੰ ਕਿੰਨਾ ਕੁ ਮਾਣ ਦਿੱਤਾ ਇੱਕ ਗੁਰਦੁਆਰਾ ਕਵਰ ਕਰਨ ਤੋਂ। ਮੈਂ ਕਿਹਾ ਯਾਰ, ਮੈਂ ਤਾਂ 3 ਸਾਲ ਤੋਂ ਲੱਗਾ ਹੋਇਆ ਸੀ, ਕਿਸੇ ਨੇ ਦੇਖਿਆ ਵੀ ਨਹੀਂ ਪਿਕਚਰਸ ਦੇ ਉੱਤੇ, ਬੱਲੇ ਬੱਲੇ ਵਾਹਵਾ ਵਾਹਵਾ ਹੋ ਰਹੀ ਸੀ। ਲੇਕਿਨ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਪੰਜਾਬੀ ਦੇ ਉੱਤੇ ਫੁੱਲ ਕਮਾਂਡ ਆ, ਕਿਉਂਕਿ ਮੈਂ ਇੰਟਰਮੀਡੀਏਟ ਪੰਜਾਬੀ ਨਾ ਕੀਤੀ ਸੀ, ਅਤੇ ਮੇਰੇ ਉਸਤਾਦਾਂ ਨੇ ਵੀ ਕਿਹਾ ਕਿ ਤੂੰ, ਤੇਰੀ ਪੰਜਾਬੀ ਅੱਛੀ ਹੈ, ਤੂੰ ਬੋਲਿਆ ਕਰ, ਮਾਝੀ ਸੋਹਣੀ ਬੋਲਦਾ ਤੂੰ। ਮੈਂ ਕਿਹਾ ਠੀਕ ਹੈ ਜੀ। ਬਸ ਜੀ, ਉੱਥੋਂ ਸਫ਼ਰ ਸ਼ੁਰੂ ਹੁੰਦਾ, ਔਰ ਉੱਥੋਂ ਮੇਰਾ ਜਨੂੰਨ ਜਿਹੜਾ ਫਿਰ ਜਾਗਦਾ, ਔਰ ਟਿਲ ਨਾਉ ਮੈਂ ਕਹਾਂਗਾ, ਮੈਂ ਕਹਿੰਦਾ ਹਾਂ ਮੇਰਾ ਜਨੂੰਨ ਕਿੱਥੇ ਕਿੱਥੇ ਲੈ ਕੇ ਜਾਏਗਾ, ਅਤੇ ਮੇਰਾ ਜਨੂੰਨ ਮੈਨੂੰ ਅਮੈਰੀਕਾ ਲੈ ਕੇ ਆ ਗਿਆ। ਔਰ ਆਲ ਮੈਂ ਕਹਾਂਗਾ ਕਿ ਸਾਰੀ ਦੁਨੀਆ ਦੇ ਵਿੱਚੋਂ ਡਾਕਟਰ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੇਰੀ ਐਫਰਟ ਸ਼ਾਇਦ ਨਜ਼ਰ ਆਉਂਦੀ ਸੀ, ਜਿਹੜੇ ਚਾਹੁੰਦੇ ਸਨ ਕਿ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ, ਔਰ ਇੱਥੇ ਆ ਕੇ ਗੁਰੂ ਘਰਾਂ ਦੇ ਵਿੱਚ ਲੋਕਾਂ ਨੂੰ। 12 ਲੋਕਾਂ ਨੇ ਮੇਰੇ ਨਾਲ ਕੋਂਟੈਕਟ ਕੀਤਾ ਸੀ, ਲੇਕਿਨ ਹੁਣ ਤੱਕ ਮੈਂ 20 ਪ੍ਰੋਗਰਾਮ ਕਰ ਚੁੱਕਿਆ ਵਾਂ। ਜਿੱਥੇ ਜਾਣਾ ਮੈਨੂੰ ਅੱਗੇ 4 ਅਲੈਦਾ ਤੋਂ ਮਿਲ ਜਾਂਦੇ ਨੇ ਕਿ ਤੁਸੀਂ ਸਾਡੇ ਵੀ ਗੁਰੂ ਘਰ ਆਓ। ਤਾਂ ਮੈਂ ਬੇਸਿਕਲੀ ਮੈਂ ਕਹਾਂਗਾ ਕਿ ਮੇਰੀ ਇੱਕ ਜਿਹੜੀ ਫੈਮਿਲੀ ਹੈ ਉਹ ਸੂਫੀ ਫੈਮਿਲੀਜ਼ ਤੋਂ ਹੀ ਬਿਲੋਂਗ ਕਰਦੀ ਹੈ, ਅਤੇ ਮੈਨੂੰ ਮੈਂ ਰਿਸਪੈਕਟ ਕਰਦਾ ਵਾਂ ਹਰ ਧਰਮ ਦੀ। ਮੇਰੇ ਲਈ ਹਰ ਇਨਸਾਨ ਬਰਾਬਰ ਹੈ, ਹਿਊਮੈਨਿਟੀ ਪਹਿਲੇ ਹੈ ਮੇਰੇ ਲਈ, ਬਾਕੀ ਚੀਜ਼ਾਂ ਵਾਧੋ ਨੇ। ਜਿੱਦਾਂ ਬਾਬਾ ਗੁਰੂ ਨਾਨਕ ਸਾਹਿਬ ਦੀ ਮੈਂ ਮਿਸਾਲ ਦਿੰਦਾ ਵਾਂ, ਬਾਬਾ ਫਰੀਦ ਜੀ ਦੀ ਮਿਸਾਲ ਦਿੰਦਾ, ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਈ ਬੁੱਧੂ ਸ਼ਾਹ, ਸਾਈਂ ਮੀਆਂ ਮੀਰ, ਇਹਨਾਂ ਨੂੰ ਅਗਰ ਬੰਦਾ ਦੇਖੇ ਤਾਂ ਇਹਨਾਂ ਦੀ ਕੀ ਸਨ, ਇਹਨਾਂ ਦੀ ਤਾਲੀਮਾਤ ਸਿਰਫ਼ ਔਰ ਸਿਰਫ਼ ਇਨਸਾਨੀਅਤ ਦੇ ਨਾਲ ਸੀ, ਔਰ ਲੋਕਾਂ ਨੂੰ ਇੱਦਾਂ ਜੋੜ ਕੇ ਰੱਖਿਆ ਸੀ ਇਹਨਾਂ ਨੇ। ਅਤੇ ਮੈਂ ਇਹਨਾਂ ਸਾਰਿਆਂ ਦੀ ਤਾਲੀਮਾਂ ਤੋਂ ਬਹੁਤ ਜ਼ਿਆਦਾ ਮੁਤਾਸਰ ਹਾਂ, ਔਰ ਮੇਰੀ ਪੈਦਾਇਸ਼ ਜਿਹੜੀ ਸੀ ਬਾਬਾ ਗੁਰੂ ਨਾਨਕ ਸਾਹਿਬ ਜਿੱਥੇ ਜੋਤੀ ਜੋਤ ਸਮਾਏ ਨੇ, ਜਿੱਥੇ ਉਹਨਾਂ ਨੇ 18.5 ਸਾਲ ਜ਼ਿੰਦਗੀ ਦੇ ਗੁਜ਼ਾਰੇ, ਉਹ ਦਰਬਾਰ ਸਾਹਿਬ ਕਰਤਾਰਪੁਰ ਹੈ, ਉੱਥੋਂ ਅੱਗੇ ਥੋੜ੍ਹਾ ਜਿਹਾ ਪੱਟੀ ਦੇ ਅੱਗੇ ਚਲੇ ਜਾਓ, ਗੁਰਦਾਸਪੁਰ ਪੱਟੀ ਜਿਹੜੀ ਹੈ, ਔਰ ਥੋੜ੍ਹਾ ਅੱਗੇ ਚੱਲੋ ਅਤੇ ਅੱਜ ਕੱਲ੍ਹ ਸ਼ਕਰਗੜ੍ਹ ਦਾ ਏਰੀਆ ਆਉਂਦਾ, ਮੀਰਪੁਰ ਗੁਜਰਾਂ, ਮੇਰੇ ਨਾਨਕੇ ਪਿੰਡ ਵਿੱਚ ਮੇਰਾ ਜਨਮ ਹੁੰਦਾ, ਉੱਥੇ ਹੀ 8.5 ਕਿਲੋਮੀਟਰ ਦੇ ਫਾਸਲੇ ਦੇ ਉੱਤੇ। ਅਤੇ ਕੁਛ ਲੋਕ ਕਹਿੰਦੇ ਨੇ ਫਿਰ ਤੇਰਾ ਕਸੂਰ ਨਹੀਂ ਹੈ, ਤੈਨੂੰ ਉੱਥੋਂ ਹੀ ਲੋੜ ਲੱਗ ਗਈ ਸੀ। ਐਨੀਵੇ ਜੀ, ਹੁਣ ਤੱਕ ਮੈਂ ਤਕਰੀਬਨ 400 ਦੇ ਕਰੀਬ ਮੰਦਰਸ ਔਰ 1000 ਦੇ ਕਰੀਬ ਸਿੱਖ ਹਿਸਟੋਰੀਕਲ ਪਲੇਸਿਸ ਜਿਹੜੇ ਨੇ ਉਹਨਾਂ ਨੂੰ ਮੈਂ ਡਿਸਕਵਰ ਕਰ ਚੁੱਕਿਆ ਵਾਂ, ਔਰ ਜਿਹਦੇ 'ਚ ਮੇਰੇ ਕੋਲ 1.5 TB ਦਾ ਰਿਕਾਰਡ ਜਿਹੜਾ ਮੇਰੇ ਕੋਲ ਪਿਆ ਹੋਇਆ ਇਸ ਚੀਜ਼ ਦੇ ਮੁਤਾਬਿਕ, ਜਿਹੜਾ ਸਾਰਾ ਮੈਂ ਹਾਲੇ ਕਹਾਂਗਾ ਕਿ ਮੈਂ ਉਹਦੇ ਵਿੱਚੋਂ ਲੂਣ ਵੀ ਨਹੀਂ ਕੱਢ ਪਾਇਆ, ਜੋ ਇੰਨਾ ਕੁ ਚੂੰਡੀ ਜਿਹੜੀ ਹੁੰਦੀ ਹੈ ਨਾ ਆਟੇ 'ਚ ਪਾਣੀ, ਮੈਂ ਤਾਂ ਸਿਰਫ ਉਹਨਾਂ ਕੁ ਕਰ ਪਾਇਆ ਹਾਲੇ ਤੱਕ। ਅਤੇ ਹਾਲੇ ਬਹੁਤ ਕੁਛ ਐਸਾ ਪਿਆ ਹੋਇਆ ਜਿੱਥੇ ਤੱਕ ਮੇਰੀ ਪਹੁੰਚ ਹੀ ਨਹੀਂ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਕਿ ਅਗਰ ਇਸਲਾਮਾਬਾਦ ਤੋਂ ਪਾਕਿਸਤਾਨ ਦਾ ਪੰਜਾਬ ਸ਼ੁਰੂ ਕਰੋ ਤਾਂ ਰਹੀਮ ਯਾਰ ਖਾਂ ਆਖਰੀ ਬਾਉਂਡਰੀ ਹੈ, 16 ਘੰਟੇ ਲੰਮਾ ਪੰਜਾਬ ਹੈ ਸਾਡਾ। ਤੁਸੀਂ ਅੰਦਾਜ਼ਾ ਕਰੋ ਕਿ ਹਾਲੇ ਮੈਂ ਸੈਂਟਰ ਔਰ ਨੌਰਥ ਵੈਸਟ ਤੱਕ ਪਹੁੰਚਿਆ ਵਾਂ, ਹਾਲੇ ਮੇਰਾ ਵੈਸਟ ਪੂਰਾ ਰਹਿੰਦਾ, ਸਾਊਥ ਮੇਰਾ ਪੂਰਾ ਰਹਿੰਦਾ। ਗੁਰਦੁਆਰਾ ਬਾਈ ਜੋਗਾ ਸਿੰਘ ਦੇ ਵਿੱਚ ਲਾਸਟ ਈਅਰ ਜਿਹੜਾ ਗੁਰੂ ਪੁਰਬ ਹੋਇਆ ਸੀ, ਉਹਦੀ ਇੱਕ ਝਲਕ ਹੈ ਕਿ ਇਹ ਉਹ ਬੱਚੇ ਨੇ, ਤੀਵੀਆਂ ਨੇ ਔਰ ਛੋਟੀਆਂ ਬੱਚੀਆਂ ਨੇ ਜਿਹੜੀਆਂ ਕਿ ਸਿੱਖੀ ਦਾ ਰੂਪ ਲੈ ਕੇ। ਮੈਂ ਕਹਾਂਗਾ ਅਗਰ ਪਾਕਿਸਤਾਨ ਦੇ ਵਿੱਚ ਅਗਰ ਕੋਈ ਸਿੱਖ ਸੰਗਤ ਤੁਸੀਂ ਦੇਖਣੀ ਹੈ, ਜਿਨ੍ਹਾਂ ਤੋਂ ਮੈਂ ਵੀ ਜਾ ਕੇ ਸਿੱਖਦਾ ਵਾਂ, ਤਾਂ ਇਹ ਸਿੱਖ ਸੰਗਤ ਹੈ। ਇੰਨੇ ਅੱਛੇ ਮੋਰਲ ਨੇ ਇਹਨਾਂ ਦੇ ਔਰ ਇੰਨਾ ਅੱਛਾ ਰਿਕਾਰਡ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਅੱਜ ਤੱਕ ਇਸ ਕਮਿਊਨਿਟੀ ਬਾਰੇ ਕੋਈ ਕੇਸ ਰਜਿਸਟਰਡ ਨਹੀਂ ਹੈ। 20,000 ਦੇ ਕਰੀਬ ਹੈ ਕਮਿਊਨਿਟੀ, ਔਰ ਉੱਥੇ ਇੱਕ ਗੱਲ ਬਹੁਤ ਮਸ਼ਹੂਰ ਹੈ ਪਾਕਿਸਤਾਨ ਅੰਦਰ, ਜਿਸ ਜਗ੍ਹਾ 'ਤੇ ਵੀ ਤੁਸੀਂ ਚਲੇ ਜਾਓ, ਗੁਰੂ ਸਿੱਖ ਝੂਠ ਨਹੀਂ ਬੋਲਦਾ। ਔਰ ਇਹ ਕਮਿਊਨਿਟੀ ਇੰਨੀ ਮਜ਼ੇਦਾਰ ਕਮਿਊਨਿਟੀ ਹੈ ਕਿ ਅਗਰ ਯੂਨੀਵਰਸਿਟੀ ਦੇ ਇੱਕ ਵੱਡੇ ਬਾਜ਼ਾਰ ਦੇ ਵਿੱਚ ਕਿਸੇ ਇੱਕ ਬੰਦੇ ਦੀ ਦੁਕਾਨ ਹੈ, ਵਿਅਕਤੀ ਦੀ ਦੁਕਾਨ ਹੈ, ਤਾਂ ਦੂਸਰਾ ਬੰਦਾ ਦੁਕਾਨ ਨਹੀਂ ਖੋਲ੍ਹਦਾ। ਚਾਹੇ ਉਹ ਹਕੀਮ ਹੈ, ਚਾਹੇ ਉਹ ਵੇਦ ਹੈ, ਚਾਹੇ ਉਹ ਕੋਸਮੈਟਿਕਸ ਵਾਲਾ ਹੈ, ਚਾਹੇ ਉਹ ਜਿਊਲਰੀ ਵਾਲਾ ਹੈ, ਇੰਨੇ ਸੋਹਣੇ ਔਰ ਇੰਨੇ ਅੱਛੇ। ਔਰ ਇਹ ਤਮਾਮ ਬੱਚੇ ਜਿਹੜੇ ਨੇ, ਮੈਂ ਕਹਾਂਗਾ ਕਿ ਗੁਰੂ ਅੰਗਦ ਦੇਵ ਖਾਲਸਾ ਸਕੂਲ ਜਿਹੜਾ ਉੱਥੇ ਧਾਰਮਿਕ ਸਕੂਲ ਦੇ ਵਿੱਚ ਪੜ੍ਹਦੇ ਨੇ, ਬਾਈ ਜੋਗਾ ਸਿੰਘ ਧਾਰਮਿਕ ਸਕੂਲ ਦੇ ਵਿੱਚ ਪੜ੍ਹਦੇ ਨੇ, 2 ਵਜੇ ਤੱਕ ਆਪਣੀ ਐਜੂਕੇਸ਼ਨ ਲੈਂਦੇ ਨੇ ਗੌਰਮੈਂਟ ਦੇ ਸਕੂਲ ਦੇ ਵਿੱਚ, 2 ਵਜੇ ਤੋਂ ਬਾਅਦ 2:30 ਵਜੇ ਇਹਨਾਂ ਦਾ ਸਕੂਲ ਸ਼ੁਰੂ ਹੁੰਦਾ, 5 ਵਜੇ ਤੱਕ ਸ਼ਾਮ ਨੂੰ ਆਪਣੀ ਧਾਰਮਿਕ, 10 ਸਾਲ ਦਾ ਹਰ ਬੱਚਾ ਜਿਹੜਾ ਪਾਠ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਮੁਤਾਲਾ ਕਰਦਾ, ਪੜ੍ਹਦਾ, ਐਜੂਕੇਸ਼ਨ ਔਰ ਪਿਓਰਲੀ ਮੈਂ ਕਹਾਂਗਾ ਕਿ ਉਹ ਜਿਹੜੇ ਨੇ, ਅਗਰ ਕਹੀਏ ਅਸੀਂ ਕਿ ਅੰਮ੍ਰਿਤਧਾਰੀ ਨੇ, ਤਾਂ ਬੱਚੇ ਅੰਮ੍ਰਿਤਧਾਰੀ ਨੇ। ਨਹੀਂ, ਇਹ ਸਾਰੇ ਜਿਹੜੇ ਸਨ 47 ਦੇ ਵਿੱਚ ਉਹ ਲੋਕ ਨੇ ਜਿਹੜੇ ਨੌਰਥ ਵੈਸਟ ਦੀਆਂ ਪਹਾੜੀਆਂ ਦੇ ਵਿੱਚ ਚਲੇ ਗਏ ਸਨ। ਉੱਥੇ 4 ਟ੍ਰਾਈਬ ਸਨ, ਉਹਨਾਂ ਨੇ
ਇਹ ਜਿਹੜੇ ਮਤਲਬ ਕਿ ਇਹਨਾਂ ਦੇ ਵਿੱਚ ਵੀ ਅਫਰੀਦੀ ਨੇ, ਇਹਨਾਂ ਦੇ ਵਿੱਚ ਵੀ ਖਟਕ ਮੌਜੂਦ ਨੇ, ਇਹਨਾਂ ਦੇ ਵਿੱਚ ਵੀ ਦੇ ਮੈਂ ਬੜਾ ਕਦੀ 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 ਹੱਸੀ ਆਉਂਦੀ ਹੈ ਮੈਨੂੰ ਕਿ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਆਰ ਪਹਿਲੇ ਅਸੀਂ ਫਿਰ ਸਿੱਖ ਹਾਂ, ਅਸੀਂ ਪਹਿਲੇ ਪਠਾਣਾ ਫਿਰ ਅਸੀਂ ਸਿੱਖ ਹਾਂ, ਯਾਨੀ ਕਿ ਦੇਰ ਪਸ਼ਤੋ ਸਪੀਕਿੰਗ ਟੋਟਲੀ। ਹਾਂਜੀ, ਔਰ ਉਹਨਾਂ ਦਾ ਫੂਡ ਲੈਣਾ ਬਹਿਣਾ ਬਿਲਕੁਲ ਸਾਰਾ ਦਾ ਸਾਰਾ ਜਿਹੜਾ ਬਿਲਕੁਲ ਜਿਹੜਾ ਨਾ ਉਹ ਪਠਾਣਾ ਦੀ ਤਰ੍ਹਾਂ, ਤੁਸੀਂ ਬੱਚਿਆਂ ਦੀ ਲੁੱਕ ਵੀ ਦੇਖ ਸਕਦੇ ਹੋ ਬਿਲਕੁਲ, ਉਹ ਹੈਗੇ ਗੋਰੇ ਗੋਰੇ ਉੱਦਾਂ ਦੇ ਹੀ ਆ ਜਿੱਦਾਂ ਪਠਾਨ ਹੁੰਦੇ ਨੇ। ਇਹ ਜੀ ਗੁਰਦੁਆਰਾ ਬਾਈ ਜੋਗਾ ਸਿੰਘ ਪਿਸ਼ਾਵਰ, ਇਹਦੀ ਹਿਸਟਰੀ ਹੈ ਕਿ ਇਹ ਗੁਰਦੁਆਰੇ ਦੀ ਸੇਵਾ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਹਿਲੇ 10 ਸਾਲਾਂ ਦੇ ਵਿੱਚ ਕਰਵਾਈ ਸੀ। ਬਾਈ ਜੋਗਾ ਸਿੰਘ ਜੀ ਦੇ ਮਤਲਬ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਕਦਮਾਂ 'ਚ ਜਦੋਂ ਹਾਜ਼ਰ ਹੋਇਆ ਚਰਨਾਂ 'ਚ ਉਹਨਾਂ ਦੇ, ਤਾਂ ਉਹਨਾਂ ਨੇ ਪੁੱਛਿਆ ਵੀ ਕੌਣ ਹੈ ਤੂੰ, ਤਾਂ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਹੈ ਜੋਗਾ। ਤਾਂ ਉਹਨਾਂ ਨੇ ਕਿਹਾ ਜੀ ਜੋਗਾ ਕੀ ਹੋਇਆ, ਉਹਨਾਂ ਕਿਹਾ ਫਿਰ ਤੂੰ ਸਾਡੇ ਜੋਗਾ ਹੀ ਹੈ ਇਹਦਾ ਮਤਲਬ ਹੈ। ਤਾਂ ਫਿਰ ਉੱਥੋਂ ਇਹਨਾਂ ਦਾ ਨਾਮ ਜਿਹੜਾ ਸੀ ਜੋਗਾ ਸਿੰਘ ਪਿਆ ਸੀ। ਔਰ ਬਹੁਤ ਜ਼ਿਆਦਾ ਸਾਰਾ ਇਹਨਾਂ ਦਾ ਨਾਮ ਪਹਿਲੇ ਖਰਾਬ ਸੀ, ਲੇਕਿਨ ਜਦੋਂ ਗੁਰਸਿੱਖ ਹੋਏ ਤਾਂ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਔਰ ਇਹਨਾਂ ਨੂੰ ਬਾਈ ਦਾ ਦਰਜਾ ਦਿੱਤਾ ਗਿਆ। ਔਰ ਬਾਈ ਜੋਗਾ ਸਿੰਘ ਦੇ ਨਾਮ ਦੇ ਉੱਤੇ ਇਹ ਗੁਰਦੁਆਰਾ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਸਾਰਿਆ ਗਿਆ ਸੀ। ਜਨਰਲ ਹਰੀ ਸਿੰਘ ਨਲਵਾ ਜੀ ਦੇ ਕਮਾਂਡ ਦੇ ਵਿੱਚ ਇਹ ਗੁਰਦੁਆਰਾ ਆਪਣੀ ਓਰਿਜਿਨਲ ਹਾਲਤ ਦੇ ਵਿੱਚ ਅੱਜ ਵੀ ਮੌਜੂਦ ਹੈ ਉੱਥੇ। ਔਰ ਸੰਗਤ ਅਗਰ ਦੇਖਣ ਲਈਏ ਤਾਂ ਐਸੇ ਗੁਰੂ ਘਰ ਦੇ ਵਿੱਚ ਮੁਕੰਮਲ ਜਿਹੜਾ ਕੰਟਰੋਲ ਹੈ ਇੱਥੇ ਸੰਗਤ ਦਾ ਹੈ। ਇੱਥੇ ਸਿਕਿਉਰਿਟੀ ਗਵਰਨਮੈਂਟ ਦੀ ਹੈਗੀ, ਲੇਕਿਨ ਲੰਗਰ ਔਰ ਨਗਰ ਮੈਂ ਕਹਾਂਗਾ ਕਿ ਗੁਰੂ ਪੁਰਬ ਅਗਰ ਕਿਸੇ ਨੇ ਦੇਖਣਾ ਤਾਂ ਇਸ ਗੁਰੂ ਘਰ 'ਚ ਆ ਕੇ ਦੇਖੋ ਕਿ ਫੁੱਲਾਂ ਦੇ ਨਾਲ ਓਨਾ ਭਾਰ ਸ਼ਾਇਦ ਗੁਰੂ ਘਰ ਦਾ ਨਾ ਹੋਏ ਜਿੰਨਾ ਫੁੱਲ ਲਾ ਕੇ ਉਹਦਾ ਭਾਰ ਜਿਹੜਾ ਬਣਾ ਦਿੰਦੇ ਨੇ। ਇਹ ਜੀ ਗੁਰਦੁਆਰਾ ਬਾਈ ਬੀਬਾ ਸਿੰਘ ਪਿਸ਼ਾਵਰ ਹਸ਼ਤਨਗਰੀ। ਹਸ਼ਤਨਗਰੀ ਇੱਕ ਬਾਜ਼ਾਰ ਹੈ ਜੀ ਆਪਣਾ ਪਿਸ਼ਾਵਰ ਦੇ ਅੰਦਰ। ਉੱਥੇ ਗੁਰੂ ਘਰ ਤਕਰੀਬਨ 73 ਈਅਰਸ 73 ਸਾਲ ਤੱਕ ਬੰਦ ਰਿਹਾ ਹੈ ਗੁਰੂ ਘਰ, ਕਿਉਂਕਿ ਵੰਡ ਤੋਂ ਤਕਰੀਬਨ 3 ਸਾਲ ਪਹਿਲੇ ਹੀ ਇਸ ਗੁਰੂ ਘਰ ਨੂੰ ਮਤਲਬ ਕਿ ਸ਼ਰ ਦੀ ਵਜ੍ਹਾ ਨਾਲ ਜਾਂ ਕੋਈ ਲੜਾਈ ਝਗੜਾ ਨਾ ਹੋ ਜਾਏ, ਹਾਲਾਂ ਇੱਥੇ ਕੁਛ ਵੀ ਨਹੀਂ ਸੀ ਹੋਇਆ, ਉਹਦੇ ਡਰ ਤੋਂ ਹੀ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਗੁਰੂ ਘਰ ਨੂੰ। ਲੇਕਿਨ 73 ਸਾਲ ਬਾਅਦ ਗੌਰਮੈਂਟ ਆਫ ਪਾਕਿਸਤਾਨ, ਔਰ ਮੈਂ ਕਹਾਂਗਾ ਕਿ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਵਿਕਿਊਟਰਸ ਦਾ ਔਰ ਸਿੱਖ ਸੰਗਤ ਦਾ ਵੀ, ਔਰ ਰਾਈਟਰ ਸਾਡੇ ਜਿਹੜੇ ਹਿਸਟੋਰੀਅਨ ਨੇ ਅਸੀਂ ਸਾਰਿਆਂ ਨੇ ਰਲ ਕੇ ਕਾਫੀ ਇਹਦੇ 'ਤੇ ਲਿਖਿਆ ਵੀ, ਅਸੀਂ ਕਾਫੀ ਕੁਛ ਬੋਲਿਆ ਇਹਦੇ 'ਤੇ। ਔਰ ਗੌਰਮੈਂਟ ਨੇ ਇਹ ਦੂਸਰਾ ਗੁਰੂ ਘਰ ਜਿਹੜਾ ਪਿਸ਼ਾਵਰ ਦੀ ਸੰਗਤ ਦੇ ਹਵਾਲੇ ਕਰ ਦਿੱਤਾ। ਲੈਫਟ ਸਾਈਡ ਦੇ ਉੱਤੇ 73 ਸਾਲ ਬੰਦ ਰਹਿਣ ਤੋਂ ਬਾਅਦ ਵੀ ਗੁਰੂ ਘਰ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਔਰ ਰਾਈਟ ਸਾਈਡ ਦੇ ਉੱਤੇ ਹੁਣ 9 ਡੇਜ਼ ਸੁਬਹਾ ਸ਼ਾਮ ਪਾਠ ਹੁੰਦਾ, ਅਰਦਾਸ ਹੁੰਦੀ ਹੈ ਇੱਥੇ। ਇਹ ਉਹ ਇਹ ਤੁਹਾਡੀ ਉਹ ਜਿਹੜੀ ਦੁਆ ਤੁਸੀਂ ਸੁਬਹਾ ਸ਼ਾਮ ਕਰਦੇ ਹੋ ਨਾ ਕਿ ਸੇਵਾ ਸੰਭਾਲ ਜਿਹੜੀ ਹੈ ਖਾਲਸਾ ਜੀ ਨੂੰ ਬਖਸ਼ੀ ਜਾਵੇ, ਅਤੇ ਉਹ ਦੁਆ ਜਿਹੜੀ ਹੈ ਕਿਤੇ ਨਾ ਕਿਤੇ ਜਾ ਕੇ ਪੂਰੀ ਜ਼ਰੂਰ ਹੋਈ ਹੈ। ਗੁਰਦੁਆਰਾ ਸ੍ਰੀ ਨਿਹੰਗ ਸਿੰਘ ਨੌਸ਼ਹਿਰਾ KPK। ਇਹ ਅੱਗੇ ਜਿਹੜੀ ਨਜ਼ਰ ਆ ਰਹੀ ਹੈ ਤੁਹਾਨੂੰ, ਇਹ ਬਾਬਾ ਫੂਲਾ ਸਿੰਘ ਅਕਾਲੀ ਜੀ ਦੀ ਸਮਾਧ ਹੈ। ਬੈਕ ਸਾਈਡ ਦੇ ਉੱਤੇ ਜਿਹੜਾ ਉੱਚਾ ਚੁਬਾਰਾ ਤੁਹਾਨੂੰ ਨਜ਼ਰ ਆ ਰਿਹਾ ਨਿਹੰਗ ਸਿੰਘ ਦੀ ਜਿਹੜੀ ਹੈ ਇਹ ਚੌਕੀ ਹੈ, ਕੰਟੋਨਮੈਂਟ ਹੈ। ਰਾਈਟ ਸਾਈਡ ਦੇ ਉੱਤੇ ਤੁਹਾਨੂੰ ਪਿੱਛੇ ਜਿਹੜੀ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਗੁਰਦੁਆਰਾ ਹੈ। 3 ਚੀਜ਼ਾਂ ਇੱਕੋ ਹੀ ਜਗ੍ਹਾ ਦੇ ਉੱਤੇ ਨੇ। ਕਾਬਲ ਰਿਵਰ 'ਤੇ ਨੇ, ਇਹਦੀ ਇਹ ਹਾਲਤ ਜਿਹੜੀ ਹੈ 2010 ਦੇ ਵਿੱਚ ਜਿਹੜਾ ਹੜ੍ਹ ਆਇਆ 20 ਫੁੱਟ ਉੱਚਾ ਹੜ੍ਹ ਸੀ, ਉਹ ਕਾਬਲ ਤੋਂ ਆਇਆ ਅਫਗਾਨਿਸਤਾਨ ਤੋਂ, ਕਿਉਂਕਿ ਇਹ ਬਾਰਡਰ ਦੇ ਬਿਲਕੁਲ ਨਜ਼ਦੀਕ ਨਜ਼ਦੀਕ ਏਰੀਆ, ਅਤੇ ਹੜ੍ਹ ਜਿਹੜਾ ਇਹਦੇ ਤੋਂ 24 ਘੰਟੇ ਪਾਣੀ ਉੱਤੋਂ ਦੀ ਲੰਘਿਆ, ਅਤੇ ਬਾਰੀਆਂ ਬੂਹੇ ਹਰ ਚੀਜ਼ ਰੋੜ ਕੇ ਲੈ ਗਿਆ ਉਹ। ਲੇਕਿਨ ਇਹਦੇ ਨਾਲ ਨਵੇਂ ਲੱਗੀ ਹੋਈ ਬਹੁਤ ਵੱਡੀ ਜ਼ਮੀਨ ਜਿਹੜੀ ਅੱਜ ਵੀ ਖਾਲੀ ਹੈ, ਜਿੱਥੇ ਸਿਰਫ ਐਗਰੀਕਲ ਰਿਸਰਚ ਵਾਲੇ ਕੋਈ ਉੱਥੇ ਖੇਤ ਖੂਤ ਲਾਉਂਦੇ ਨੇ ਉਹ, ਲੇਕਿਨ ਗੁਰੂ ਘਰ ਵੀ ਖਾਲੀ ਪਿਆ ਹੋਇਆ। ਨਿਹੰਗ ਸਿੰਘ ਚੌਕੀ ਵੀ ਹੈ, ਇਹਦੇ 'ਚ ਯਾਤਰੀ ਨਿਵਾਸ ਹੈ, ਉਹ ਸਭ ਲੌਕਡ ਹੈ ਬਿਲਕੁਲ। ਗੁਰਦੁਆਰਾ ਸੰਤ ਬਾਈ ਕਰਮ ਸਿੰਘ ਮਰਦਾਨ ਹੋਤੀ ਵਾਲੇ, ਇਹ ਗੁਰੂ ਘਰ ਦੇ ਮੁਤਲਕ, ਇੱਕ ਤਾਂ ਪੁਰਾਣਾ ਗੁਰੂ ਘਰ ਹੈ ਇਸੇ ਨਾਮ 'ਤੇ, ਅਤੇ ਇੱਕ ਨਵਾਂ ਘਰ ਹੈ ਜੀ। ਇਹ ਤਕਰੀਬਨ 100 ਈਅਰਸ ਓਲਡ ਜਿਹੜੀ ਇੱਕ ਪਿਕਚਰ ਹੈ ਲੈਫਟ ਸਾਈਡ 'ਤੇ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੈ। ਰਾਈਟ ਸਾਈਡ ਦੇ ਉੱਤੇ ਇਹਨਾਂ ਦੇ ਨਾਮ ਦੇ ਉੱਤੇ ਇੱਕ ਗੁਰੂ ਘਰ ਹੋਰ ਬਣਾਇਆ ਗਿਆ। ਅਸਲ ਦੇ ਵਿੱਚ ਓਲਡ ਜਿਹੜਾ ਅਸਲ ਗੁਰੂ ਘਰ ਹੈ ਇਹ ਵਾਲਾ, ਉਹ ਥੋੜ੍ਹਾ ਜਿਹਾ ਪਿੱਛੇ ਹੈ, ਮੈਂ ਉੱਥੇ ਤੱਕ ਨਹੀਂ ਜਾ ਪਾਇਆ, ਲੇਕਿਨ ਉਸ ਨਾਮ ਦੇ ਉੱਤੇ ਇਹ ਜਿਹੜਾ ਗੁਰੂ ਘਰ ਜਿਹੜਾ ਨਵਾਂ ਬਣਿਆ ਹੋਇਆ ਜਾਂ ਬਣ ਰਿਹਾ, ਇਹਦੀ ਜਿਹੜੀ ਹੈ ਇੰਗਲੈਂਡ ਦੀ ਸੰਗਤ ਵੱਲੋਂ ਸੇਵਾ ਕਰਵਾਈ ਗਈ ਹੈ ਔਰ ਕਾਰ ਸੇਵਾ ਦੇ 'ਚ ਜਾਰੀ ਹੈ। ਇਹ ਇੱਕ ਹੋਰ ਗੁਰਦੁਆਰਾ ਹੈ ਜੀ ਉੱਥੇ ਮਰਦਾਨ ਹੋਤੀ ਦੇ ਵਿੱਚ। ਹਾਲਾਂਕਿ ਮਰਦਾਨ ਦੇ ਵਿੱਚ ਬਹੁਤ ਘੱਟ ਸੰਗਤ ਹੈ ਸਿੱਖ ਸੰਗਤ, ਲੇਕਿਨ ਉਹਦੇ ਬਾਵਜੂਦ ਉੱਥੇ ਜਿਹੜੇ ਐਕਟਿਵ 2 ਗੁਰਦੁਆਰੇ ਮੌਜੂਦ ਨੇ, ਇਹਨੂੰ ਪੰਚਾਇਤੀ ਗੁਰਦੁਆਰਾ ਕਿਹਾ ਜਾਂਦਾ ਹੈ। ਬਾਬੂ ਮੁਹੱਲੇ ਦੇ ਅੰਦਰ ਇਹ ਪੰਚਾਇਤੀ ਗੁਰਦੁਆਰਾ, ਜਦੋਂ ਸੰਗਤ ਇਕੱਠੀ ਹੁੰਦੀ ਹੈ ਕੋਈ ਦਿਨ ਤਿਉਹਾਰ ਆਉਂਦਾ, ਅਤੇ ਉਸ ਵੇਲੇ ਲੋਕ ਜਿਹੜੇ ਨੇ ਇੱਥੇ ਇਕੱਠੇ ਹੁੰਦੇ ਨੇ ਔਰ ਆਪਣੀ ਸੈਰਮਨੀਜ਼ ਜਿਹੜੀਆਂ ਨੇ ਉਹ ਅਟੈਂਡ ਕਰਦੀਆਂ ਨੇ।
ਇਹ ਹੈ ਜੀ ਇੱਕ ਮੋਨੂਮੈਂਟ 1879 ਦੇ ਵਿੱਚ ਜਿਹੜੇ ਪੰਜਾਬੀ ਸੂਰਮਿਆਂ ਨੇ ਆਪਣੀ ਜਾਨ ਦਿੱਤੀ ਸੀ ਤਿੰਨਾਂ ਧਰਮਾਂ ਦੇ। ਇਹ ਇੱਕ ਧਰਮ ਦਾ ਨਹੀਂ ਹੈ ਇਹਦੇ 'ਚ ਜ਼ਿਕਰ, ਇਹਦੇ 'ਚ ਮੁਸਲਿਮ, ਸਿੱਖ ਔਰ ਹਿੰਦੂ ਤਿੰਨੋਂ ਧਰਮਾਂ ਦੇ ਲੋਕਾਂ ਦੇ ਨਾਮ ਜਿਹੜੇ ਨੇ, ਅਗਰ ਪੂਰੀ ਗਿਣਤੀ ਕੀਤੀ ਜਾਏ ਤਾਂ ਘੱਟੋ ਘੱਟ 101 ਜਿਹੜਾ ਨਾਮ ਹੈ ਉਹ ਸਾਹਮਣੇ ਆਉਂਦਾ। ਮੈਨੂੰ ਬੜੀ ਉਸ ਵੇਲੇ ਖੁਸ਼ੀ ਹੋਈ ਜਦੋਂ ਇਹਦੇ 'ਚ ਨਾਲ ਹੀ ਮੁਹੰਮਦ ਲਿਖਿਆ ਹੋਇਆ, ਨਾਲ ਹੀ ਸਿੰਘ ਲਿਖਿਆ ਹੋਇਆ, ਨਾਲ ਹੀ ਰਾਮ ਲਿਖਿਆ ਹੋਇਆ, ਅਤੇ ਸਾਰਿਆਂ ਦੇ ਮਤਲਬ ਕਿ ਆਪਣੇ ਆਪਣੇ ਜਿਹੜੇ ਨੇ ਨਾ ਨੇਮ ਔਰ ਸਰਨੇਮਸ ਜਿਹੜੇ ਨੇ ਉਹ ਸਾਰੇ ਨਾ ਦੇ ਸਾਰੇ ਅੱਜ ਵੀ ਇਹ ਜਿਹੜਾ ਸਾਰਾ ਇਰੈਕਟਿਡ ਹੈ ਮਰਦਾਨ ਹੋਤੀ ਦੇ ਸੈਂਟਰ ਲਈ ਇੱਕ ਪਾਰਕ ਬਣਿਆ ਹੋਇਆ ਬ੍ਰਿਟਿਸ਼ ਨੇ ਬਣਾਇਆ ਉਹਦੇ ਵਿੱਚ ਲੱਗਾ ਹੋਇਆ। ਮੈਂ ਥੋੜ੍ਹੀ ਜਿਹੀ ਸ਼ਾਰਟ ਕਰ ਰਿਹਾ ਜੀ, ਮੈਨੂੰ ਰਾਤੀ ਬੈਠ ਕੇ ਸ਼ਾਰਟ ਕੀਤਾ ਸਾਰੀ ਬਰੀਫ ਨੂੰ, ਕਿਉਂਕਿ ਅਗਰ ਮੈਂ 2.5 ਘੰਟੇ ਵੀ ਲੱਗਾ ਰਹਾਂਗਾ ਫਿਰ ਖਤਮ ਨਹੀਂ ਹੋਏਗੀ ਉਹ। ਇਹ ਜੀ ਇਤਿਹਾਸਿਕ ਗੁਰਦੁਆਰਾ ਜੀ, ਗੁਰਦੁਆਰਾ ਬਾਈ ਥਾਨ ਸਿੰਘ ਹੈ, ਕੋਟ ਫਤਿਹ ਖਾਨ ਅਟਕ, ਜਿਹਨੂੰ ਕਿ ਕੈਮਲਪੁਰ ਕਿਹਾ ਜਾਂਦਾ, ਔਰ ਇਹ ਮੈਂ ਕਹਾਂਗਾ ਕਿ ਬਹੁਤ ਬਹੁਤ ਹੀ ਇੱਕ ਦੂਰ ਜਗ੍ਹਾ ਹੈ, ਰਾਵਲਪਿੰਡੀ ਤੋਂ ਵੀ ਘੱਟੋ ਘੱਟ 2.5 ਘੰਟੇ ਲੱਗ ਜਾਂਦੇ ਨੇ, ਔਰ ਇੰਡਸ ਤੋਂ ਪਹਿਲੇ ਹੀ ਜੰਡ ਵਾਲੇ ਰੋਡ ਦੇ ਉੱਤੇ ਅਗਰ ਜਾਓ ਤਾਂ ਕੋਟ ਫਤਿਹ ਖਾਨ ਆਉਂਦਾ ਹੈ, ਫਤਿਹ ਜੰਗ ਤੋਂ ਕੋਟ ਫਤਿਹ ਖਾਨ, ਔਰ ਕੋਟ ਫਤਿਹ ਖਾਨ ਦੇ ਵਿੱਚ ਇਹ ਗੁਰੂ ਘਰ ਜਿਹੜਾ ਬਾਈ ਥਾਨ ਸਿੰਘ ਜੀ ਦੇ ਨਾਮ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ 10 ਸਾਲਾਂ ਦੇ ਵਿੱਚ ਜਿਹੜਾ ਰਾਜ ਦੇ ਵਿੱਚ ਇਹ ਗੁਰੂ ਘਰ ਬਣਾਇਆ ਗਿਆ ਸੀ। ਬਾਈ ਥਾਨ ਸਿੰਘ ਜੀ ਮੁਤਲਕ ਵੀ ਇਹ ਕਿਹਾ ਜਾਂਦਾ ਹੈ ਕਿ ਇੱਕ ਨੇਕ ਪਾਰਸਾ ਆਦਮੀ ਸਨ ਅਤੇ ਗੁਰੂ ਸਿੱਖ ਹੋਏ ਨੇ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸੀ ਇਹ ਬਣਾਇਆ ਗਿਆ। ਇਹਦੇ ਵਿੱਚ ਇੱਕ ਖਾਸ ਗੱਲ ਐਵੇਂ ਕਿ ਇਹ ਵੀ ਗੁਰੂ ਘਰ ਜਿਹੜਾ ਬਿਲਕੁਲ ਖਾਲੀ ਪਿਆ ਹੋਇਆ, ਔਰ ਇਹਦੇ 'ਚ ਬਾਈ ਥਾਨ ਸਿੰਘ ਜੀ ਦੀ ਜਿਹੜੀ ਸਮਾਧ ਹੈ ਉੱਥੇ ਮੁਸਲਿਮ ਲੋਕਾਂ ਵੱਲੋਂ ਇੱਕ ਚਾਦਰ ਸਬਜ਼ ਪਾਈ ਹੋਈ ਹੈ, ਔਰ ਕਈ ਲੋਕ ਉੱਥੇ ਲੂਣ ਦਾ ਚੜਾਵਾ ਚਾੜਦੇ ਨੇ, ਔਰ ਕਈ ਲੋਕ ਕਣਕ ਪਾ ਕੇ ਜਾਂਦੇ ਨੇ ਕਿ ਪਰਿੰਦੇ ਉੱਥੇ ਖਾ ਕੇ ਜਾਣ। ਅਸੀਂ ਇਹਦੇ ਮੁਤਲਕ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਗੁਰੂ ਘਰ ਜਿਹੜੀ ਹੈ ਬੜੀ ਬਹੁਤ ਖੂਬਸੂਰਤ ਪਲੇਸ ਹੈ, ਇਹ ਛੋਟਾ ਜਿਹਾ ਡੋਮ ਨਹੀਂ ਹੈ। ਅਗਰ ਤੁਸੀਂ ਮੈਂ ਦੇ ਲਾਗੇ ਕੋਈ ਲੋਕ ਜਿਹੜੇ ਮੈਨੂੰ ਫੋਲੋ ਕਰਦੇ ਨੇ, ਮੈਂ ਇੰਨਾ ਜਿੰਨਾ ਬਿਲਕੁਲ ਚਿੜੀ ਜਿੰਨਾ ਨਜ਼ਰ ਆਉਂਦਾ ਵਾਂ ਲਾਗੇ ਜਦੋਂ ਤਸਵੀਰ ਜਾ ਕੇ ਮੈਂ ਇਹਦੀ ਬਣਾਈ ਹੈ, ਇੰਨਾ ਵੱਡਾ ਗੁੰਬਦ ਇਹਦਾ। ਔਰ ਹੈਰਾਨ ਹਾਂ ਮੈਂ ਕਿ ਉਸ ਵੇਲੇ ਨਾ ਕੋਈ ਲੈਂਟਰ ਦਾ ਹੁੰਦਾ ਸੀ, ਨਾ ਕੁਛ ਸੀ, ਕੱਚ ਚੂਨਾਗਰੀ ਜਿਹੜੀ ਹੈ ਉਹਦੇ ਨਾਲ ਔਰ ਨਾਨਕ ਸ਼ਾਹੀ ਇੱਟ ਦੇ ਨਾਲ ਬਹੁਤ ਹੀ ਪਿਆਰਾ ਸ਼ਾਹਕਾਰ ਬਣਾਇਆ। ਬਾਬਾ ਗੁਰੂ ਨਾਨਕ ਸਾਹਿਬ ਜਦੋਂ ਆਪਣੀ ਚੌਥੀ ਉਦਾਸੀ ਤੋਂ ਬਾਅਦ ਵਾਪਸ ਆਉਂਦੇ ਨੇ ਕਟਾਸ ਤੋਂ ਹੁੰਦੇ ਹੋਏ, ਕਟਾਸ ਰਾਜ ਤੋਂ, ਅਤੇ ਪਹੁੰਚਦੇ ਨੇ ਜੇਹਲਮ ਦੇ ਕੋਲ। ਜੇਹਲਮ ਦੇ ਕੋਲ ਟਿੱਲਾ ਜੋਗੀਆਂ, ਯਾਨੀ ਕਿ ਉਸ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਸਭ ਤੋਂ ਉੱਚੀ ਚੋਟੀ ਹੈ ਜਿਹੜੀ ਕਿ 3200 ਫਿਟ ਅਬਵ ਹੈ, ਉੱਥੇ ਨਾਥਪੰਥੀਆਂ ਨੂੰ ਗਏ ਸਨ ਬਾਬਾ ਜੀ ਇੱਕ ਓਨਕਾਰ ਦਾ ਪ੍ਰਚਾਰ ਕਰਨ ਵਾਸਤੇ। ਅਗਰ ਲੈਫਟ ਸਾਈਡ 'ਤੇ ਤੁਸੀਂ ਕੌਨਾ ਦੇਖ ਰਹੇ ਹੋ ਤਾਂ ਇਹ ਮਹਾਦੇਵ ਦਾ ਟੈਂਪਲ ਹੈ, ਬਾਬਾ ਗੋਰਖਨਾਥ ਦਾ ਟੈਂਪਲ ਹੈ, ਔਰ ਰਾਈਟ ਸਾਈਡ ਦੇ ਉੱਤੇ ਜਿਹੜੀ ਹੈ ਸਿਟਿੰਗ ਪਲੇਸ ਹੈ ਬਾਬਾ ਗੁਰੂ ਨਾਨਕ ਸਾਹਿਬ ਦੀ। ਇਹ ਮਹਾਰਾਜਾ ਰਣਜੀਤ ਸਿੰਘ ਨੇ ਛੋਟਾ ਦਰਬਾਰ ਸਾਹਿਬ ਜਿਹੜਾ ਸੀ ਇਹ ਬਣਾਇਆ ਸੀ, ਔਰ ਅੱਜ ਵੀ ਇਹ ਦਰਬਾਰ ਆਪਣੇ ਅਸਲ ਹਾਲਤ ਵਿੱਚ। ਮੈਂ ਇਹਦੀ ਵੀਡੀਓ ਕੀਤੀ ਸੀ ਔਰ ਮੈਂ ਦੱਸਿਆ ਵੀ ਸੀ ਸੰਗਤਾਂ ਨੂੰ ਕਿ ਇਹਦੀ ਹਾਲਤ ਜਿਹੜੀ ਹੈ, ਇਹਦਾ ਫਰਸ਼ ਜਿਹੜਾ ਉਹ ਥੱਲੋਂ ਟੁੱਟ ਗਿਆ ਬਾਰਿਸ਼ਾਂ ਦੇ ਨਾਲ, ਉਹ ਹੁਣ ਸੁਰਾਖ ਪੈਂਦਾ ਪੈਂਦਾ, ਤਕਰੀਬਨ 2.5 ਫੁੱਟ ਦਾ ਪਾੜ ਹੈ। ਲੇਕਿਨ ਇਸ ਜਗ੍ਹਾ ਦੇ ਉੱਤੇ ਜਾਣ ਵਾਸਤੇ ਅੱਜ ਵੀ ਕੋਈ ਸਵਾਰੀ ਖਾਸ ਨਹੀਂ ਹੈ। ਉਸ ਵੇਲੇ ਤੁਸੀਂ ਅੰਦਾਜ਼ਾ ਕਰੋ ਕਿ ਇਹ ਸਾਧੂ ਸੰਤ ਫਕੀਰ ਉੱਥੇ ਕਿਸ ਤਰ੍ਹਾਂ ਪਹੁੰਚਦੇ ਹੋਣਗੇ, ਔਰ ਇਸ ਜਗ੍ਹਾ ਦੀ ਵੈਲਿਊ ਦਾ ਮੈਨੂੰ ਨਹੀਂ ਸਮਝ ਆਉਂਦੀ। ਇੱਥੇ ਹੀ ਮਹਾਦੇਵ ਗਿਆ, ਇੱਥੇ ਹੀ ਬਾਬਾ ਗੁਰੂ ਨਾਨਕ ਸਾਹਿਬ ਗਏ, ਇੱਥੇ ਹੀ ਤਮਾਮ ਚਿੱਲੇ ਜਿਹੜੇ ਨੇ ਨਾਥਪੰਥੀਆਂ ਨੇ ਕੱਟੇ ਨੇ, ਗੋਰਖਨਾਥ, ਸਿੱਧਨਾਥ ਔਰ ਬਾਲ ਗੁੰਦਾਈ ਜੀ, ਤਮਾਮ ਲੋਕ ਜਿਹੜੇ ਨੇ ਉਹ ਇੱਥੇ ਹੀ ਆ ਕੇ ਇਬਾਦਤ ਕਰਦੇ ਰਹੇ ਨੇ ਇਸ ਟਿੱਲੇ ਦੇ ਉੱਤੇ। ਔਰ ਇੱਕ ਹੋਰ ਬੜੀ ਖਾਸ ਚੀਜ਼ ਹੈ ਕਿ ਇਸ ਟਿੱਲੇ ਦੇ ਉੱਤੇ ਇੱਕ ਵਾਇਲਡ ਓਲਿਵ ਦਾ ਟ੍ਰੀ ਹੈ। ਦੱਸਿਆ ਜਾਂਦਾ ਹੈ ਕਿਤਾਬਾਂ ਦੇ ਵਿੱਚ ਕਿ ਬਾਬਾ ਗੁਰੂ ਨਾਨਕ ਸਾਹਿਬ ਉਹਦੇ ਥੱਲੇ ਜਾ ਕੇ ਬੈਠੇ ਸੀ, ਉਹ ਅੱਜ ਵੀ 100% ਉਸੇ ਤਰ੍ਹਾਂ ਗ੍ਰੀਨ ਹੈ, ਬਿਲਕੁਲ ਇੰਨਾ ਬੁੱਢਾ ਦਰਖਤ ਹੈ ਉਹ। ਮੈਂ ਉਹਦੇ ਥੱਲੇ ਬੈਠਾ ਸੀ ਜਾ ਕੇ, ਮੇਰਾ ਜਲਦ ਇੱਕ ਪ੍ਰੋਗਰਾਮ ਆ ਰਿਹਾ USIP ਰਿਲੇਟਿਡ, ਜਿਹੜਾ ਸਪੋਂਸਰ ਹੈ ਪੰਜਾਬ ਹੈਰੀਟੇਜ ਦਾਸਤਾਨ, ਉਹਦੇ ਵਿੱਚ ਮੈਂ ਉਹਦੀ ਪੂਰੀ ਵੀਡੀਓ ਔਰ ਉਹਦੀ ਇੰਪੋਰਟੈਂਸ ਜਿਹੜੀ ਹੈ ਮੈਂ ਸਾਰੀ ਦੱਸੀ ਹੈ। ਜੀ ਬਿਲਕੁਲ, ਰਾਂਝੇ ਨੇ ਜਦੋਂ ਉਹਨੂੰ ਇਸ਼ਕ 'ਚ ਨਾਕਾਮੀ ਮਿਲੀ ਅਤੇ ਉਸ ਵੇਲੇ ਬਾਰਿਸ਼ ਸ਼ਾਹ ਲਿਖਦੇ ਨੇ ਮੁਤਲਕ ਕਿ ਉੱਥੇ ਗਏ ਸੀ ਰਾਂਝਾ, ਮੀਆਂ ਰਾਜਾ ਉੱਥੇ ਗਿਆ, ਅਤੇ ਜਦੋਂ ਇਹ ਜੋਗੀਆਂ ਕੋਲ ਪਹੁੰਚਿਆ ਕਿ ਮੈਂ ਜੋਗ ਲੈਣੀ ਹੈ, ਤਾਂ ਉਹਨਾਂ ਕਹਿੰਦਾ ਨੱਠ ਜਾ, ਕੋਈ ਜੋਗ ਸ਼ੋਗ ਨਹੀਂ ਹੈ, ਅਸੀਂ ਆਮ ਬੰਦਿਆਂ ਨੂੰ ਜੋਗ ਜੁਗ ਨਹੀਂ ਦਿੰਦੇ। ਅਤੇ ਉਹਨੇ ਕਿਹਾ ਜੀ ਮੈਨੂੰ ਆਪਣਾ ਕਰੋ ਸਾਈਂ, ਅਤੇ ਉਹਨੇ ਕਿਹਾ ਕੋਈ ਟਾਈਮ ਨਹੀਂ ਹੈਗਾ ਸਾਡੇ ਕੋਲ, ਤੁਸੀਂ ਚਲੇ ਜਾਓ। ਫਿਰ ਉਹ ਤਕਰੀਬਨ ਉੱਥੇ 3 ਦਿਨ ਬੈਠਾ ਰਿਹਾ, ਨਹੀਂ ਗਿਆ। ਜਦੋਂ ਫਿਰ ਉਹਦਾ ਜਨੂੰਨ ਦੇਖਿਆ ਤਾਂ ਫਿਰ ਉਹਨੂੰ ਆਪਣਾ ਉਹਨਾਂ ਨੇ ਚੇਲਾ ਕੀਤਾ। ਚੇਲਾ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਉਹਦੇ ਕੰਨ ਪਾੜੇ, ਉਹ ਜਿਹੜਾ ਥੜਾ ਮੈਂ ਵੀਡੀਓ 'ਚ ਦਿਖਾ ਚੁੱਕਿਆ ਹਾਂ ਆਲਰੇਡੀ,
ਥੜਾ ਵੀ ਦਿਖਾ ਚੁੱਕਿਆ ਵਾਂ ਜਿਹਦੇ ਉੱਤੇ ਰਾਂਝੇ ਨੇ ਆਪਣੇ ਕੰਨ ਫੜਵਾਏ ਸੀ। ਆਮ ਲੋਕੀ ਲੋਕਲ ਲੋਕ ਕਹਿੰਦੇ ਨੇ ਕਿ ਜਿਸ ਦਿਨ ਰਾਂਝੇ ਦੇ ਕੰਨ ਫੱਟੇ ਸੀ ਉੱਥੇ, ਯਾਨੀ ਕਿ ਕੰਨ ਫੱਟੇ ਵੀ ਕਹਿੰਦੇ ਸੀ ਇਹਨਾਂ ਨੂੰ ਆ ਜਿਹੜੇ ਜੋਗੀ ਸਨ, ਅਤੇ ਉਹ ਉਸ ਜਗ੍ਹਾ ਦੇ ਉੱਤੇ ਕਹਿੰਦੇ ਨੇ ਅੱਜ ਵੀ ਬਲੱਡ ਡਰੋਪਸ ਜਿਹੜੇ ਨੇ ਹਰ ਈਅਰ ਉਸੇ ਦਿਨ ਦੇ ਉੱਤੇ ਆ ਕੇ ਬਲੱਡ ਡਰੋਪਸ ਨਜ਼ਰ ਆਉਂਦੇ ਨੇ ਉਹਦੇ 'ਤੇ। ਦੇਖੇ ਨਹੀਂ ਹੈ ਲੇਕਿਨ ਲੋਕ ਕਹਿੰਦੇ ਨੇ ਜੀ ਬਿਲਕੁਲ। ਔਰ ਮੈਂ ਇੱਕ ਹੋਰ ਗੱਲ, ਮੈਂ ਕਿਉਂਕਿ ਪ੍ਰੈਜ਼ੀਡੈਂਟ ਹਾਂ ਪਾਕਿਸਤਾਨ ਹੈਰੀਟੇਜ ਕਲੱਬ ਦਾ, ਅਤੇ ਅਸੀਂ ਜਦੋਂ ਪਹਿਲੀ ਫੋਟੋ ਵਾਕ ਕਰਵਾਈ ਤਾਂ ਮੈਂ ਵੀ ਉਹਨਾਂ ਨੂੰ ਪੂਰਾ ਚਿੱਲਾ ਕਟਵਾਇਆ ਪਹਿਲੇ ਹੈਰੀਟੇਜ ਗਰੁੱਪ ਨੂੰ ਕਿ ਤੁਸੀਂ ਪੈਦਲ ਉੱਤੇ ਚੜ੍ਹੋ। ਔਰ ਮੈਂ ਬੜਾ ਹੈਰਾਨ ਹਾਂ ਕਿ ਸਾਡੇ 12 ਤੋਂ 15 ਲੋਕ ਸਨ ਔਰ ਕੋਈ ਬੰਦਾ ਐਸਾ ਨਹੀਂ ਸੀ ਕਿ ਜਿਹਦੇ 2-3 ਪੈਰ ਦੇ ਨਾਖੁਨ ਨਹੀਂ ਉਤਰ ਗਏ। ਇੰਨਾ ਸਖਤ ਰਸਤਾ ਹੈ, ਪੈਦਲ ਅਸੀਂ ਉੱਤੇ ਚੜ੍ਹੇ ਅਤੇ ਪੈਰਾਂ ਦੇ ਨਾਖੁਨ ਲੱਥ ਗਏ 3-3, 4-4 ਸਾਡੇ, ਅਤੇ 2-2 ਵੀਕ ਅਸੀਂ ਟੁਰਨ ਦੇ ਕਾਬਲ ਨਹੀਂ ਸੀ। ਫਿਰ ਉਸ ਤੋਂ ਬਾਅਦ ਟਿੱਲਾ ਬਾਲਗੁੰਦਾਈ ਜੀ, ਇਹ ਟਿੱਲਾ ਬਾਲਗੁੰਦਾਈ ਹੈ ਔਰ ਇਹ ਜਿਹੜਾ ਛੋਟਾ ਜਿਹਾ ਤੁਹਾਨੂੰ ਦਰਬਾਰ 'ਤੇ ਨਜ਼ਰ ਆ ਰਿਹਾ, ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਹਨੂੰ ਬਣਾਇਆ ਗਿਆ ਸੀ। ਔਰ ਇਸ ਜਗ੍ਹਾ ਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਹੋਏ ਸਨ, ਨਿਸ਼ਾਨ ਜਿਹੜੇ ਸਨ ਚਰਨਾਂ ਦੇ 47 ਤੱਕ ਤਾਂ ਮੌਜੂਦ ਸੀ, ਉਸ ਤੋਂ ਬਾਅਦ ਦਾ ਨਹੀਂ ਪਤਾ। ਦੱਸਦੇ ਨੇ ਕਿ ਕੁਛ ਸਿੱਖ ਦੋਸਤ ਜਿਹੜੇ ਨੇ ਉਹ ਆਏ ਔਰ ਇਹਦੇ ਚਰਨ ਜਿਹੜੇ ਸੀ, ਕਿਉਂਕਿ ਆਮ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ, ਉਹਦੀ ਵੈਲਿਊ ਦਾ ਹੀ ਨਹੀਂ ਸੀ ਪਤਾ ਕਿ ਵੀ ਇਹ ਚਰਨਾਂ ਦੀ ਕੀ ਵੈਲਿਊ ਹੈ, ਅਤੇ ਉਹ ਚਰਨ ਲੈ ਗਏ ਇੱਥੋਂ ਨਿਸ਼ਾਨ ਜਿਹੜੇ ਸਨ। ਲੇਕਿਨ ਇਹੀ ਸਿੱਧ ਗੋਸ਼ਟੀ ਦੇ ਮੁਤਲਕ ਜਿਹੜੀ ਬਾਣੀ ਹੈ ਉਹ ਇਸ ਜਗ੍ਹਾ ਦੇ ਉੱਤੇ ਲਿਖੀ ਗਈ ਸੀ। ਮੇਰੇ ਕੋਲ ਇੱਕ ਵਾਲ ਆਰਟ ਛੋਟਾ ਜਿਹਾ ਪਿਆ ਹੋਇਆ ਕਿ ਬਾਲਗੁੰਦਾਈ ਜੀ ਬੈਠੇ ਨੇ ਲੰਮੀਆਂ ਲੱਟਾਂ ਲਾ ਕੇ ਔਰ ਬਾਬਾ ਗੁਰੂ ਨਾਨਕ ਸਾਹਿਬ ਗੋਲ ਤਕੀਆ ਲਾ ਕੇ ਅਤੇ ਦੀਵਾਰ ਨਾਲ ਢੋਲ ਲਾ ਕੇ ਬੈਠੇ ਹੋਏ ਨੇ, ਅਤੇ ਉਹ ਪਿਕਚਰ ਇਸ ਜਗ੍ਹਾ ਨੂੰ ਸ਼ੋਅ ਕਰਦੀ ਹੈ ਵਾਲ ਆਰਟ ਜਿਹੜਾ। ਗੁਰਦੁਆਰਾ ਨਰਨਕਾਰੀ ਬਾਜ਼ਾਰ ਰਾਵਲਪਿੰਡੀ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 47 ਤੋਂ ਪਹਿਲੇ ਸਿੱਖਿਜ਼ਮ ਦਾ ਹੈੱਡਕੁਆਟਰ ਜਿਹੜਾ ਸੀ ਉਹ ਰਾਵਲਪਿੰਡੀ ਦੇ ਵਿੱਚ ਸੀ, ਨੌਰਥ ਵੈਸਟ ਦੇ ਵਿੱਚ। ਨੌਰਥ ਵੈਸਟ ਦੇ ਅੰਦਰ ਸਿੱਖ ਸੰਗਤ ਜਿਹੜੀ ਸੀ ਇੰਨੀ ਕੁ ਮਜ਼ਬੂਤ ਸੀ ਕਿ ਜਿੰਨੀ ਕਿ ਅੱਜ ਤੁਹਾਡੀ ਸੋਚ ਹੋਵੇਗੀ। ਇਹਨਾਂ ਦੀ ਜਿਹੜੀ ਸੇਵਾ ਹੈ ਉਹ ਲੋਕ ਅੱਜ ਤੱਕ ਨਹੀਂ ਭੁੱਲੇ। ਲੋਕ ਵੈਸੇ ਤਾਂ ਕਿਹਾ ਜਾਂਦਾ ਕਿ ਸਾਡੇ ਤਾਂ ਬਹੁਤ ਵੱਡੇ ਵੱਡੇ ਬਦਨਾਮੀ ਦੇ ਦਾਗ ਨੇ ਕਿ ਅਸੀਂ ਆਪਣੇ ਇਲਾਵਾ ਕਿਸੇ ਨੂੰ ਪਸੰਦ ਨਹੀਂ ਕਰਦੇ, ਕਿਸੇ ਹੋਰ ਦੀ ਚੀਜ਼ ਨੂੰ ਅਸੀਂ ਐਡਮਾਇਰ ਨਹੀਂ ਕਰਦੇ। ਲੇਕਿਨ ਤੁਸੀਂ ਮੇਰੇ ਦੋਸਤ ਜਿਹੜੇ ਕੋਈ ਰਿਸਰਚਰ ਨੇ ਜਾਂ ਮੇਰੇ ਪੇਜਿਸ ਨੂੰ ਫੋਲੋ ਕਰਦੇ ਨੇ ਉਹ ਇੱਕ ਵਾਰੀ ਜਾ ਕੇ ਦੇਖਣ ਔਰ ਇੱਕ ਜਿਹੜੀ ਮੈਂ ਕਹਾਂਗਾ ਦਸਤਾਰ ਔਰ ਇੱਕ ਦਾੜੀ, ਇਹਦੀ ਕੀ ਵੈਲਿਊ ਹੈ, ਤੁਸੀਂ ਲਾਹੌਰ ਤੋਂ ਸ਼ੁਰੂ ਹੋ ਜਾਓ ਔਰ ਪੂਰੇ ਪੰਜਾਬ 'ਚ ਘੁੰਮੋ, ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਇਸ ਚੀਜ਼ ਦਾ ਜਵਾਬ। ਲੇਕਿਨ ਰਾਵਲਪਿੰਡੀ ਦੇ ਅੰਦਰ ਔਰ ਸਰਾਊਂਡਿੰਗ ਏਰੀਆ ਦੇ ਵਿੱਚ ਤੁਹਾਡਾ ਉਹ ਅਨਮੁੱਲਾ ਖਜ਼ਾਨਾ ਪਿਆ ਹੋਇਆ ਕਿ ਜਿਹਦੇ ਵਿੱਚੋਂ ਮੈਂ 50% ਤਾਂ ਮੈਂ ਕੱਢ ਲਿਆਂਦਾ, ਲੇਕਿਨ ਹਲੇ ਵੀ 50% ਜਿਹੜਾ ਪਿੰਡ ਪਿੰਡ ਜਾ ਕੇ ਇੱਕ ਇੱਕ ਪਿੰਡ 'ਚ ਜਾ ਕੇ ਫਿਰਨਾ ਬਹੁਤ ਔਖਾ ਹੈ, ਕਿਉਂਕਿ ਜਾਂ ਤਾਂ ਬੰਦੇ ਕੋਲ ਕੋਈ ਜੋਬ ਨਾ ਹੋਵੇ, ਡੇਲੀ ਦਾ ਕੰਮ ਇਹੀ ਹੋਵੇ, ਸਿਰਫ ਉਹ ਹੈ ਕਰੇ, ਕਿਉਂਕਿ ਮੇਰੇ ਕੋਲ ਸਿਰਫ ਸੈਟਰਡੇ ਸੰਡੇ ਹੁੰਦੇ ਨੇ ਅਤੇ ਮੈਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦਾ, ਸੈਟਰਡੇ ਸੰਡੇ ਮੈਂ ਰਿਸਰਚ 'ਤੇ ਚਲਾ ਜਾਂਦਾ ਵਾਂ ਔਰ ਕਿਸੇ ਨੂੰ ਨਹੀਂ ਮੈਂ ਦੱਸ ਕੇ ਜਾਂਦਾ ਮੈਂ ਕਿੱਥੇ ਚੱਲਾਂ ਵਾਂ। ਜੀ ਦੇਖੋ ਜੀ, ਬੰਦਾ ਬਸਾਲੀ ਦੇਵੀ ਦਾਤਾ ਇਹ ਤਾਂ 5 ਪਿੰਡ ਇਕੱਠੇ ਨੇ ਜਿਹੜੇ ਕਿ ਖਾਲਸਾ ਜੀ ਦੇ ਨਾਮ 'ਤੇ ਬੋਲਦੇ ਨੇ। ਦੂਸਰੇ ਜਿਹੜੇ ਨੇ ਉਹ ਹੈ ਥੋਆ ਖਾਲਸਾ, ਚਵਾ ਖਾਲਸਾ, ਡੇਰਾ ਖਾਲਸਾ, ਸਾਗਰੀ ਔਰ ਉਹਨਾਂ ਦੇ ਨਾਲ ਸੂਈ ਚੀਮੀਆਂ ਔਰ ਇੱਕ ਹੋਰ ਜਗ੍ਹਾ, ਇਹ ਜਿਹੜੇ ਨੇ ਇਹ ਇੱਕ ਰੋਡ ਦੇ ਉੱਤੇ ਨੇ। ਇਹ ਕਲਰ ਸਈਦਾ ਵਾਲੀ ਮੈਂ ਅੱਗੇ ਇਹ ਸਟੋਰੀ ਆ ਰਹੀ ਹੈ, ਮੈਂ ਤੁਹਾਨੂੰ ਮੈਂ ਦੱਸਦਾ ਵਾਂ, ਬਾਬਾ ਖੇਮ ਸਿੰਘ ਬੇਦੀ ਜੀ ਦੇ ਇਲਾਕੇ ਦੀ ਗੱਲ ਕੀਤੀ ਜਾ ਰਹੀ ਹੈ। ਖਾਲਸਾ ਜੀ ਇਹ ਜਗ੍ਹਾ ਜਿਹੜੀ ਹੈ ਇਹ ਪਹਿਲਾ ਅਨੰਦਕਾਰ ਜਿਹੜਾ ਹੋਇਆ ਉਹ ਇਸ ਜਗ੍ਹਾ ਤੋਂ ਇੱਥੋਂ ਸ਼ੁਰੂ ਹੋਇਆ। ਇਹਦੀ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਭਾਈ ਦਿਆਲ ਸਿੰਘ ਜੀ ਦੀ, ਇਹ ਗੁਰੂ ਘਰ ਦੇ ਵਿੱਚ ਸਰਵਿਸਿਜ਼ ਨੇ ਉਹਨਾਂ ਦੀਆਂ, ਉਹੀ ਭਾਈ ਦਿਆਲ ਸਿੰਘ ਜਿਨ੍ਹਾਂ ਨੇ ਲਾਹੌਰ ਦੇ ਦਿਆਲ ਸਿੰਘ ਕਾਲਜ, ਪੰਜਾਬੀ ਟ੍ਰਿਬਿਊਨ ਅਖਬਾਰ, ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਦੇ ਅੰਦਰ ਔਰ ਦਿਆਲ ਸਿੰਘ ਮੈਨਸ਼ਨ ਮਾਲ ਰੋਡ ਦੇ ਉੱਤੇ, ਟਰੱਸਟ ਫੋਰ ਲਾਹੌਰ, ਉਹ ਸਾਰਾ ਕੁਛ ਟਰੱਸਟ ਕਰਕੇ ਲਾਹੌਰ ਵਾਸਤੇ। ਮੈਂ ਕਹਿੰਦਾ ਕਿ ਮੇਰਾ ਉਹਨਾਂ ਨੂੰ ਸਲਾਮ ਹੈ ਕਿ ਉਹਨਾਂ ਨੇ ਇੰਨਾ ਕੁਛ ਕੀਤਾ ਔਰ ਟਰੱਸਟ ਫੋਰ ਲਾਹੌਰ, ਕਿਸੇ ਬੰਦੇ ਦੇ ਹੋਰ ਦੇ ਨਾਵੇਂ ਨਹੀਂ ਉਹ ਕਰਕੇ ਗਏ, ਕਿਸੇ ਨੂੰ ਨਹੀਂ ਉਹ ਦੇ ਕੇ ਗਏ। ਇਸੇ ਤਰ੍ਹਾਂ ਜੀ ਗੰਗਾ ਰਾਮ ਜੀ ਦਾ ਵੀ ਨਾਮ ਆਉਂਦਾ ਲਾਹੌਰ ਦੇ ਵਿੱਚ, ਲੋਕ ਬੜੇ ਅੱਛੇ ਲਫਜ਼ਾਂ ਨਾਲ ਯਾਦ ਕਰਦੇ ਨੇ। ਉਹਨਾਂ ਦੀ ਬੇਟੀ ਦੇ ਨਾਮ 'ਤੇ ਹੋਸਪਿਟਲ ਹੈ, ਗੁਲਾਬ ਦੇਵੀ ਹੋਸਪਿਟਲ ਹੈ, ਫਿਰ ਉਸ ਤੋਂ ਬਾਅਦ ਜਾਨਕੀ ਦੇਵੀ ਹੋਸਪਿਟਲ ਹੈ, ਅਤੇ ਇਹ ਸਾਰੇ ਨਾਮ ਉਹਨਾਂ ਦੇ ਨਾਮ ਤੋਂ ਚੱਲ ਰਹੇ ਨੇ। ਬਾਬਾ ਦਿਆਲ, ਬਾਬਾ ਰੱਤਾ ਜੀ, ਇਹਨਾਂ ਦੇ ਅੱਗੋਂ ਡਿਸੈਂਡੈਂਟ ਦਰਬਾਰਾ ਸਿੰਘ,
ਨਹੀਂ, ਇਹਨਾਂ ਦੀ ਨਾਮ ਦੀ ਸੇਵਾ ਤੁਸੀਂ ਜਾ ਕੇ ਦੇਖੋ ਨਾ, ਸਭ ਤੋਂ ਵੱਡੀ ਜਿਹੜੀ ਸੇਵਾ ਕੀਤੀ ਹੈ ਹਜ਼ਾਰਾਂ ਰੁਪਇਆਂ 'ਚ ਉਸ ਵੇਲੇ, ਉਹ ਭਾਈ ਦਿਆਲ ਸਿੰਘ ਜੀ ਦੀ ਹੈ। ਮੈਂ ਇਸ ਲਈ ਕਹਿ ਰਿਹਾ ਵਾਂ, ਮੈਂ ਉਸ ਹਿਸਾਬ ਨਾਲ ਨਹੀਂ ਕਹਿ ਰਿਹਾ, ਮੈਂ ਸਿਰਫ ਸੇਵਾ ਦੀ ਗੱਲ ਕਰ ਰਿਹਾ ਵਾਂ ਕਿ ਜਿਹੜਾ ਕੋਈ ਨੀਂਹ ਪੱਥਰ ਰੱਖਣ ਲੱਗਿਆਂ ਜਿਹੜਾ ਰੁਪਈਆ ਦਿੱਤਾ, ਉਹ ਸਭ ਤੋਂ ਜ਼ਿਆਦਾ ਇਹਨਾਂ ਦੀ ਸਰਵਿਸਿਜ਼ ਹੈ। ਉਹ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਰਾਵਲਪਿੰਡੀ, ਇਹ ਵੀ ਤਮਾਮ ਲੇਖਕਾਰ ਜਿੰਨੇ ਵੀ ਨੇ, ਰਿਸਰਚਰਸ ਨੇ, ਇਹਨਾਂ ਦੀ ਨਜ਼ਰ ਤੋਂ ਉਹਲੇ ਵੀ ਇਹ ਗੁਰਦੁਆਰਾ, ਔਰ ਬਹੁਤ ਘੱਟ ਲੋਕਾਂ ਨੂੰ ਇਹਦਾ ਪਤਾ। ਮੈਨੂੰ ਹਿਸਟਰੀ ਦੀ ਬਹੁਤ ਜ਼ਿਆਦਾ ਸਾਰੀ ਬੁੱਕਸ ਮੈਂ ਦੇਖਦਾ ਰਹਿੰਦਾ ਵਾਂ, ਮੈਂ ਵੀ ਤੁਹਾਡੇ ਤਰ੍ਹਾਂ ਦੂਸਰੀਆਂ ਬੁੱਕਾਂ ਦੇਖਦਾ ਵਾਂ ਕਿ ਮੈਨੂੰ ਕੁਛ ਨਾ ਕੁਛ ਲੱਭ ਜਾਵੇ। ਇਹ ਬਾਬਾ ਖੇਮ ਸਿੰਘ ਬੇਦੀ ਜੀ ਨੇ ਜਦੋਂ ਉਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਹੈ, ਤਕਰੀਬਨ ਕੋਈ ਇਹ 110 ਜਾਂ 120 ਸਾਲ ਪਹਿਲੇ ਦੀ ਗੱਲ ਹੈ, ਜਦੋਂ ਉਹਨਾਂ ਦੀ ਬੇਟੀ ਦੀ ਸ਼ਾਦੀ ਹੁੰਦੀ ਹੈ, ਤਾਂ ਉਸ ਵੇਲੇ ਆਪਣੀ ਬੇਟੀ ਦੀ ਸ਼ਾਦੀ ਤੋਂ ਪਹਿਲੇ ਉਹਨਾਂ ਨੇ ਇਹ ਗੁਰੂ ਘਰ ਬਣਵਾਇਆ ਸੀ। ਇਹਦੇ ਨਾਲ ਪੰਜਾਬੀ ਸਰਾਏ, ਇਹਦੇ ਨਾਲ ਹੀ ਗੁਰੂ ਘਰ ਦੇ ਨਾਲ ਨਾਲ ਘੱਟੋ ਘੱਟ 24 ਤੋਂ 40 ਦੁਕਾਨਾਂ ਜਿਹੜੀਆਂ ਨੇ ਗਿਣੀਆਂ ਜਾਂਦੀਆਂ ਨੇ, 24 ਜਿਹੜੀਆਂ ਨੇ ਸਾਈਡ 'ਤੇ ਇੰਜ ਕਰਕੇ ਨਜ਼ਰ ਆਉਂਦੀਆਂ ਨੇ, ਕੁਛ ਬਾਜ਼ਾਰ ਦੇ ਵਿੱਚ 40 ਦੁਕਾਨਾਂ ਟੋਟਲ ਦੱਸਿਆ ਜਾਂਦਾ ਜੀ ਇਸ ਗੁਰੂ ਘਰ ਦੇ ਨਾਮ 'ਤੇ ਸੀ। ਔਰ ਪੰਜਾਬੀ ਸਰਾਏ ਜਿਹੜੀ ਇਹ ਪੰਜਾਬੀ ਮਰਚੈਂਟਸ ਜਿਹੜੇ ਸੀ ਉਹਨਾਂ ਲਈ ਉਹ ਬਣਾਏ ਸੀ ਕਿ ਜਿਹੜੇ ਲੋਕ ਦਿੱਲੀ ਤੋਂ ਕਰਾਚੀ ਤੋਂ ਜਾਂਦੇ ਸਨ, ਉਹਨਾਂ ਦੇ ਲਈ ਰੈਸਟ ਹਾਊਸ ਜਿਹੜਾ ਸੀ ਉਹ ਅੱਜ ਵੀ ਇਹਦੇ ਨਾਲ ਹੀ ਬਿਲਕੁਲ ਜੁੜਿਆ ਹੋਇਆ। ਉਹਦਾ ਨਾਮ ਉਹੀ ਹੈ, ਪੰਜਾਬੀ ਸਰਾਏ ਹੀ ਹੈ, ਲੇਕਿਨ ਔਨ ਜਿਹੜਾ ਬੰਦਾ ਕਰਦਾ ਨਾਲ ਉਹਦਾ ਨਾਮ ਲਿਖਿਆ ਹੋਇਆ, ਪੰਜਾਬੀ ਸਰਾਏ ਟਰੱਸਟ ਤਾਹਿਰ ਬਾਈ, ਇਸ ਤਰ੍ਹਾਂ ਕਰਕੇ ਕੁਛ ਉਹਦੇ ਉੱਤੇ ਲਿਖਿਆ ਹੋਇਆ। ਰਾਈਟ ਸਾਈਡ 'ਤੇ ਤੁਹਾਨੂੰ ਇਹਦਾ ਐਂਟਰੈਂਸ ਗੇਟ ਨਜ਼ਰ ਆ ਰਿਹਾ, ਔਰ ਲੈਫਟ ਸਾਈਡ ਦੇ ਉੱਤੇ ਜਿਹੜਾ ਇਹ ਦਰਬਾਰ ਨਜ਼ਰ ਆ ਰਿਹਾ ਅੰਦਰ ਗੁਰੂ ਘਰ ਦਾ। ਮੈਂ ਕਹਾਂਗਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ, ਅਗਰ ਕੋਈ ਪੰਜਾਬੀ ਹਿਸਟੋਰੀਅਨ ਕੋਈ ਹਿਸਟਰੀ ਨੂੰ ਲੱਭਣਾ ਚਾਹੁੰਦਾ ਤਾਂ ਪਾਕਿਸਤਾਨ ਆ ਕੇ ਲੱਭੇ, ਤਾਂ ਉਹਨੂੰ ਗੁਰੂ ਘਰਾਂ ਦੀਆਂ ਇੰਨੀ ਕੁ ਸ਼ੇਪਸ, ਇੰਨੇ ਡਿਫਰੈਂਟ ਆਰਕੀਟੈਕਚਰ ਮਿਲਣਗੇ ਕਿ ਅੱਜ ਮੈਂ ਜਦੋਂ ਦੇਖਦਾ ਨਾ ਕਿ ਈਸਟ ਪੰਜਾਬ ਦੇ ਅੰਦਰ ਗੁਰੂ ਘਰਾਂ ਦੀ, ਤਾਂ ਤਮਾਮ ਗੁਰੂ ਘਰ ਇੱਕ ਸ਼ੇਪ ਦੇ ਨੇ, ਤਮਾਮ 'ਤੇ ਮਾਰਬਲ ਲੱਗਾ ਹੋਇਆ, ਤਮਾਮ ਇੰਝ ਲੱਗਦਾ ਜਿਵੇਂ ਸ਼ੁਰੂ ਤੋਂ ਇਸੇ ਤਰ੍ਹਾਂ ਹੀ ਸਨ। ਲੇਕਿਨ ਸਾਡੇ ਅਗਰ ਸੇਵਾ ਸੰਭਾਲਣੀ ਹੈ ਤਾਂ ਰੀਅਲ ਆਰਕੀਟੈਕਚਰ ਨੂੰ ਕਿਸੇ ਨੇ ਨਹੀਂ ਛੇੜਿਆ, ਰੀਅਲ ਆਰਕੀਟੈਕਚਰ ਉੱਥੇ ਹੀ ਹੈ ਜੀ। ਨਹੀਂ ਜੀ, ਇਸ ਬਾਜ਼ਾਰ ਦਾ ਨਾਮ ਹੈ ਬਾਜ਼ਾਰ ਝਟਕਾਈਆਂ। ਮੇਰੇ ਕੁਛ ਵੀਰ ਜਿਹੜੇ ਨੇ ਬੜੇ ਹੈਰਾਨ ਹੋਣਗੇ ਕਿ ਇੱਥੇ ਮੇਰੇ ਸਿੱਖ ਵੀਰ ਜਿਹੜੇ ਸਨ ਉਹ ਝਟਕਾ ਗੋਸ਼ਤ ਵੇਚਦੇ ਸਨ, ਇਹ ਉਸ ਬਾਜ਼ਾਰ ਦੇ ਵਿੱਚ ਗੁਰੂ ਘਰ ਹੈ। ਅਤੇ ਝਟਕਾ ਜਿਹੜਾ ਹੈ ਮਤਲਬ ਕਿ ਇੱਕ ਪੂਰਾ ਬਾਜ਼ਾਰ ਸੀ ਉਹਦਾ, ਔਰ ਉੱਥੇ ਝਟਕਾ ਗੋਸ਼ਤ ਮਿਲਦਾ ਸੀ ਉਸ ਵੇਲੇ। ਮੈਂ ਇਸ ਲਈ ਜ਼ਿਕਰ ਨਹੀਂ ਕੀਤਾ, ਮੈਂ ਵੀ ਕੋਈ ਅੱਛਾ ਸਮਝੇ ਜਾਂ ਨਾ ਸਮਝੇ, ਹਾਂਜੀ। ਅਤੇ ਲੇਕਿਨ ਇਹ ਹੁਣ ਅੱਜ ਕੱਲ੍ਹ ਜੀ ਇੱਥੇ ਕਸ਼ਮੀਰ ਦੇ ਆਏ ਹੋਏ ਲੋਕ ਜਿਹੜੇ ਨੇ ਵਸੇ ਨੇ 48 ਦੇ ਵਿੱਚ, ਤਾਂ ਟਿਲ ਨੂੰ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ। ਮੈਂ ਸਾਹਮਣੇ ਪਲਾਜ਼ਿਆਂ ਦੀਆਂ ਛੱਤਾਂ 'ਤੇ ਜਾ ਕੇ, ਮੇਰੇ ਕੋਲ ਬਹੁਤ ਇਹਦੀਆਂ ਨਮੂਨੇ ਦੀਆਂ ਤਸਵੀਰਾਂ ਜਿਹੜੀਆਂ ਨੇ, ਮੈਂ ਉਹ ਘੱਟੋ ਘੱਟ ਕੋਈ 40-50 ਖਿੱਚ ਕੇ ਜਿਹੜੀ ਹੈ ਉਹ ਸੇਵ ਕੀਤੀ ਹੈ ਕਿ ਕੱਲ੍ਹ ਨੂੰ ਹਿਸਟਰੀ ਖਤਮ ਨਾ ਹੋ ਜਾਏ। ਲੇਕਿਨ ਮੈਨੂੰ ਨਹੀਂ ਸਮਝ ਆਉਂਦੀ ਕਿ ਹਿਸਟੋਰੀਅਨ ਇਹਦੇ ਬਾਰੇ 'ਚ ਕਿਉਂ ਨਹੀਂ ਲਿਖਦੇ। ਸਿਕਨੈਟ.com ਦੇ ਉੱਤੇ, ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਉੱਤੇ, ਜਿੱਥੇ ਜਿੱਥੇ ਮੈਨੂੰ ਰਿਕਾਰਡ ਮਿਲੇ ਨੇ, ਪਟਨਾ ਸਾਹਿਬ ਪੇਜ ਹੈ, ਮਤਲਬ ਕਿ ਗੁਰੂ ਘਰਾਂ ਦੇ ਬਾਰੇ 'ਚ ਕੋਈ ਇਨਫੋਰਮੇਸ਼ਨ ਨਾ ਮਿਲੇ ਅਤੇ ਕੋਈ ਵਰਡ ਦੀ ਗਲਤੀ ਨਾ ਹੋ ਜਾਵੇ ਤਾਂ ਅਸੀਂ ਉੱਥੋਂ ਪੜ੍ਹਨੇ ਹਾਂ। ਅਤੇ ਉਹਨਾਂ ਕਿਸੇ ਦੇ ਵਿੱਚ ਵੀ ਈਵਨ ਇਕਬਾਲ ਕੇਸਰ ਦੀ ਬੁੱਕ ਦੇ ਵਿੱਚ ਵੀ ਇਸ ਗੁਰੂ ਘਰ ਦਾ ਕੋਈ ਜ਼ਿਕਰ ਨਹੀਂ ਹੈ। ਸਮਾਧੀ ਬਾਬਾ ਮੋਹਨਦਾਸ ਵਿਲੇਜ ਕਰਨਾਲੀ ਰਾਵਲਪਿੰਡੀ, ਰਾਵਲਪਿੰਡੀ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਖਾਲਸਾ ਪੰਥ ਦਾ ਮੇਰਾ ਖਿਆਲ ਕੋਈ ਜ਼ਿਆਦਾ ਹੀ ਪਿਆਰ ਸੀ, ਔਰ ਇਸ ਜਗ੍ਹਾ ਦੇ ਉੱਤੇ ਇੰਨੀਆਂ ਸੋਹਣੀਆਂ ਸੋਹਣੀਆਂ ਸੇਵਾ ਕਰਵਾਈਆਂ ਨੇ ਕਿ ਬੰਦਾ ਹੈਰਾਨ ਰਹਿ ਜਾਂਦਾ ਹੈ। ਇਹ ਜਿਹੜੀ ਜਗ੍ਹਾ ਤੁਹਾਨੂੰ ਅੱਜ ਖੰਡਰ ਨਜ਼ਰ ਆ ਰਹੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਇਹ ਦਰਬਾਰ ਜਿਹੜਾ ਦਾਸੀ ਪੰਥ ਬਾਬੇ ਜਿਹੜੇ ਬਾਬਾ ਮੋਹਨਦਾਸ ਜੀ ਨੇ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਸੀ। ਕੁਛ ਅਰਸੇ ਤੱਕ ਇੱਥੇ ਪਾਰਟੀਸ਼ਨ ਤੋਂ ਬਾਅਦ ਵੀ ਵਿਸਾਖੀ ਜੁੜਦੀ ਰਹੀ ਹੈ। ਹੁਣ ਦੱਸਿਆ ਜਾ ਰਿਹਾ ਕਿ 15 ਕੁ ਸਾਲ ਤੋਂ ਇੱਥੇ ਵਿਸਾਖੀ ਨਹੀਂ ਲੱਗਦੀ। ਇਹਦੇ ਨਾਲ ਬੜੇ ਬੁੱਢੇ ਬੁੱਢੇ ਬੋੜਾਂ ਦੇ ਦਰਖਤ ਲੱਗੇ ਨੇ। ਮੈਂ ਤਾਂ ਬਾਬਾ ਬੋੜ ਕਹਿੰਦਾ ਉਹਨਾਂ ਨੂੰ, ਮੈਂ ਬੜੀ ਰਿਸਪੈਕਟ ਕਰਦਾ ਵਾਂ ਉਹਨਾਂ ਦੀ, ਇਸ ਵਾਸਤੇ ਕਿ ਮੈਂ ਜਿੱਥੇ ਵੀ ਜਾਂਦਾ ਵਾਂ ਮੈਨੂੰ ਸਭ ਤੋਂ ਪਹਿਲੇ ਇੱਥੋਂ ਇਹੀ ਵੈਲਕਮ ਕਰਦੇ ਨੇ ਅੱਗੇ, ਕਿਉਂਕਿ ਬੰਦਾ ਤਾਂ ਹੋਰ ਕੋਈ ਦੱਸਦਾ ਨਹੀਂ ਇਹਨਾਂ ਇੱਥੋਂ, ਮੈਨੂੰ ਪਤਾ ਲੱਗਦਾ ਕਿ ਕੋਈ। ਔਰ ਮਜ਼ੇਦਾਰੀ ਦੀ ਗੱਲ ਹੈ ਕਿ ਨੌਰਥ ਵੈਸਟ ਪੰਜਾਬ ਦੇ ਅੰਦਰ ਜਿੰਨੇ ਬੋਰਡ ਲੱਗੇ ਨੇ ਉਹਨਾਂ ਦੇ ਵਿੱਚੋਂ 90% ਖਾਲਸਾ ਜੀ ਦੇ ਹੱਥਾਂ ਦੇ ਲੱਗੇ ਹੋਏ ਨੇ। ਔਰ ਕਿਸ ਤਰ੍ਹਾਂ ਲੱਗੇ ਹੋਏ ਨੇ ਕਿ ਦਾਦਾ ਜੀ ਦੁਨੀਆਂ ਤੋਂ ਚਲੇ ਗਏ, ਸਵਰਗਵਾਸੀ ਹੋਏ, ਉਹਨਾਂ ਦੀ ਯਾਦ ਵਿੱਚ ਪੋਤੇ ਨੇ ਜਨਾਬੇ ਲਈ ਇੱਕ ਦਰਖਤ ਲਾ ਦਿੱਤਾ ਕਿ ਰਾਹ ਦੇ ਵਿੱਚ ਲਾ ਦਿੱਤਾ, ਚਲੋ ਇੱਥੇ ਰਾਹ ਆਉਂਦੇ ਜਾਂਦੇ ਲੋਕ ਜਿਹੜੇ ਇਹਨਾਂ ਦੇ ਛਾਵੇਂ ਬਹਿਣਗੇ, ਮੇਰੇ ਦਾਦੇ ਨੂੰ ਕੋਈ ਦੁਆ ਦੇਗਾ। ਫਿਰ ਉਸ ਤੋਂ ਬਾਅਦ ਇਹਦੇ ਅੱਗੇ ਇੱਕ ਤਲਾਬ ਬਣਿਆ ਹੋਇਆ, 3 ਬੋਰਡ ਲੱਗੇ ਹੋਏ ਨੇ, ਔਰ ਪਿੰਡ ਤੋਂ ਬਾਹਰ ਬਿਲਕੁਲ ਸੁੰਨੀ ਜੀ ਜਗ੍ਹਾ, ਇੰਝ ਲੱਗਦਾ ਜਿਵੇਂ ਕਿ ਉਦਾਸ ਜੀ ਜਗ੍ਹਾ ਬਿਲਕੁਲ। ਇਹਦਾ ਨਾ ਅਗਰ ਦਾਸੀ ਪੰਥ ਦੇ ਸਨ, ਇਸ ਵਾਸਤੇ ਉੱਥੇ ਇੰਝ ਉਦਾਸੀ ਜੀ ਹਰ ਵਕਤ ਰਹਿੰਦੀ ਹੈ। ਮੈਂ ਦੇਖਿਆ ਕਿ ਬੱਚੇ ਆਉਂਦੇ ਨੇ ਕ੍ਰਿਕਟ ਕ੍ਰੁਕਟ ਖੇਡ ਕੇ, ਪੂਰਾ ਦਿਨ ਬੈਠ ਕੇ ਐਨਾਲਿਸਿਸ ਕੀਤਾ ਉੱਥੇ ਮੈਂ, ਕੀਤਾ ਕਿ ਵੀ ਕੀ ਕਰਦੇ ਨੇ ਲੋਕ ਇੱਥੇ। ਜਾਨਵਰ ਆਉਂਦੇ ਨੇ, ਉਹ ਜਿਹੜਾ ਸਰੋਵਰ ਹੈ ਉਹਦੇ ਵਿੱਚੋਂ ਪਾਣੀ ਪੂਣੀ ਪੀ ਕੇ ਅਤੇ ਉਹ ਚਲੇ ਜਾਂਦੇ ਨੇ।
ਲੇਕਿਨ ਮੈਂ ਫਿਰ ਕਹਾਂਗਾ ਕਿ ਪਤਾ ਨਹੀਂ ਕਿਉਂ ਮੈਨੂੰ ਇੰਜ ਖਿੱਚ ਜੀ ਪੈਂਦੀ ਹੈ ਕਿ ਇਹਨਾਂ ਜਗ੍ਹਾ ਵੱਲ ਮੈਂ ਜਾਵਾਂ, ਉੱਥੇ ਜਾ ਕੇ ਮੈਂ ਵੀਡੀਓ ਕਰਾਂ, ਮੈਂ ਲੋਕਾਂ ਨੂੰ ਲਾਈਵ ਕਰਕੇ ਦਿਖਾਵਾਂ। ਔਰ ਇਹ ਤੁਸੀਂ ਅਗਰ ਦੇਖੋ ਪੂਰੀ ਬਿਲਡਿੰਗ ਜਿਹੜੀ ਹੈ ਪੋਰਸ ਪੱਥਰ ਨਾਲ ਬਣੀ ਹੋਈ ਹੈ। ਪੋਰਸ ਪੱਥਰ ਮੀਨ ਬੁਨਿਆਦ ਇਹਦੀ ਜਿਹੜੀ ਹੈ ਬਹੁਤ ਉਹ ਜ਼ਿਆਦਾ ਪੁਰਾਣੀ ਹੈ ਉਹਦੀ। ਇਹ ਨਹੀਂ ਹੈ ਕਿ ਵੀ ਅਗਰ ਇਹ ਦਰਬਾਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ, ਹੋ ਸਕਦਾ ਇਹਦੀ ਬੇਸ ਜਿਹੜੀ ਹੈ ਪੋਰਸ ਪੱਥਰ, ਕਿਉਂਕਿ ਪੋਰਸ ਪੱਥਰ ਸਾਡੇ ਉੱਥੇ ਜਿਹੜਾ ਯੂਜ਼ ਹੁੰਦਾ ਪੋਰਸ ਦੇ ਨਾਮ 'ਤੇ ਹੀ ਹੈ, ਜਿਹਦੇ ਅੰਦਰ ਸਮਝ ਲਓ ਕਿ ਤੁਸੀਂ ਫੋਸਲਸ ਵਾਲਾ ਸਟੋਨ ਕਹਿ ਲਵੋ, ਕਿ ਉਹਦੇ ਅੰਦਰ ਜਿਹੜੇ ਨੇ ਸੁਰਾਖ ਹੁੰਦੇ ਨੇ। ਜਦੋਂ ਹਿੰਦੂ ਸ਼ਾਹੀ ਦਾ ਦਿਖਾਵਾਂਗਾ ਤਾਂ ਉਹਦੇ ਵਿੱਚ ਪੂਰੇ ਦੇ ਪੂਰੇ ਟੈਂਪਲ ਜਿਹੜੇ ਨੇ ਉਹ ਪੋਰਸ ਪੱਥਰ ਦੇ ਨੇ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਨਾਈਟ ਵਿਊ ਜ਼ਰਾ ਮਨ ਪਸੰਦ ਸੀ ਮੈਂ ਇਸ ਵਾਸਤੇ ਹੈ। ਛੋਟਾ ਗੁਰਦੁਆਰਾ ਸਾਹਿਬ, ਇਹ ਵੀ ਬਹੁਤ ਘੱਟ ਲੋਕ ਮੇਰੇ ਨਾਲ ਇਹਨਾਂ 'ਤੇ ਬੜੀ ਆਰਗੂਮੈਂਟ ਹੁੰਦੀ ਹੈ ਔਨਲਾਈਨ, ਬੜੇ ਲੋਕ ਮੈਨੂੰ ਬੇਇੱਜ਼ਤ ਵੀ ਕਰਦੇ ਨੇ ਇਸ ਚੀਜ਼ ਦੇ ਉੱਤੇ ਕਿ ਵੀ ਇਸ ਚੀਜ਼ ਦਾ ਕੋਈ ਕੋਨਸੈਪਟ ਨਹੀਂ ਹੈ, ਕੋਈ ਕੁਛ ਨਹੀਂ ਹੈ। ਮੈਨੂੰ ਇੱਕ ਗੱਲ ਦੱਸੋ, ਜਿੱਥੇ 3 ਤੋਂ 4 ਅਗਰ ਜਿਹੜੇ ਮੇਰੇ ਸਿੱਖ ਭਰਾ ਨੇ ਉਹਨਾਂ ਦੇ ਘਰ ਉੱਥੇ ਹੁੰਦੇ ਹੋਣ, ਤਾਂ ਉੱਥੇ ਕਿੰਨਾ ਕੁ ਵੱਡਾ ਗੁਰਦੁਆਰਾ ਬਣੇਗਾ। ਔਰ ਵੈਲਥ ਵਾਈਜ਼ ਜਿੰਨੇ ਲੋਕ ਮਜ਼ਬੂਤ ਹੋਣਗੇ ਉਨਾ ਹੀ ਵੱਡਾ ਗੁਰਦੁਆਰਾ ਹੋਏਗਾ ਨਾ। ਇਸ ਜਗ੍ਹਾ ਦੇ ਨਾਮ 'ਤੇ 10 ਤੋਂ 20 ਏਕੜ ਜਗ੍ਹਾ ਖਾਲੀ ਪਈ ਹੋਈ ਹੈ। ਅੱਜ ਵੀ ਦੱਸਿਆ ਜਾਂਦਾ ਕਿ ਇਹ ਜਿਹੜੇ ਵੀਰ ਜਿਨ੍ਹਾਂ ਦੇ ਕੋਲ ਹੈ ਗੁਰੂ ਘਰ ਸੀ, ਸੇਵਾ ਸੀ, ਉਹ 47 ਵਿੱਚ ਈਸਟ ਪੰਜਾਬ ਨਹੀਂ ਗਏ, ਇਸੇ ਜਗ੍ਹਾ ਦੇ ਉੱਤੇ ਪੂਰੇ ਹੋਏ ਨੇ। ਉਹ ਪੂਰੇ ਹੋਏ ਔਰ ਜਿਹੜੀ ਫੈਮਿਲੀ ਉਹਨਾਂ ਨਾਲ ਸੇਵਾ ਸੰਭਾਲ ਕੀਤੀ ਸੀ, ਜਗ੍ਹਾ ਉਹਨਾਂ ਕੋਲ ਲਈ ਵਾਂਦੇ ਬੀਜਦੇ ਉਹੀ ਨੇ, ਲੇਕਿਨ ਸਟਿਲ ਜਗ੍ਹਾ ਕਾਲਡ ਔਨ ਦਿਸ ਗੁਰੂ ਘਰ, ਛੋਟੇ ਗੁਰੂ ਘਰ ਦੇ ਨਾਮ 'ਤੇ। ਫੋਰਟ ਆਫ ਜਨਰਲ ਹਰੀ ਸਿੰਘ ਨਲਵਾ, ਹਰੀਪੁਰ, ਹਜ਼ਾਰਾ, ਹਜ਼ਾਰਾ ਡਿਵੀਜ਼ਨ, ਨੌਰਥ ਵੈਸਟ ਪੰਜਾਬ, ਜਿਹੜਾ ਕਿ ਆਖਰੀ ਕੋਨਾ ਸੀ ਬ੍ਰਿਟਿਸ਼ ਨੇ 1901 ਦੇ ਵਿੱਚ ਇਹ ਸਾਰਾ ਏਰੀਆ ਜਿਹੜਾ KPK ਪ੍ਰੋਵਿੰਸ ਯਾਨੀ ਕਿ NWFP ਨੂੰ ਦੇ ਦਿੱਤਾ, ਜਿੱਥੋਂ ਕਿ ਪ੍ਰੋਡਕਸ਼ਨ ਘੱਟ ਸੀ ਆਪਣੀ ਸੇਫਟੀ ਕਰਨ ਨੂੰ, ਪੰਜਾਬ ਦਾ ਇੱਕ ਅੰਗ ਜਿਹੜਾ ਪੂਰਾ ਵੱਢ ਕੇ ਉਹ ਕਿਸੇ ਹੋਰ ਪਾਸੇ ਦੇ ਦਿੱਤਾ ਉਹਨਾਂ ਨੇ। ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਜੀ, ਪੰਜਾਬ ਦੀ ਕੋਈ ਵੀ ਚਾਹੇ ਈਸਟ ਦਾ ਜਾਂ ਵੈਸਟ ਦਾ ਕੋਈ ਕੋਨਾ ਖੁਤਰਾ ਜਿੱਦਾਂ ਇੱਦਾਂ ਕਰਕੇ ਵੰਡੀਆਂ ਕਰਕੇ 3-3 ਹਿੱਸੇ 5-5 ਹਿੱਸੇ ਕੀਤੇ ਨੇ। ਮੈਨੂੰ ਬਹੁਤ ਤਕਲੀਫ ਹੁੰਦੀ ਹੈ ਜੀ ਉਸ ਚੀਜ਼ ਦੇ ਬਾਰੇ ਦੇ ਵਿੱਚ। ਅਤੇ ਇਹ ਹਿੱਸਾ ਜਿਹੜਾ ਸੀ ਓਰਿਜਨਲੀ ਅਗਰ ਦੇਖਿਆ ਜਾਏ ਤਾਂ ਇਹ ਪੰਜਾਬ ਸੀ, ਇਹ ਨੌਰਥ ਵੈਸਟ ਪੰਜਾਬ ਸੀ। ਇਹ ਇੱਥੋਂ ਅੱਗੇ ਸਟੇਟ ਸ਼ੁਰੂ ਹੁੰਦੀ ਸੀ ਅੰਬ ਦਰਬੰਦ, ਜਿਹੜੀ ਕਿ ਇੱਕ ਆਜ਼ਾਦ ਸਟੇਟ ਸੀ ਪੂਰੀ। ਉਸ ਤੋਂ ਪਹਿਲੇ ਹਰਕਿਸ਼ਨਗੜ੍ਹ ਸੀ, ਜਦੋਂ ਇਹ ਏਰੀਆ ਕੰਟਰੋਲ ਨਹੀਂ ਸੀ ਹੋ ਰਿਹਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਰਾਜ ਦੇ ਵਿੱਚ, ਖਾਲਸਾ ਰਾਜ ਦੇ ਵਿੱਚ, ਜਨਰਲ ਹਰੀ ਸਿੰਘ ਨਲਵਾ ਜੀ ਨੂੰ ਇੱਥੇ ਕਮਾਂਡ ਕਰਨ ਲਈ ਭੇਜਿਆ। ਔਰ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਲੋਕਾਂ ਨਾਲ ਮੇਲ ਮਿਲਾਪ ਕਰਕੇ ਐਗਰੀਕਲਚਰ ਨੂੰ ਪੂਰਾ ਇੱਥੇ, ਕਾਫੀ ਲੰਬੀ ਗੱਲ ਹੈ ਲੇਕਿਨ ਮੈਂ ਕਹਾਂਗਾ ਕਿ ਵਾਟਰ ਚੈਨਲ ਜਿਹੜਾ ਸੀ ਸਭ ਤੋਂ ਅੱਛਾ ਸੋਹਣਾ ਜਿਹੜਾ ਪਾਕਿਸਤਾਨ ਦੇ ਵਿੱਚ, ਹਰੀ ਸਿੰਘ ਨਲਵਾ ਦੀ ਜਿਹੜੀ ਯਾਦ ਹੈ ਉਹ ਇੱਕ ਵਾਟਰ ਚੈਨਲ ਹੈ ਜਿਹਨੂੰ ਕਿ ਰੰਗੀਲਾ ਬੰਦ ਕਿਹਾ ਜਾਂਦਾ, ਜਿਹਦੇ ਤੋਂ 4 ਨਦੀਆਂ 7 ਨਦੀਆਂ ਨਿਕਲਦੀਆਂ ਸਨ, ਲੇਕਿਨ ਹੁਣ 4 ਨਦੀਆਂ ਨੇ ਸ਼ਹਿਰ ਦੀ ਕਲੀਨਿੰਗ ਜਿਹੜੀ ਹੈ ਉਸੇ ਨਦੀ ਤੋਂ ਜਿਹੜਾ ਪਾਣੀ ਆਉਂਦਾ ਰੰਗੀਲਾ ਬੰਦ ਤੋਂ, ਪੂਰੇ ਸ਼ਹਿਰ ਦੀ ਸਫਾਈ। ਅੱਜ ਵੀ ਲੋਕ ਘਰ ਦਾ ਕੂੜਾ ਕਚਰਾ ਜਿਹੜਾ ਉਹ 4 ਨਦੀਆਂ 'ਚ ਸੁੱਟਦੇ ਨੇ, ਪਿੱਛੋਂ ਰੰਗੀਲਾ ਬੰਦ ਤੋਂ ਪਾਣੀ ਖੋਲਦੇ ਨੇ, ਉਹ ਸਾਰਾ ਖੇਤਾਂ 'ਚ ਚਲਾ ਜਾਂਦਾ। ਯਾਨੀ ਕਿ ਬਰਤਨ ਧੋ ਕੇ ਸਬਜ਼ੀ ਵਾਲਾ ਪਾਣੀ, ਹੋਰ ਦੂਸਰਾ ਪਾਣੀ ਜਿਹੜਾ ਉਹ ਸਾਰਾ ਉਹਨਾਂ ਨਾਲਿਆਂ 'ਚ ਹੁੰਦਾ, ਲੇਕਿਨ ਪਿੱਛੋਂ ਪ੍ਰੈਸ਼ਰ ਆਉਂਦਾ। ਔਰ ਅੱਗੇ ਜਾ ਕੇ ਲੀਚੀ ਦੇ ਬਾਗ ਨੇ, ਮਾਲਟੇ ਦੇ ਬਾਗ ਨੇ, ਉਹਨਾਂ ਜਗ੍ਹਾ ਦੇ ਉੱਤੇ ਉਸ ਚੀਜ਼ ਦੀ ਜ਼ਰੂਰਤ ਹੈ। ਔਰ ਆਟੋਮੈਟਿਕਲੀ ਜਿਹੜਾ ਉਹ ਪ੍ਰੋਡਕਸ਼ਨ ਜਿਹੜੀ ਹੈ ਇੱਥੇ ਦੀ ਵੈਜੀਟੇਬਲਸ ਦੀ, ਫਰੂਟ ਦੀ ਜਿਹੜੀ ਹੈ ਬਹੁਤ ਅੱਛੀ ਹੈ। ਔਰ ਉਹਦੇ ਪਿੱਛੇ ਮੈਂ ਕਹਾਂਗਾ ਕਿ ਇੱਕ ਹੱਥ ਜਿਹੜਾ ਸੀ ਜਿਹੜੇ ਉਸ ਵੇਲੇ ਨਾਲ ਕਰਨਲ ਸਨ, ਉਹ ਮੇਰੇ ਨਾਲ ਫਰੈਂਚ ਕਰਨਲ ਸਨ, ਜਿਨ੍ਹਾਂ ਨੇ ਮਸ਼ਵਰਾ ਦਿੱਤਾ ਸੀ ਕਿ ਤੁਸੀਂ ਇਹਨੂੰ ਆਪਣਾ ਵੇਸਟ ਸ਼ੁਦਾ ਜਿਹੜਾ ਪਾਣੀ ਹੈ, ਕਿਉਂਕਿ ਫੋਰਟ ਦੇ ਚਾਰੋਂ ਪਾਸੇ ਬਿਲਕੁਲ ਪੰਜਾਬ ਦੇ ਕਿਲੇ ਦੀ ਤਰ੍ਹਾਂ ਚਾਰੋਂ ਪਾਸੇ ਨਹਿਰ ਸੀ, ਉਹਨੂੰ ਫਿਲ ਕਰਨ ਤੋਂ ਬਾਅਦ ਜਨਰਲ ਸਾਹਿਬ ਨੇ ਕਿਹਾ ਕਿ ਪਾਣੀ ਜ਼ਾਇਆ ਹੋਏਗਾ ਕਿਉਂਕਿ ਇੱਥੇ ਤਾਂ ਪਾਣੀ ਪੀਣ ਨੂੰ ਨਹੀਂ ਲੱਭਦਾ, ਅਤੇ ਲੋਕ ਇਤਰਾਜ਼ ਵੀ ਕਰਨਗੇ। ਲੇਕਿਨ ਜਦੋਂ ਐਰੀਗੇਸ਼ਨ ਵਾਸਤੇ ਅੱਗੇ 4 ਨਦੀਆਂ ਨਿਕਲੀਆਂ ਤਾਂ ਉਹ ਨਦੀਆਂ ਅੱਜ ਵੀ ਪਾਣੀ ਵਾਸਤੇ ਯੂਜ਼ ਹੋ ਰਹੀਆਂ, ਲੋਕ ਫਾਇਦਾ ਚੁੱਕਦੇ ਨੇ, ਉਹ ਲੋਕ ਬਹੁਤ ਤਾਰੀਫ ਕਰਦੇ ਨੇ। ਅਗਰ ਉੱਥੋਂ ਕਿਸੇ ਨੂੰ ਪੁੱਛੋ ਤਾਂ ਉਹ ਮਤਲਬ ਇਹਦੇ ਮਤਲਬ ਕੋਈ ਉਹਨਾਂ ਦੀ ਕੋਈ ਕੰਟਰੋਵਰਸੀ ਨਹੀਂ ਹੈ ਇਸ ਚੀਜ਼ ਦੇ ਬਾਰੇ 'ਚ, ਕਹਿੰਦੇ ਨੇ ਕਿ ਜੀ ਹਰੀ ਸਿੰਘ ਨਲਵਾ ਜੀ ਨੇ ਜੋ ਬਣਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਉਹਦੇ 'ਚ ਕੋਈ ਚੇਂਜਿੰਗ ਨਹੀਂ ਆਈ ਹੈ। ਜੀ ਜਨਰਲ ਐਵੀਟੇਬਲ ਦਾ ਦੇਖੇ, ਕਿਉਂਕਿ ਜੀ ਐਵੀਟੇਬਲ ਇੱਧਰ ਨਹੀਂ, ਉਹ ਪਿਸ਼ਾਵਰ ਵਾਲੀ ਸਾਈਡ 'ਤੇ ਜ਼ਿਆਦਾ ਰਹੇ ਨੇ, ਉਹਨਾਂ ਦੇ ਇੱਧਰ ਨਿਸ਼ਾਨਾਤ ਘੱਟ ਨੇ। ਇਹ ਜੀ ਐਡਮਿਨਿਸਟ੍ਰੇਸ਼ਨ ਆਫਿਸ ਹੈ ਜੀ ਲੈਫਟ ਸਾਈਡ ਦੇ ਉੱਤੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ, ਔਰ ਰਾਈਟ ਸਾਈਡ ਦੇ ਉੱਤੇ ਇਹ ਜਗ੍ਹਾ ਇਸ ਲਈ ਦਿਖਾਉਣੀ ਜ਼ਰੂਰੀ ਹੈ ਕਿ ਸਾਰੇ ਹਮਲਾਵਰ ਇਸ ਪਾਸੋਂ ਹੀ ਆਉਂਦੇ ਸੀ, ਯਾਨੀ ਕਿ ਇਹ ਸਾਈਡ ਜਿਹੜੀ ਹੈ ਉਹ ਅਫਗਾਨਿਸਤਾਨ ਵੱਲੋਂ ਚਲੀ ਜਾਂਦੀ ਹੈ।
ਗੁਰਦੁਆਰਾ ਗੁਰੂ ਸਤਸੰਗ ਸਭਾ ਹਰੀਪੁਰ ਮੈਂ ਕਹਾਂਗਾ ਕਿ ਇਹ ਵੀ ਗੁਰੂ ਘਰ ਜਿਹੜਾ ਪ੍ਰਾਇਮਰੀ ਸਕੂਲ ਹੈ ਇਸ ਵੇਲੇ ਲੇਕਿਨ ਬਹੁਤ ਖੂਬਸੂਰਤ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਚੱਲ ਰਿਹਾ ਜਦੋਂ ਗੁਰਦੁਆਰੇ ਵਾਲਾ ਸਕੂਲ ਕਹੋ ਤਾਂ ਫਿਰ ਲੋਕ ਸਮਝਦੇ ਨੇ ਕਿ ਵੀ ਕਿੱਥੇ ਜਾਣਾ ਬੰਦੇ ਨੇ ਵਰਨਾ ਜਲਦੀ ਮਿਲਦਾ ਨਹੀਂ ਹੈ ਕਿਉਂਕਿ ਪਤਲੀਆਂ ਪਤਲੀਆਂ ਗਲੀਆਂ ਨੇ ਬਾਜ਼ਾਰ ਦੀਆਂ ਤਾਂ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਫਿਰ ਅੱਗੇ ਜਾਣਾ ਪੈਂਦਾ ਮੈਂ ਕਹਾਂਗਾ ਕਿ ਗੌਰਮੈਂਟ ਆਫ ਜਿਹੜੀ ਹੈ ਇਸ ਜਗ੍ਹਾ ਦੀ ਜਿਹੜੀ ਗੌਰਮੈਂਟ ਹੈ ਹਰੀਪੁਰ ਜਾਂ ਹਜ਼ਾਰਾ ਡਿਵੀਜ਼ਨ ਨੂੰ ਜੋ ਡੀਲ ਕਰਦੇ ਨੇ ਬਹੁਤ ਬਹੁਤ ਅੱਛਾ ਉਹਨਾਂ ਨੇ ਕੀਤਾ ਕਿ ਕਾਫੀ ਗੁਰੂ ਘਰ ਐਸੇ ਜਿਹੜੇ ਵੀਰਾਨ ਸਨ ਉਹਨਾਂ ਨੂੰ ਉਹਨਾਂ ਨੇ ਸਕੂਲ ਦੇ ਵਿੱਚ ਕਨਵਰਟ ਕਰ ਦਿੱਤਾ ਸਕੂਲ 'ਚ ਕਨਵਰਟ ਕਰਕੇ ਔਰ ਉਹਨਾਂ ਦੀ ਮੇਨਟੇਨੈਂਸ ਵੀ ਕੀਤੀ ਹੈ ਲੇਕਿਨ ਇਹਦੇ ਅੰਦਰ ਨੀਂਹ ਪੱਥਰ ਮੈਨੂੰ ਕੋਈ ਨਹੀਂ ਨਜ਼ਰ ਆਇਆ ਲੇਕਿਨ ਸਾਇੰਸ ਤੋਂ ਪਤਾ ਚੱਲਦਾ ਮੈਨੂੰ ਸਕੂਲ ਵਾਲਿਆਂ ਨੇ ਕਿਹਾ ਕਿ ਤੁਸੀਂ ਉਹ ਸਾਇੰਸ ਦੱਸੋ ਜਿੱਥੋਂ ਤੁਹਾਨੂੰ ਪਤਾ ਲੱਗਾ ਜੀ ਇਹ ਗੁਰੂ ਘਰ ਹੈ ਅਤੇ ਮੈਂ ਅਮੂਮਨ ਨਹੀਂ ਦੱਸਦਾ ਮੈਨੂੰ ਪਤਾ ਕਿ ਜੇਕਰ ਮੈਂ ਦੱਸ ਦਿੱਤਾ ਤਾਂ ਕੀ ਹੋਏਗਾ ਫਿਰ ਗੁਰਦੁਆਰਾ ਗੁਰੂ ਸਿੰਘ ਸਭਾ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਵੀ ਕਿਹਾ ਜਾਂਦਾ ਮਾਨਸੇਰਾ ਸ਼ਹਿਰ ਦੇ ਵਿੱਚ ਮਾਨ ਸਿੰਘ ਦੇ ਨਾਮ 'ਤੇ ਵਸਾਇਆ ਗਿਆ ਇੱਕ ਅੱਜ ਵੀ ਖੂਬਸੂਰਤ ਸ਼ਹਿਰ ਪੁਰਅਮਨ ਸ਼ਹਿਰ ਜਿਹੜਾ ਕਿ ਗਿਣਿਆ ਜਾਂਦਾ ਇਹ ਨੌਰਥ ਵੈਸਟ ਵਿੱਚ ਮੈਂ ਕਹਾਂਗਾ ਕਿ ਇਹ ਲਾਸਟ ਬਾਉਂਡਰੀ ਸਨ ਜੀ ਪੰਜਾਬ ਦੀਆਂ ਮਾਨਸੇਰਾ ਜਿੱਥੇ ਵੇ ਇਹ ਕਸ਼ਮੀਰੀ ਬਾਜ਼ਾਰ ਦੇ ਵਿੱਚ ਖੂਬਸੂਰਤ ਗੁਰੂ ਘਰ ਹੈ ਮੈਂ ਕਹਾਂਗਾ ਕਿ ਅਗਰ ਕੋਈ ਬੰਦਾ ਮਾਨਸੇਰਾ ਜਾਂਦਾ ਤਾਂ ਪਲੀਜ਼ ਇਸ ਗੁਰੂ ਘਰ ਨੂੰ ਦੇਖ ਕੇ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਉਸ ਵਕਤ ਦੀ ਜਿਹੜੀ ਸੰਗਤ ਸੀ ਉਹਨਾਂ ਦਾ ਕਿੰਨਾ ਕੁ ਪਿਆਰ ਹੋਏਗਾ ਕਿ ਮੈਂ ਕਹਾਂਗਾ ਕਿ ਇੱਥੇ ਮੈਨੂੰ ਕੋਈ ਕਿਸੇ ਸਿੱਖ ਦਾ ਘਰ ਮੈਨੂੰ ਕੋਈ ਪੱਕਾ ਨਹੀਂ ਨਜ਼ਰ ਆਇਆ ਲੇਕਿਨ ਗੁਰੂ ਘਰ ਦੇ 'ਚ ਜਿਹੜਾ ਮਾਰਬਲ ਲੱਗਾ ਜਿਹੜਾ ਵਾਲ ਫਰੈਸਕੋ ਹੋਇਆ ਜਿਹੜਾ ਛੱਤ 'ਤੇ ਲੱਕੜ ਪਈ ਹੋਈ ਹੈ ਜਾਂ ਪਾਣੀ ਦਾ ਸਿਸਟਮ ਹੈ ਇੱਥੇ ਜਾਂ ਇਹਦੀ ਮੈਂ ਕਹਾਂਗਾ ਇਨਗ੍ਰੇਵਿੰਗ ਜਿਹੜੀ ਹੈ ਸਟੋਨਸ ਦੀ ਵੁੱਡ ਦੀ ਅਮੇਜ਼ਿੰਗ ਬੰਦਾ ਤਾਰੀਫ ਕੀਤੋਂ ਬਗੈਰ ਨਹੀਂ ਰਹਿ ਸਕਦਾ ਪਹਿਲੇ ਇਹ ਥਾਣਾ ਹੁੰਦਾ ਸੀ ਫਿਰ ਪੁਲਿਸ ਕੋਲੋਂ ਲੈ ਕੇ ਡਿਪਟੀ ਕਮਿਸ਼ਨਰ ਨੇ ਜਿਹੜਾ ਇਹ ਪਬਲਿਕ ਲਾਇਬ੍ਰੇਰੀ ਅੱਜ ਕੱਲ੍ਹ ਮਿਊਂਸਪਲ ਲਾਇਬ੍ਰੇਰੀ ਹੈ ਕਿਉਂਕਿ ਸੰਗਤ ਇੱਥੇ ਬਿਲਕੁਲ ਹੈ ਹੀ ਨਹੀਂ ਹੈ ਇੱਕ ਘਰ ਵੀ ਸੰਗਤ ਦਾ ਨਹੀਂ ਮੌਜੂਦ ਹੈ ਗੁਰਦੁਆਰਾ ਬਾਰਾਦਰੀ ਕੁਰੀ ਸਿਟੀ ਮੈਂ ਕਹਾਂਗਾ ਕਿ ਇਹ ਗੁਰੂ ਘਰ ਦੁਨੀਆ ਦੀ ਨਜ਼ਰ ਤੋਂ ਹੀ ਛੁਪਿਆ ਹੋਇਆ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ 'ਚ ਪਤਾ ਹੋਏਗਾ ਰਾਵਲਪਿੰਡੀ ਦੇ ਜਿਹੜੇ ਮਰਚੈਂਟ ਸਨ ਉਹਨਾਂ ਦੀ ਗਰਮੀਆਂ 'ਚ ਦੁਕਾਨਾਂ ਜਿਹੜੀਆਂ ਸਨ ਉਹ ਮਰੀ 'ਚ ਹੁੰਦੀਆਂ ਸਨ ਮਰੀ ਦਾ ਲੋਅਰ ਬਾਜ਼ਾਰ ਜਿਹੜਾ ਲੋਅਰ ਮਾਲ ਬਾਜ਼ਾਰ ਜਿਹੜਾ ਹੈ ਸ਼ਿਮਲਾ ਦੀ ਡੁਪਲੀਕੇਟ ਸਿਟੀ ਜਿਹੜੀ ਹੈ ਸਾਡੇ ਪੰਜਾਬ ਦੇ ਆਖਰੀ ਕੋਨੇ ਦੇ ਉੱਤੇ ਬਣੀ ਹੋਈ ਹੈ ਜਿਹਨੂੰ ਕਿ ਮਰੀ ਕਿਹਾ ਜਾਂਦਾ ਜਿੱਥੇ ਕਿ ਹੁਣ ਵਿੰਟਰ ਦੇ ਸਨੋਫਾਲ ਵੀ ਹੋਏਗੀ ਗਰਮੀ ਦਾ ਮੌਸਮ ਬਹੁਤ ਅੱਛਾ ਹੁੰਦਾ ਤਾਂ ਮੈਂ ਕਹਾਂਗਾ ਖਾਲਸਾ ਜੀ ਦੀ ਔਰ ਹਿੰਦੂ ਵੀਰਾਂ ਦੀਆਂ ਬਹੁਤ ਜ਼ਿਆਦਾ ਸਾਰੀਆਂ ਦੁਕਾਨਾਂ ਜਿਹੜੀਆਂ ਲੋਅਰ ਮਾਲ 'ਤੇ ਸਨ ਲੇਕਿਨ 70% ਜਿਹੜੀਆਂ ਦੁਕਾਨਾਂ ਨੇ ਅੱਜ ਵੀ ਉਹ ਸਿੱਖਾਂ ਦੇ ਨਾਮ 'ਤੇ ਬੋਲਦੀਆਂ ਨੇ ਕਿ ਵੀ ਸਿੱਖ ਪ੍ਰੋਪਰਟੀ ਹੈ ਉੱਥੇ ਜਾ ਕੇ ਪੁੱਛੋ ਵੀ ਕਿਸੇ ਨੂੰ ਵੀ ਇਹ ਦੁਕਾਨਾਂ ਯਾਰ ਤੇਰੀਆਂ ਜੱਦੀ ਨਹੀਂ ਨਹੀਂ ਯਾਰ ਸਾਡੀਆਂ ਨਹੀਂ 47 ਤੋਂ ਪਹਿਲੇ ਸਿੱਖਾਂ ਦੀਆਂ ਦੁਕਾਨਾਂ ਸੀ ਅਸੀਂ ਇਹਦੇ 'ਚ ਬੈਠੇ ਹਾਂ ਹੁਣ ਇਹ ਗੁਰੂ ਘਰ ਬਿਲਕੁਲ ਜਿਸ ਤਰ੍ਹਾਂ ਗੁਰਦੁਆਰਾ ਟਲ ਸਾਹਿਬ ਹੈ ਉਸੇ ਤਰ੍ਹਾਂ ਦੀ ਬਿਲਕੁਲ ਸ਼ੇਪ ਸੀ ਇਹਦੀ ਲੰਬੀ ਜੀ ਔਰ ਇਹਦੇ ਉੱਤੇ ਪੂਰਾ ਕਵਰ ਸੀ ਹੈ ਇਹ ਜਿਹੜਾ ਸੈਂਟਰ ਵਾਲਾ ਏਰੀਆ ਜਿਹੜਾ ਤੁਹਾਨੂੰ ਹੁਣ ਡੈਮੇਜ ਨਜ਼ਰ ਆ ਰਿਹਾ ਇਹਦੇ ਵੀ ਅਗਰ ਤੁਸੀਂ ਚਾਰੋਂ ਦਰਵਾਜ਼ੇ ਜਿਹੜੇ ਨੇ ਉਹਨਾਂ ਦੇ ਨਾਲ ਨਾਲ ਅਗਰ ਤੁਸੀਂ ਦੇਖੋ ਤਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ ਲੇਕਿਨ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਜਦੋਂ 1992 ਦੇ ਵਿੱਚ ਜਦੋਂ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਦੇ ਅਗੇਂਸਟ ਲੋਕਾਂ ਨੇ ਪ੍ਰੋਟੈਸਟ ਜਦੋਂ ਸ਼ੁਰੂ ਕੀਤਾ ਤਾਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਉੰਨੀ ਦੇਰ ਤੱਕ ਲੋਕਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਵੀ ਮੰਦਿਰ ਦੇ ਵਿੱਚ ਔਰ ਗੁਰੂ ਘਰ ਦੇ ਵਿੱਚ ਕੀ ਫਰਕ ਹੈ ਟਾਰਗੇਟ ਫਿਰ ਜਿਹੜੀ ਵੀ ਹਿਸਟੋਰੀਕਲ ਬਿਲਡਿੰਗ ਸੀ ਰਸਤੇ ਦੇ ਵਿੱਚ ਉਹਨੂੰ ਨੁਕਸਾਨ ਪਹੁੰਚਿਆ ਲੇਕਿਨ ਜਲਦ ਹੀ ਗੌਰਮੈਂਟ ਨੇ ਬਹੁਤ ਅੱਛੀ ਪੋਲਿਸੀ ਕੀਤੀ ਸੀ ਕਿ ਵੀ ਉਹਨਾਂ ਦੇ ਵਿੱਚੋਂ ਵੀ ਟੋਟਲ ਜਿਹੜੇ ਸੁਣਨ ਦੇ ਵਿੱਚ ਆਏ ਸਨ ਬਹੁਤ ਘੱਟ ਸਨ ਕਿਉਂਕਿ 400 ਦਾ ਮੈਂ ਦੱਸ ਰਿਹਾ ਰਿਕਾਰਡ ਮੇਰੇ ਕੋਲ ਹੈ ਅਤੇ ਹਲੇ ਮੈਂ ਸਿਰਫ ਸੈਂਟਰ ਪੰਜਾਬ ਔਰ ਨੌਰਥ ਵੈਸਟ ਦੀ ਗੱਲ ਕਰ ਰਿਹਾ ਅਗਰ ਸਾਊਥ ਔਰ ਬਾਕੀ ਈਸਟ ਵਗੈਰਾ ਦੇਖੀਏ ਤਾਂ ਲੰਬੀ ਤਾਦਾਦ ਹੈ ਇੱਕ ਵਕਤ ਆਏਗਾ ਤੁਹਾਡੇ ਸਾਹਮਣੇ ਮੈਂ ਜੀ ਖੜਾ ਹੋਵਾਂਗਾ ਔਰ ਮੈਂ ਥਾਊਜ਼ੈਂਡਸ ਵਿੱਚ ਉਹਦੀ ਤਾਦਾਦ ਗਿਣ ਕੇ ਔਰ ਮੈਂ ਸਲਾਈਡ ਵੀ ਦਿਖਾ ਸਕਾਂਗਾ ਮੈਂ ਇਹ ਗੁਰੂ ਘਰ ਦੇ ਨਾਮ ਦੇ ਉੱਤੇ ਜੀ ਤਕਰੀਬਨ 10 ਏਕੜ ਜ਼ਮੀਨ ਅੱਜ ਵੀ ਜਿਹੜੀ ਹੈ ਖਾਲੀ ਪਈ ਹੈ ਖੂਹ ਵੀ ਹੈਗਾ ਸਾਰਾ ਕੁਛ ਪਿਆ ਹੋਇਆ ਇਹਦਾ ਬਾਬਾ ਖੇਮ ਸਿੰਘ ਬੇਦੀ ਮਹਿਲ ਜੀ ਮੈਂ ਕਹਾਂਗਾ ਕਿ ਨੌਰਥ ਵੈਸਟ ਵਿੱਚ ਅਗਰ ਸਿੱਖ ਦੌਰ ਦਾ ਜਾਂ ਖਾਲਸਾ ਦੌਰ ਤੋਂ ਬਾਅਦ ਜਿਹੜੀ ਕੋਈ ਰਿਮੇਨਸ ਨੇ ਕੋਈ ਬਹੁਤ ਖੂਬਸੂਰਤ ਰਿਮੇਨਸ ਨੇ ਅਤੇ ਉਹ ਹਵੇਲੀ ਉਹਨਾਂ ਦੇ ਵਿੱਚੋਂ ਇੱਕ ਹੈ ਵੇ ਕਿ ਜਿਹੜੀ ਕਿ ਵੱਡੇ ਸਿਟੀਜ਼ ਤੋਂ ਹਟ ਕੇ ਵੇ ਇੱਕ ਛੋਟੇ ਟਾਊਨ ਦੇ ਅੰਦਰ ਇੱਕ ਕਲਰ ਇੱਕ ਏਰੀਆ 23 km ਬਣਦਾ ਹੈ ਇਹਦਾ ਤਕਰੀਬਨ ਈਸਟ ਵਾਲੀ ਸਾਈਡ ਦੇ ਉੱਤੇ ਰਾਵਲਪਿੰਡੀ ਤੋਂ ਬਾਬਾ ਖੇਮ ਸਿੰਘ ਬੇਦੀ ਜੀ ਵੈਸੇ ਤਾਂ ਪੈਦਾ ਹੁੰਦੇ ਨੇ ਆਪਣਾ ਮੌਂਟਗੋਮਰੀ ਸਾਹੀਵਾਲ ਜਿਹਨੂੰ ਕਿਹਾ ਜਾਂਦਾ ਉੱਥੇ ਔਰ ਉਹਨਾਂ ਨੂੰ ਜਿਹੜੇ ਰਕਬੇ ਅਲੋਟ ਹੁੰਦੇ ਨੇ ਸਰਕਾਰ ਵੱਲੋਂ ਉਹ ਇਸ ਜਗ੍ਹਾ ਦੇ ਉੱਤੇ ਹੁੰਦੇ ਨੇ ਇਹ ਜਿਹੜਾ ਦਰਵਾਜ਼ਾ ਖੁੱਲ੍ਹਿਆ ਨਜ਼ਰ ਆ ਰਿਹਾ ਤੁਹਾਨੂੰ ਉਹਨਾਂ ਦੀ ਹਵੇਲੀ ਦੇ ਵਿੱਚ ਅੰਦਰ ਵੜਦਿਆਂ ਲੈਫਟ ਸਾਈਡ ਦੇ ਉੱਤੇ ਉਹਨਾਂ ਦੀ ਪਹਿਲੇ ਕੋਰਟ ਆਉਂਦੀ ਹੈ
ਜਿੱਥੇ ਉਹ ਲੋਕਾਂ ਦੇ ਮਸਲੇ ਮਸਾਇਲ ਔਰ ਸਾਰਾ ਕੁਝ ਕਰਦੇ ਸੀ ਔਰ ਇਹ ਬੇਦੀ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਇਸ ਲਈ ਕਾਫੀ ਇਹਨਾਂ ਦੇ ਮੁਤਲਕ ਜੋ ਰੈਫਰੈਂਸਿਸ ਮਿਲਦੇ ਨੇ ਇਹ 16ਵੇਂ ਵੰਸ਼ ਤੋਂ ਜਾ ਕੇ ਬਾਬਾ ਗੁਰੂ ਨਾਨਕ ਸਾਹਿਬ ਜੀ ਨਾਲ ਜੁੜ ਜਾਂਦੇ ਨੇ ਇਹਦੇ ਅੰਦਰ ਇਹ ਰਾਈਟ ਸਾਈਡ 'ਤੇ ਤੁਹਾਨੂੰ ਜਿਹੜਾ ਵਾਲ ਫਰੈਸਕੋ ਨਜ਼ਰ ਆ ਰਿਹਾ ਖਾਲਸਾ ਆਰਟ ਦਾ ਸਭ ਤੋਂ ਬਿਹਤਰੀਨ ਨਮੂਨਾ ਅਗਰ ਪਾਕਿਸਤਾਨ ਦੇ ਵਿੱਚ ਕਿਤੇ ਮੌਜੂਦ ਹੈ ਤਾਂ ਇਸ ਹਵੇਲੀ ਦੇ ਵਿੱਚ 100 ਤੋਂ ਜ਼ਿਆਦਾ ਬਣੀਆਂ ਹੋਈਆਂ ਵਾਲ ਫਰੈਸਕੋ ਮੈਂ ਕਹਿੰਦਾ ਕਿ ਅਮੇਜ਼ਿੰਗ ਨੇ ਔਰ ਇੰਨੀ ਦੇਰ ਗੁਜ਼ਰਨ ਤੋਂ ਬਾਅਦ 120-130 ਸਾਲ ਗੁਜ਼ਰਨ ਤੋਂ ਬਾਅਦ ਵੀ ਇਸ ਹਵੇਲੀ ਦੇ ਅੰਦਰ ਇਹ ਤਸਵੀਰਾਂ ਬੰਦਾ ਦੇਖੇ ਤਾਂ ਇੰਝ ਲੱਗਦਾ ਜਿਵੇਂ ਅੱਜ ਪੇਂਟ ਕੀਤੀਆਂ ਨੇ ਕਿਸੇ ਨੇ ਇੰਨੇ ਰਿਚ ਕਲਰ ਨੇ ਉਹਨਾਂ ਦੇ ਅੱਜ ਕੱਲ੍ਹ ਹੈ ਗੌਰਮੈਂਟ ਸਕੂਲ ਹੈ ਉਹਦੇ ਅੰਡਰ ਆਉਂਦਾ ਲੇਕਿਨ ਮੈਂ ਕਹਾਂਗਾ ਕਿ ਹਵੇਲੀ ਨੂੰ ਹੁਣ ਉਹਨਾਂ ਨੇ ਡੇਂਜਰਸ ਕਰਾਰ ਦਿੱਤਾ ਸਰਵੇ ਕੀਤਾ ਆਰਕਿਓਲੋਜੀ ਡਿਪਾਰਟਮੈਂਟ ਨੇ ਡਿਪਟੀ ਡਾਇਰੈਕਟਰ ਆਰਕਿਓਲੋਜੀ ਮੇਰੇ ਦੋਸਤ ਨੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਪਲੀਜ਼ ਇਸ ਹਵੇਲੀ ਨੂੰ ਡਿੱਗਣ ਤੋਂ ਬਚਾ ਲਓ ਕਿਉਂਕਿ ਉਸ ਏਰੀਏ ਦੀ ਸਭ ਤੋਂ ਉੱਚੀ ਹਵੇਲੀ ਹੈ ਔਰ ਜਿਹੜਾ ਉਹ ਦੱਸਿਆ ਜਾਂਦਾ ਡੇਰਾ ਖਾਲਸਾ ਦੀ ਗੱਲ ਹੋ ਰਹੀ ਸੀ ਡੇਰਾ ਖਾਲਸਾ ਵੀ ਇਹਦੇ ਲੱਗ ਗਈ ਹੈ ਚਵਾ ਖਾਲਸਾ ਵੀ ਇਹਦੇ ਲੱਗ ਗਈ ਹੈ ਸਾਗਰੀ ਵੀ ਇਹਦੇ ਲੱਗ ਗਈ ਹੈ ਔਰ ਚਵਾ ਖਾਸ ਵੀ ਇਹਦੇ ਲੱਗ ਗਈ ਹੈ ਔਰ ਖਾਲਸਾ ਜੀ ਦੀ ਜਿਹੜੀ ਆਖਰੀ ਡੌਨਫਾਲ ਜਿਹੜਾ ਸ਼ੁਰੂ ਹੁੰਦਾ ਆਖਰੀ ਚੌਕੀ ਇਸੇ ਜਗ੍ਹਾ ਦੇ ਉੱਤੇ ਸੀ ਇਹਦੇ ਹੀ ਨਜ਼ਦੀਕ ਸੀ ਜਿੱਥੋਂ ਡੌਨਫਾਲ ਦੀ ਆਖਰੀ ਜਿਹੜੀ ਹੈ ਸੁਣਵਾਈ ਮਿਲੀ ਸੀ ਕਿ ਵੀ ਜੀ ਖਾਲਸਾ ਰਾਜ ਖਤਮ ਹੋ ਗਿਆ ਗੁਰਦੁਆਰਾ ਗੁਰੂ ਸਿੰਘ ਸਭਾ ਮੰਡੀ ਬਹਾਵਦੀਨ ਇੱਥੇ ਅੱਜ ਕੱਲ੍ਹ ਜਿਹੜੀਆਂ ਕਸ਼ਮੀਰ ਤੋਂ ਮਾਈਗ੍ਰੇਟ ਫੈਮਿਲੀ ਨੇ ਉਹ ਰਹਿ ਰਹੇ ਨੇ ਲੋਕ ਬਹੁਤ ਅੱਛੇ ਨੇ ਅਗਰ ਕੋਈ ਰਿਸਰਚ ਦੇ ਤੌਰ 'ਤੇ ਜਾਵੇ ਤਾਂ ਇਹਨਾਂ ਨੇ ਕੋਈ ਪੱਥਰ ਕੋਈ ਚੀਜ਼ ਜਿਹੜੀ ਹੈ ਖਰਾਬ ਨਹੀਂ ਕੀਤੀ ਹਰ ਚੀਜ਼ ਜਿਹੜੀ ਹੈ ਉਹਦੀ ਓਰਿਜਨਲ ਹਾਲਤ ਵਿੱਚ ਉੱਥੇ ਮੌਜੂਦ ਹੈ ਔਰ ਉਹ ਦੱਸਦੇ ਨੇ ਕਿ ਵੀ ਇਹ ਗੁਰੂ ਘਰ ਹੈ ਇੰਟੀਰੀਅਰ ਵਿਊ ਨੇ ਜੀ ਲੈਫਟ ਸਾਈਡ 'ਤੇ ਅਗਰ ਤੁਸੀਂ ਪਿਕਚਰ ਦੇਖੋ ਤਾਂ ਅਮਰਦੀਪ ਸਿੰਘ ਸਿੱਖ ਲੈਗੇਸੀ ਦੇ ਮਤਲਬ ਜਿਹੜੀ ਬੁੱਕ ਜਦੋਂ ਕਰਨ ਲਈ ਆਏ ਹਨ ਅਤੇ ਉਹਨਾਂ ਨੂੰ ਅਸੀਂ ਲੈ ਕੇ ਗਏ ਸੀ ਇੱਥੇ ਉਹ ਨਜ਼ਰ ਵੀ ਆ ਰਹੇ ਹੋਣਗੇ ਵਿੱਚ ਅਤੇ ਇੱਕ ਓਨਕਾਰ ਤੁਹਾਨੂੰ ਉਹ ਉੱਤੇ ਕਾਫੀ ਨਜ਼ਰ ਆ ਰਿਹਾ ਹੋਏਗਾ ਜਿਹੜੀ ਗੱਲ ਮੈਂ ਕਹਿ ਰਿਹਾ ਵਾਂ ਕਿ ਕਾਫੀ ਚੀਜ਼ਾਂ ਜਿਹੜੀਆਂ ਨੇ ਆਪਣੀ ਓਰਿਜਨਲ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਕਿਸੇ ਨੇ ਛੇੜਿਆ ਨਹੀਂ ਹੈ ਇਹਦਾ ਦੀਵਾਨ ਹਾਲ ਜੀ ਲੋਕ ਹੈ ਔਰ ਬਾਕੀ ਦੇ ਕਮਰੇ ਸਾਈਡਾਂ ਵਾਲੇ ਜਿਹੜੇ ਕਮਰੇ ਨੇ ਉਹ ਯੂਜ਼ ਕਰਦੇ ਨੇ ਈਵਨ ਦੈਨ ਨਿਸ਼ਾਨ ਸਾਹਿਬ ਵੱਲ ਅਗਰ ਤੁਸੀਂ ਪੌਦਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹਦੇ ਨਾਲ ਦੇਖੋ ਤਾਂ ਸ਼ਹਿਰ ਦਾ ਸਭ ਤੋਂ ਉੱਚਾ ਨਿਸ਼ਾਨ ਇੱਥੇ ਲੱਗਾ ਹੋਇਆ ਸੀ ਔਰ ਅੱਜ ਵੀ ਉਹ ਜਿਹੜਾ ਲੋਹੇ ਦਾ ਬਣਿਆ ਹੋਇਆ ਪੋਲ ਜਿਹਾ ਉਹ ਇੰਨਾ ਕੁ ਫਰੈਸ਼ ਹੈ ਇੰਝ ਲੱਗਦਾ ਜਿਵੇਂ ਕੱਲ੍ਹ ਹੀ ਕਿਸੇ ਨੇ ਇਹਨੂੰ ਇਹਦੇ ਤੋਂ ਨਿਸ਼ਾਨ ਸਾਹਿਬ ਲਾਇਆ ਹੋਵੇ ਗੁਰਦੁਆਰਾ ਸ੍ਰੀ ਜੈਸੁਖ ਵਿਲੇਜ ਮੰਡੀ ਬਹਾਵਦੀਨ ਬਾਬਾ ਕੇਰ ਸਾਹਿਬ ਇੱਕ ਹਸਤੀ ਗੁਜ਼ਰੇ ਨੇ ਇਸ ਇਲਾਕੇ ਦੇ ਮੰਡੀ ਬਹਾਵਦੀਨ ਵਿੱਚ ਇਹ ਜਿਹੜਾ ਦਰਬਾਰ ਨਜ਼ਰ ਆ ਰਿਹਾ ਹੈ ਗੁਰੂ ਘਰ ਨਜ਼ਰ ਆ ਰਿਹਾ ਇਹਦੀ ਬੜੀ ਡਿਫਰੈਂਟ ਜੀ ਸਟੋਰੀ ਹੈ ਮੈਂ ਕਹਾਂਗਾ ਕਿ ਬਾਬਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਅਗਰ ਕਿਸੇ ਦੀ ਕੋਈ ਸਟੋਰੀ ਮਿਲਦੀ ਹੈ ਤਾਂ ਇਹਨਾਂ ਦੀ ਮਿਲਦੀ ਹੈ ਕਿ ਇਹਨਾਂ ਦੇ ਉੱਤੇ ਵੀ ਕੌਨਫਲਿਕਟ ਸੀ ਉਸ ਵੇਲੇ ਉਸ ਵੇਲੇ ਮੁਸਲਿਮਸ ਔਰ ਸਿੱਖਸ ਦੇ ਦਰਮਿਆਨ ਹੋਇਆ ਔਰ ਫਿਰ ਬਾਬਾ ਜੀ ਦੀ ਡੈੱਡ ਬਾਡੀ ਜਿਹੜੀ ਹੈ ਆਪਣੇ ਕਫਨ ਦੇ ਵਿੱਚੋਂ ਗਾਇਬ ਹੋ ਗਈ ਔਰ ਇਹਨਾਂ ਦੇ ਫਿਰ ਸੇਮ ਜਗ੍ਹਾ ਦੇ ਉੱਤੇ ਦੋ ਚੀਜ਼ਾਂ ਬਣੀਆਂ ਹੋਈਆਂ ਨੇ ਇੱਕ ਦਰਬਾਰ ਇੱਕ ਸਮਾਧ ਔਰ ਇਹਦੇ ਨਾਮ 'ਤੇ ਚੰਗੀ ਵੱਡੀ ਜਾਗੀਰ ਹੈ ਇਸ ਗੁਰੂ ਘਰ ਦੇ ਨਾਮ ਦੇ ਉੱਤੇ ਬੋਲਦੀ ਹੈ ਔਰ ਇਹ ਗੁਰੂ ਘਰ ਦੇ ਜਿਹੜੀ ਬਨਾਵਟ ਹੈ ਉਹਦੇ 'ਚ ਸਪੈਸ਼ਲ ਚੀਜ਼ ਹੈ ਕਿ ਮੈਨੂੰ ਇੱਕ ਲੋਕਲ ਉੱਥੇ ਬਜ਼ੁਰਗ ਨੇ ਜਿਹੜੇ ਕਿ ਪਾਰਟੀਸ਼ਨ ਤੋਂ ਪਹਿਲੇ ਦਿਨ ਉਹ ਮੈਨੂੰ ਦੱਸਦੇ ਨੇ ਕਿ ਜੀ ਇਹਦੇ ਵਿੱਚ ਦੇਸੀ ਘਿਓ ਇਸਤੇਮਾਲ ਹੋਇਆ ਆਰਕੀਟੈਕਚਰ ਦੇ ਵਿੱਚ ਤੁਸੀਂ ਕਿਸੇ ਨੇ ਸੁਣਿਆ ਅੱਜ ਤੱਕ ਮੈਂ ਉਹ ਹੈਰਾਨ ਸੀ ਕਿ ਚਿਪਸ ਵੀ ਲੱਗੀ ਹੈ ਤਾਂ ਚਿਪਸ ਕਿਸ ਤਰ੍ਹਾਂ ਖੜੀ ਹੋਏਗੀ ਵਿੱਚ ਜਦੋਂ ਚਿਕਨਾਈ ਵਾਲੀ ਚੀਜ਼ ਜਾਏਗੀ ਤਾਂ ਉਹ ਤਾਂ ਪਕੜ ਹੀ ਨਹੀਂ ਕਰਦਾ ਲੇਕਿਨ ਉਹਨੇ ਕਿਹਾ ਮੇਰੀ ਬਾਂਹ ਖਿੱਚ ਕੇ ਨਾ ਜਿਸ ਤਰ੍ਹਾਂ ਉਹ ਦੇਸੀ ਬਾਬੇ ਹੁੰਦੇ ਨੇ ਬਾਂਹ ਖਿੱਚ ਕੇ ਅੰਦਰ ਲੈ ਗਏ ਨੇ ਉਹਨੇ ਜਾ ਕੇ ਇੰਜਨ ਕਰਕੇ ਇੰਜਨ ਕਰਕੇ ਰਗੜਿਆ ਉਹਨੂੰ ਜਿਹੜੀਆਂ ਉਹਦੀਆਂ ਸੀੜੀਆਂ ਚੜ੍ਹਦੀਆਂ ਨਾਲ ਪਾਏਦਾਨ ਬਣੇ ਨੇ ਉਹਨੂੰ ਇੰਜਨ ਰਗੜ ਕੇ ਉਹਨੇ ਕਿਹਾ ਪੋਤੇ ਦੀ ਖੁਸ਼ਬੋ ਲੈ ਜਦੋਂ ਖੁਸ਼ਬੋ ਲਿੱਤੀ ਤਾਂ ਪਿਓਰਲੀ ਔਰਗੈਨਿਕ ਦੇਸੀ ਘਿਓ ਦੀ ਖੁਸ਼ਬੋ ਉਹਦੇ ਵਿੱਚੋਂ ਆ ਰਹੀ ਹੈ ਉਹ ਥੜਾ ਸਾਹਿਬ ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਜਾਂਦਾ ਸੀ ਉਹ ਥੜੇ ਦੇ ਵਿੱਚੋਂ ਵੀ ਦੇਸੀ ਘਿਓ ਦੀ ਖੁਸ਼ਬੋ ਹਾਲੇ ਤੱਕ ਆਉਂਦੀ ਹੈ ਮੈਨੂੰ ਨਹੀਂ ਪਤਾ ਕਿ ਵੀ ਉਹ ਕਿਉਂ ਸੀ ਉਹ ਬਜ਼ੁਰਗ ਨੇ ਮੈਨੂੰ ਦੱਸਿਆ ਤਾਂ ਮੈਨੂੰ ਪਤਾ ਚੱਲਿਆ ਵਰਨਾ ਕਿ ਮੈਂ ਆਰਕੀਟੈਕਚਰ ਦੇ ਮਤਲਬ ਕਿਉਂਕਿ ਹਿਸਟਰੀ 'ਚ ਪੜ੍ਹਿਆ ਕਾਫੀ ਕੁਛ ਲੇਕਿਨ ਇਸ ਤਰ੍ਹਾਂ ਦਾ ਕੁਛ ਨਹੀਂ ਚੀਜ਼ ਸਾਹਮਣੇ ਆਉਂਦੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਲੇਕਿਨ ਇਹ ਮੈਂ ਕਹਾਂਗਾ ਕਿ ਪਿਆਰ ਇੱਕ ਪਿਆਰ ਹੈ ਜਾਂ ਤਾਂ ਬਹੁਤ ਜ਼ਿਆਦਾ ਦੇਰ ਤੱਕ ਉਹਦੇ 'ਤੇ ਦੇਸੀ ਘਿਓ ਮਿਲਿਆ ਜਾਵੇ ਔਰ ਜਦੋਂ ਰਸ ਜਾਂਦਾ ਬਿਲਡਿੰਗ ਦੇ ਅੰਦਰ ਤਾਂ ਫਿਰ ਬਾਅਦ ਉਹਨੂੰ ਰਗੜੋ ਤੋਂ ਉਹ ਖੁਸ਼ਬੂ ਆਉਂਦੀ ਹੈ ਲੇਕਿਨ ਆਰਕੀਟੈਕਚਰ ਦੇ 'ਚ ਇਹ ਚੀਜ਼ ਮੈਂ ਫਸਟ ਟਾਈਮ ਮੈਂ ਸੁਣੀ ਸੀ ਟਰਮ ਜਿਹੜੀ ਸੀ ਪਹਿਲੀ ਵਾਰ ਸੁਣੀ ਸੀ ਮੈਂ ਗੁਰਦੁਆਰਾ ਬਾਈ ਬਨੂ ਮਾਂਗੜ ਡਿਸਟ੍ਰਿਕਟ ਗੁਜਰਾਤ ਮੈਂ ਕਹਾਂਗਾ ਕਿ ਇਹ ਗੁਰੂ ਘਰ ਦੇ ਪਿੱਛੇ ਵੀ ਅਸੀਂ ਲੱਗੇ ਹਾਂ ਕਿ ਵੀ ਕਿਸੇ ਤਰੀਕੇ ਨਾਲ ਇਹਨੂੰ ਪ੍ਰਜ਼ਰਵ ਕਰ ਲਿੱਤਾ ਜਾਏ ਚਲੋ ਸੰਗਤ ਨਹੀਂ ਮੌਜੂਦ ਹੈ ਅਤੇ ਇਹਨੂੰ ਪ੍ਰਜ਼ਰਵ ਕਰ ਲਿੱਤਾ ਜਾਏ ਇਹ ਹਿਸਟਰੀ ਦਾ ਉਹ ਇੱਕ ਖਾਸ ਪੰਨਾ ਹੈ ਕਿ ਅਗਰ
ਇੱਕ ਵਾਰੀ ਖਰਾਬ ਹੋ ਗਿਆ ਤਾਂ ਦੁਬਾਰਾ ਕਿਸੇ ਕੋਲ ਬਣੇਗਾ ਨਹੀਂ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਜੀ, ਬਾਈ ਬੰਨੂ ਜੀ ਦੀ ਯਾਦ ਦੇ ਵਿੱਚ ਜਿਹੜਾ ਗੁਰੂ ਘਰ ਬਣਾਇਆ ਸੀ, ਹੁਣ ਦੁਬਾਰਾ ਤਾਮੀਰ ਕੀਤਾ ਸੀ ਕਿਉਂਕਿ ਗੁਰਦੁਆਰਾ ਤਾਂ ਇੱਥੇ ਪਹਿਲੇ ਵੀ ਹੈ ਸੀ। ਇਹਦੀ ਪਹਿਚਾਣ ਹੈ ਵੇ ਕਿ ਇੱਥੇ ਜਿਹੜੀ ਖਾਰੀ ਬੀੜ ਸੀ ਗੁਰੂ ਗ੍ਰੰਥ ਸਾਹਿਬ ਦੀ, ਉਹ ਸਭ ਤੋਂ ਪਹਿਲੀ ਖਾਰੀ ਗ੍ਰੰਥ ਜਿਹੜੀ ਸੀ ਉਹ ਇਸ ਜਗ੍ਹਾ 'ਤੇ ਰੱਖੀ ਗਈ ਸੀ। ਔਰ ਕੋਈ ਦੱਸ ਸਕਦਾ ਜੀ ਇਹ ਬਿਲਡਿੰਗ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ, ਕਿਹੜੇ ਗੁਰੂ ਘਰ ਨਾਲ ਮਿਲਦੀ ਹੈ? ਬਹੁਤ ਮਸ਼ਹੂਰ ਜਗ੍ਹਾ ਜੀ, ਇਹ ਡੁਪਲੀਕੇਟ ਹੈ ਜੀ। ਸਿਰਫ ਇਹਦੇ 'ਤੇ ਤੁਸੀਂ ਗੋਲਡ ਚੜ੍ਹਾ ਦਿਓ ਅਤੇ ਸੇਮ 100% ਉਹੀ ਬਿਲਡਿੰਗ ਹੈ। ਮੈਂ ਅਕਸਰ ਉਹ ਮੇਰਾ ਗਰੁੱਪ ਹੈ ਪਿਆਰਾ ਨਨਕਾਣਾ ਸਾਹਿਬ, ਅਤੇ ਉਹਦੇ ਵਿੱਚ ਮੈਂ ਲੋਕਾਂ ਨਾਲ ਛੋਟੇ ਛੋਟੇ ਉਹ ਕੁਇਜ਼ ਜੇ ਪਾਉਂਦਾ ਰਹਿੰਦਾ ਵਾਂ ਕਿ ਤੁਸੀਂ ਇਹ ਦੱਸੋ ਇਹ ਕਿੰਜੇ, ਇਹ ਕਿਸ ਤਰ੍ਹਾਂ ਹੈ। ਅਤੇ ਉਹਦੇ ਵਿੱਚ ਮੈਂ ਇੱਕ ਵਾਰੀ ਗੋਲਡਨ ਟੈਂਪਲ ਔਰ ਨਾਲਿਆਂ ਦੀ ਪਿਕਚਰ ਪਾਈ ਅਤੇ ਮੈਂ ਲਿਖਿਆ ਕਿ ਇੱਕ ਦਰ ਵੱਸ ਗਿਆ ਅਤੇ ਇੱਕ ਦਰ ਉਜੜ ਗਿਆ। ਅਤੇ ਮੈਨੂੰ ਇੱਕ ਬਾਬਾ ਜੀ ਦੀ ਕਾਲ ਆਉਣੀ ਕੈਨੇਡਾ ਤੋਂ, ਕਹਿੰਦੇ ਪੁੱਤ ਤੂੰ ਇਹ ਬੜਾ ਮੇਰਾ ਮਨ ਦੁਖੀ ਕੀਤਾ। ਮੈਂ ਤਾਂ ਵਾਕਈ ਹੈਰਾਨ ਹੋ ਗਿਆ ਦੇਖ ਕੇ, ਮੈਂ ਤਾਂ ਦੇਖਿਆ ਹੀ ਨਹੀਂ ਸੀ ਪਹਿਲੇ ਕਦੀ ਵੀ ਇਹਨੂੰ। ਮੈਂ ਕਹਾਂਗਾ ਜੀ ਜਦੋਂ ਗੁਰੂ ਸਾਹਿਬ ਨੇ ਇਹਨਾਂ ਨੂੰ ਭੇਜਿਆ ਲਾਹੌਰ ਬਾਈ ਬੰਨੂ ਜੀ ਨੂੰ ਕਿ ਜਾਓ ਤੁਸੀਂ ਜਾ ਕੇ ਗ੍ਰੰਥ ਸਾਹਿਬ ਦਾ ਜਿਲਦ ਕਰਵਾ ਕੇ ਲੈ ਕੇ ਆਓ, ਅਤੇ ਉਹ ਵਾਪਸੀ ਦੇਰ ਨਾਲ ਪਹੁੰਚੇ ਸੀ ਔਰ ਉਹਨਾਂ ਨੇ ਜਿਹੜੀ ਬੀੜ ਇੱਕ ਤਿਆਰ ਕੀਤੀ ਸੀ ਹੋਰ ਤਾਂ ਜੀ, ਹਾਂਜੀ ਉਹ ਇੱਕ ਹੋਰ ਬੀੜ ਤਿਆਰ ਕੀਤੀ ਸੀ ਉਹਨਾਂ ਨੇ ਅਤੇ ਉਹ ਇੱਥੇ ਰੱਖੀ ਸੀ। ਗੁਰੂ ਮਹਾਰਾਜ ਨੇ ਪੁੱਛਿਆ ਵੀ ਸੀ ਕਿ ਬਾਈ ਬੰਨੂ ਜੀ ਤੁਸੀਂ ਲੇਟ ਕਿਉਂ ਆਏ ਹੋ, ਅਤੇ ਉਹਨਾਂ ਨੇ ਕਿਹਾ ਹੋ ਗਿਆ ਉਹ ਹੋ ਗਿਆ, ਲੇਕਿਨ ਅਸਲ ਦੇ ਵਿੱਚ ਜਿਹੜੀ ਕਹਾਣੀ ਸੀ ਉਹ ਅੱਜ ਕੱਲ੍ਹ ਕਾਨਪੁਰ ਦੇ ਵਿੱਚ ਇੱਕ ਫੈਮਿਲੀ ਹੈ ਜਿਹਦੇ ਕੋਲ ਇਹ ਬੀੜ ਪਈ ਹੋਈ ਹੈ। ਇੱਥੇ ਸੰਗਤ ਦਾ ਇੱਕ ਵੀ ਘਰ ਨਹੀਂ ਹੈ, ਲੇਕਿਨ ਇਸ ਗੁਰੂ ਘਰ ਦੇ ਨਾਮ ਦੇ ਉੱਤੇ ਪੂਰੀ ਜਾਗੀਰ ਸੀ। ਔਰ ਦੱਸਿਆ ਜਾਂਦਾ ਸਿੱਕਾ ਰਾਜੁਲ ਵਕਤ ਵੱਡੇ ਦਰਬਾਰ ਸਾਹਿਬ ਜਿੰਨੇ ਵੀ ਸਨ ਗੁਰੂ ਘਰ ਸਨ, ਉਹਨਾਂ ਤੋਂ ਬਾਅਦ ਜਿਹੜੀ ਸੀ ਇਹਦੀ ਜਾਗੀਰ ਸੀ। ਔਰ ਇਹਦੇ ਨਾਲ ਬਿਲਕੁਲ ਕਿਲ੍ਹਾ ਨਮਾ ਦੀਵਾਰ ਹੈ, 6 ਫੁੱਟ ਮੋਟੀ ਦੀਵਾਰ ਹੈ ਇਹਦੀ, ਬੜਾ ਵੱਡਾ ਸਰੋਵਰ ਸੀ ਔਰ ਇੱਥੇ ਬਹੁਤ ਵੱਡੀ ਜਿਹੜੀ ਹੈ ਆਪਣਾ ਵਿਸਾਖੀ ਜੁੜਦੀ ਸੀ। ਲੇਕਿਨ ਇੱਥੇ ਰਹਿਣ ਵਾਲੇ ਬੜੇ ਅੱਛੇ ਨੇ, ਉਹ ਕਹਿੰਦੇ ਨੇ ਅਸੀਂ ਖੁਦ ਚਾਹੁੰਦੇ ਹਾਂ ਕਿ ਵੀ ਕਿਸੇ ਤਰੀਕੇ ਨਾਲ ਇੱਥੇ ਸਿੱਖ ਆਉਣ ਔਰ ਇਹਨਾਂ ਇਹਦੀ ਸੇਵਾ ਸੰਭਾਲ ਕਰਨ, ਹੁਣ ਸਾਡੇ ਕੋਲ ਸੰਭਾਲੀ ਨਹੀਂ ਜਾਂਦੀ। ਇਹ ਗੁਰੂ ਘਰ ਦਾ ਦੂਰੋਂ ਮੰਜ਼ਰ ਹੈ, ਲੈਫਟ ਸਾਈਡ ਦੇ ਉੱਤੇ ਇੱਥੇ ਸਰੋਵਰ ਹੁੰਦਾ ਸੀ ਕਦੀ, ਜਿੱਥੇ ਅੱਜ ਕੱਲ੍ਹ ਛੱਪੜ ਹੈ। ਔਰ ਦੀਵਾਰ ਤੁਸੀਂ ਦੇਖ ਲਓ ਬਿਲਕੁਲ ਫੋਰਟ ਨੁਮਾ ਹੈ, ਪੂਰੀ ਕਿਲ੍ਹਾ ਨੁਮਾ ਬਣੀ ਹੋਈ ਹੈ, ਪੂਰੀ ਡਿਫੈਂਸ ਹੈ। ਔਰ ਘੱਟੋ ਘੱਟ ਹੁਣ ਵੀ ਜਗ੍ਹਾ ਦੀ ਭਰਾਂਤ ਪੈ ਕੇ ਉੱਚੀ ਹੋ ਗਈ ਹੈ, ਲੇਕਿਨ ਆਮ ਬੰਦਾ ਦੇ 'ਤੇ ਚੜ੍ਹ ਨਹੀਂ ਸਕਦਾ, ਇੰਨੀ ਉੱਚੀ ਦੀਵਾਰ ਹੈ ਇਹਦੀ। ਇਹ ਵਾਲ ਆਰਟ ਹੈ ਜੀ, ਜਿਹਨੂੰ ਮੈਂ ਦੇਖ ਕੇ ਅਤੇ ਮੈਂ ਇੰਨਾ ਕੁ ਖੁਸ਼ ਹੁੰਦਾ ਵਾਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂਕਿ ਜਦੋਂ ਮੈਂ ਇਹ ਸਾਰੀਆਂ ਪਿਕਚਰਸ ਲੈਣ ਲਈ ਗਿਆ ਅਤੇ ਮੇਰੇ ਕੋਲ ਬਿਲਕੁਲ ਉਹ ਕੈਮਰੇ ਜਿਹੜੇ ਨੇ, ਕਹਾਂਗਾ ਕਿ ਮੇਰੇ ਕੋਲ 6 ਕੈਮਰੇ ਨਹੀਂ ਸਨ, ਮੇਰੇ ਕੋਲ ਛੋਟਾ ਕੈਮਰਾ ਸੀ, ਡਿਜੀਟਲ ਕੈਮਰਾ 6 ਮੈਗਾ ਦਾ, ਉਹਦੇ ਨਾਲ ਕਿੰਨੀ ਕੁ ਤਸਵੀਰ ਲਿੱਤੀ ਜਾ ਸਕਦੀ ਸੀ। ਫਿਰ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਅਤੇ ਇਹਦੀਆਂ ਬਹੁਤ ਅੱਛੀਆਂ ਅੱਛੀਆਂ ਤਸਵੀਰਾਂ ਜਿਹੜੀਆਂ ਨੇ ਮਿਲ ਲਈਆਂ ਨੇ। ਔਰ ਇਹ ਵਾਲ ਆਰਟ ਜਿਹੜਾ ਤੁਹਾਨੂੰ ਹਲਕਾ ਜਿਹਾ ਧੁੰਦਲਾ ਨਜ਼ਰ ਆ ਰਿਹਾ ਨਾ, ਥੋੜ੍ਹਾ ਜਿਹਾ ਸਮੋਕੀ ਜਿਹਾ, ਇੱਥੇ ਜਦੋਂ ਹੜ੍ਹ ਆਉਂਦੇ ਨੇ ਇਸ ਏਰੀਏ ਵਿੱਚ, ਬਾਰਿਸ਼ਾਂ ਬਹੁਤ ਜ਼ਿਆਦਾ, ਮੌਨਸਨ ਬਹੁਤ ਹੁੰਦਾ, ਦਰਿਆ ਚੜ੍ਹ ਜਾਂਦਾ, ਲਾਗੇ ਚਨਾਬ ਹੈ, ਜਦੋਂ ਪਾਣੀ ਉਹ ਚੜ੍ਹਦਾ ਜਾਂ ਉੱਧਰ ਈਸਟ ਵਾਲੇ ਪਾਸੇ ਪਾਣੀ ਜ਼ਿਆਦਾ ਹੁੰਦਾ ਉਹ ਖੋਲ੍ਹ ਦਿੰਦੇ ਨੇ, ਇੱਧਰ ਵੀ ਬਾਰਿਸ਼ਾਂ ਆਉਂਦੀਆਂ ਨੇ ਅਤੇ ਉਹ ਦਰਿਆ ਲੈਵਲ 'ਤੇ ਚੱਲ ਰਿਹਾ, ਬਿਲਕੁਲ ਪਾਣੀ ਜਦੋਂ ਬਾਹਰ ਆਉਂਦਾ ਫਿਰ ਨੁਕਸਾਨ ਕਰਦਾ ਲੋਕਾਂ ਨੂੰ। ਉਹ ਫਿਰ ਜਿਹੜੇ ਲੋਕ ਇੱਥੋਂ ਤੋਂ ਹੁੰਦੇ ਨੇ ਆਪਣਾ ਡਿਸਟਰਬ ਹੁੰਦੇ ਨੇ ਸਲਾਬ ਵਗੈਰਾ ਤੋਂ, ਹੜ੍ਹ ਵਗੈਰਾ ਤੋਂ, ਉਹਨਾਂ ਨੂੰ ਫਿਰ ਜਦੋਂ ਪਨਾਹ ਦਿੰਦੇ ਨੇ ਅਤੇ ਇਹ ਗੁਰੂ ਘਰ ਵੀ ਉਸ ਵੇਲੇ ਪਨਾਹ ਦਿੰਦਾ ਲੋਕਾਂ ਨੂੰ। ਅਤੇ ਉੱਥੇ ਜਿਹੜੇ ਲੋਕ ਰਹਿੰਦੇ ਨੇ ਉਸ ਵੇਲੇ ਉਹ ਅੱਗ ਵੀ ਜਲਾਉਂਦੇ ਨੇ, ਸਾਰਾ ਕੁਛ ਕਰਦੇ ਨੇ ਉਸ ਜਗ੍ਹਾ ਦੇ ਅੰਦਰ, ਅਤੇ ਉਹਦੀ ਸਮੋਕ ਦੀ ਵਜ੍ਹਾ ਨਾਲ ਹਲਕੀ ਜਿਹੀ ਸਮੋਕੀ ਇਹਦੀ ਛੱਤ ਹੈ, ਵਰਨਾ ਪਿਓਰ ਵਾਈਟ ਹੈ ਛੱਤ ਦੀ। ਕਿਉਂਕਿ ਇਹਦੇ ਵਾਸਤੇ ਪੂਰਾ ਹਫ਼ਤਾ ਚਾਹੀਦਾ ਕਿ ਇਹਨੂੰ ਪਹਿਲੇ ਤਾਂ ਵਾਸ਼ ਕੀਤਾ ਜਾਏ ਸਾਰੇ ਆਰਟ ਨੂੰ, ਵਾਸ਼ ਕਰਨ ਤੋਂ ਬਾਅਦ ਇਹਦੀ ਜਿਹੜੀਆਂ ਤਸਵੀਰਾਂ ਲਈਆਂ ਜਾਣ। ਹੋਪ ਵਨ ਡੇ ਮੇਰਾ ਜਨੂੰਨ ਮੈਨੂੰ ਲੈ ਕੇ ਜਾਏਗਾ ਔਰ ਮੈਂ ਜ਼ਰੂਰ ਕਰਾਂਗਾ ਉਹਨੂੰ, ਮੈਂ ਔਰ ਕਰਕੇ ਦਿਖਾਵਾਂਗਾ ਤੁਹਾਨੂੰ ਮੈਂ ਕਿ ਇਹਨੂੰ ਕਿਸ ਤਰੀਕੇ ਨਾਲ ਕਰੀਦਾ। ਔਰ ਪ੍ਰਿਜ਼ਰਵ ਕਰਨ ਦੇ ਵਿੱਚ ਵੀ ਮੈਂ ਜਿੱਥੇ ਤੱਕ ਮੇਰੀ ਟਿਲ ਹੈ ਮੈਂ ਲਾਵਾਂਗਾ ਇਹਦੇ ਪਿੱਛੇ। ਮੈਨੂੰ ਬਹੁਤ ਇਹ ਜਗ੍ਹਾ ਬਹੁਤ ਪਿਆਰੀ ਲੱਗਦੀ ਹੈ ਔਰ ਤੁਸੀਂ ਦੇਖ ਰਹੇ ਹੋਗੇ ਵਿੱਚ ਵਾਈਟ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਅਤੇ ਇਹ ਹੁਣ ਛੱਤਾਂ ਡੈਫੀਨੇਟਲੀ ਜਦੋਂ ਇੰਨੀਆਂ ਬਾਰਿਸ਼ਾਂ ਇੰਨੇ ਸਾਲ ਹੋ ਗਏ ਨੇ, 180 ਸਾਲ ਤਾਂ ਖਾਲੀ ਖਾਲਸਾ ਰਾਜ ਨੂੰ ਗਏ ਹੋ ਗਏ ਨੇ, ਅਤੇ ਉਸ ਤੋਂ ਵੀ ਪਹਿਲੇ ਉਹਨਾਂ ਨੇ ਪਹਿਲੇ 20 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਇਹ ਬਣਵਾਇਆ ਸੀ ਗੁਰੂ ਘਰ। ਗੁਰਦੁਆਰਾ ਮਾਈਆਂ ਸਾਹਿਬ ਮੰਡੀ ਬਹਾਉਦੀਨ, ਇਹਦਾ ਵੀ ਰਿਕਾਰਡ ਨਹੀਂ ਮਿਲਦਾ ਕਿਸੇ ਹਿਸਟਰੀ ਦੀ ਬੁੱਕ 'ਚ ਨਹੀਂ ਮਿਲਦਾ, ਲੇਕਿਨ ਮੇਰੀਆਂ ਭੈਣਾਂ ਸੁਣ ਕੇ ਖੁਸ਼ ਹੋਣਗੀਆਂ ਕਿ ਇਹ ਗੁਰੂ ਘਰ ਸਿਰਫ ਬੀਬੀਆਂ ਦਾ ਸੀ, ਇੱਥੇ ਸਿਰਫ ਮਾਈਆਂ ਜਾਂਦੀਆਂ ਸਨ, ਬਜ਼ੁਰਗ ਖਵਾਤੀਨ ਜਾਂਦੀਆਂ ਸਨ, ਇੱਥੇ ਬੰਦੇ ਨਹੀਂ ਸਨ ਜਾਂਦੇ। ਔਰ ਇਹਦੇ ਵਿੱਚ ਵੀ ਕਸ਼ਮੀਰੀ ਫੈਮਿਲੀ ਹੈ ਜਿਹੜੀ ਕਿ ਅੰਦਰ ਨਹੀਂ ਕਿਸੇ ਨੂੰ ਜਾਣ ਦਿੰਦੀ ਔਰ ਨਾ ਹੀ ਉਹ ਆਪਣੀ ਕਹਿੰਦੇ ਨੇ ਜੀ ਸਾਡੀ ਪ੍ਰਾਈਵੇਸੀ ਹੈ, ਲੇਕਿਨ ਇਹਦੀ ਨੀਂਹ ਪੱਥਰ ਔਰ ਉਹਦੇ ਤੋਂ ਜਿੱਥੇ ਕਸ਼ਮੀਰ ਹਾਊਸ ਉਰਦੂ 'ਚ ਲਿਖਿਆ ਇਹਦੇ ਉੱਤੇ ਪੂਰੇ ਸ਼ਬਦ ਲਿਖੇ ਹੋਏ ਨੇ, ਕੌਣ ਕਰ ਲਿਖਿਆ ਹੋਇਆ ਥੱਲੇ ਪੈਰ ਜਦੋਂ ਅੰਦਰ ਇੰਟਰ ਹੁੰਦੇ ਹਾਂ ਤਾਂ ਉੱਥੇ ਵੀ ਇਹ ਜਾਲੀ ਤੁਸੀਂ ਅਗਰ ਦੇਖੋ ਤਾਂ ਉੱਤੇ ਪੜਿਆ ਵੀ ਜਾ ਰਿਹਾ ਹੋਵੇਗਾ।
ਮਾਈਆਂ ਸਾਹਿਬ ਉੱਤੇ ਜਿਹੜਾ ਲਿਖਿਆ ਹੋਇਆ ਉਹ ਵੀ ਪੜ੍ਹਿਆ ਜਾਂਦਾ। ਮੇਰੀ ਕਿ ਸੈਲਫ ਸਟੋਰੀ ਨਹੀਂ ਹੈ, ਇਹ ਉੱਥੇ ਦੇ ਜਿਹੜੇ ਲੋਕ 100 ਸਾਲ ਤੋਂ ਉੱਤੇ ਦੇ ਨੇ ਜਾਂ 100 ਸਾਲ ਉਮਰ ਦੇ ਨੇ ਉਹ ਦੱਸਦੇ ਨੇ ਕਿ ਅਸੀਂ ਇੱਥੇ ਇਸ ਗੁਰੂ ਘਰ ਦੇ 'ਚ ਬੰਦੇ ਨਹੀਂ ਜਾਂਦੇ ਦੇਖੇ, ਇੱਥੇ ਸਿਰਫ ਬਜ਼ੁਰਗ ਔਰਤਾਂ ਜਾਂਦੀਆਂ ਸਨ। ਮੇ ਬੀ ਹੋ ਸਕਦਾ ਕੋਈ ਧਰਮਸ਼ਾਲੀਆਂ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਕੋਈ ਬਣਾਈ ਹੋਵੇ। ਗੁਰਦੁਆਰਾ ਗੁਰੂ ਸਿੰਘ ਸਭਾ ਬੇਰਾ, ਇਹਦੇ ਮੁਤਲਕ ਵੀ ਜ਼ਿਕਰ ਨਹੀਂ ਮਿਲਦਾ ਹਿਸਟਰੀ ਦੀ ਕਿਸੇ ਬੁੱਕ ਦੇ ਵਿੱਚ। ਮੇਰੀ ਕੋਸ਼ਿਸ਼ ਹੈ ਕਿਉਂਕਿ ਰੈਗੂਲਰ ਤਾਂ ਬਹੁਤ ਜ਼ਿਆਦਾ ਸਾਰਾ ਲੋਕਾਂ ਨੇ ਗੁਰਦੁਆਰੇ ਜਿਹੜੇ ਨੇ ਪਹਿਲੇ ਦਿਖਾਏ ਹੋਏ ਨੇ, ਮੈਂ ਚਾਹ ਰਿਹਾ ਕਿ ਉਹ ਗੁਰਦੁਆਰੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਜਿਹਦਾ ਕਿ ਸੰਗਤ ਨੂੰ ਘੱਟ ਪਤਾ ਹੈ, ਉਹਨਾਂ ਜਗ੍ਹਾ ਦੇ ਬਾਰੇ ਮੈਂ ਦੱਸਦਾ ਜਾਵਾਂ, ਕਿਉਂਕਿ ਉਹ ਦੱਸਾਂ ਤਾਂ ਉਹ ਲਿਸਟ ਬਹੁਤ ਲੰਬੀ ਹੈ। ਫਿਰ ਉਹਦੀ ਇਹ ਗੁਰੂ ਘਰ ਵੀ ਆਪਣੀ ਤਰਜ਼ ਦੇ ਵਿੱਚ ਇੱਕ ਡਿਫਰੈਂਟ, ਬਿਲਕੁਲ ਤੁਸੀਂ ਦੇਖ ਲਓ ਆਰਕੀਟੈਕਚਰ ਹੈ। ਲੈਫਟ ਸਾਈਡ ਦੇ ਉੱਤੇ ਤਕਰੀਬਨ ਕੋਈ 5-7 ਮੰਜ਼ਿਲਾਂ ਉੱਚਾ ਮੀਨਾਰ ਹੈ ਔਰ ਉਹਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਸੀ। ਮੈਂ ਕਹਾਂਗਾ ਕਿ ਇਹ ਤੁਹਾਨੂੰ ਪੂਰੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ 2 ਗੁਰਦੁਆਰੇ ਮਿਲਣਗੇ, ਇੱਕ ਸਰਗੋਧਾ ਦੇ ਵਿੱਚ ਹੈ ਔਰ ਇੱਕ ਬੇਰਾ ਸਿਟੀ ਦੇ ਵਿੱਚ ਹੈ। ਬੇਰਾ, ਬੇਰੇ ਦੀ ਕੀ ਪਹਿਚਾਣ ਹੈ? ਲਾਹੌਰ ਮੋਟਰਵੇ ਤੋਂ ਅਗਰ ਤੁਸੀਂ ਚੜ੍ਹਦੇ ਹੋ ਅਤੇ ਜਦੋਂ ਮਿਡ ਵੇ ਆਉਂਦਾ ਰਾਵਲਪਿੰਡੀ ਇਸਲਾਮਾਬਾਦ ਕੈਪੀਟਲ ਨੂੰ ਜਾਂਦੇ ਹਾਂ ਤਾਂ ਰਾਹ ਦੇ ਵਿੱਚ ਬੇਰਾ ਪੂਰਾ ਇੱਕ ਸਟੋਪ ਹੈ, ਬਹੁਤ ਵੱਡਾ ਸਟੋਪ ਹੈ। ਉੱਥੋਂ ਤੁਸੀਂ ਉੱਤਰ ਕੇ ਅਗਰ ਸਿਟੀ ਵਾਲੇ ਪਾਸੇ ਆਉਂਦੇ ਹੋ ਅਤੇ ਉੱਥੇ ਸੈਂਟਰ ਦੇ ਵਿੱਚ ਪੂਰੇ ਸਿਟੀ ਦਾ ਸੈਂਟਰ ਹੈ ਗੁਰੂ ਘਰ ਗਲੀ, ਜਿਹੜੀ ਹੈ ਗੁਰਦੁਆਰਾ ਗਲੀ ਕਹਿੰਦੇ ਨੇ ਇਹਨੂੰ, ਔਰ ਸੈਂਟਰ ਹੈ ਔਰ ਇਹ ਉਸ ਵੇਲੇ ਹਲੇ ਇਹਦੇ 'ਚ ਪਾਠ ਨਹੀਂ ਸੀ ਸ਼ੁਰੂ ਹੋਇਆ। ਜੀ ਜੀ ਬਿਲਕੁਲ, ਰਾਗ ਭੈਰਵੀ ਜਿਹੜਾ ਕਿ ਲੋਕ ਰਾਗੀ ਲੋਕ ਨੇ ਜਿਹੜੇ ਰਾਗ ਨੂੰ ਜਾਣਦੇ ਨੇ ਜਾਂ ਮਿਊਜ਼ਿਕ ਸੁਣਦੇ ਨੇ, ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮੁਗਲ ਪੀਰੀਅਡ ਦੇ ਵਿੱਚ, ਮਗਰ ਮੁਗਲ ਪੀਰੀਅਡ ਤੋਂ ਵੀ ਪਹਿਲੇ ਜਦੋਂ ਰਾਗ ਸ਼ੁਰੂ ਹੋਏ ਸਨ ਤਾਂ ਇਹ ਭੈਰਵੀ ਰਾਗ ਜਿਹੜਾ ਉਹ ਇੱਥੋਂ, ਔਰ ਉਸ ਤੋਂ ਇਲਾਵਾ ਇੱਕ ਹੋਰ ਇੰਡਸਟਰੀ ਨਾਲ, ਫਿਲਮ ਇੰਡਸਟਰੀ ਨਾਲ ਜੁੜੇ ਹੋਏ ਕੋਈ ਡਾਇਰੈਕਟਰ ਨੇ ਬਹੁਤ ਵੱਡੇ, ਮੈਨੂੰ ਹੁਣ ਉਸ ਵੇਲੇ ਉਹਨਾਂ ਦਾ ਨਾਮ ਨਿਕਲ ਗਿਆ ਜ਼ਿਹਨ ਦੇ ਵਿੱਚੋਂ, ਉਹ ਉਹਨਾਂ ਦੇ ਸਫ਼ਰਨਾਮਾ ਵੀ ਹੈ ਪਾਕਿਸਤਾਨ ਬਾਰੇ, ਪੁਲਿਸ ਨੇ ਫੜ ਲਿਆ ਸੀ ਉਹਨਾਂ ਨੂੰ ਉਸ ਚੀਜ਼ ਦੇ ਮੁਤਲਕ। ਇਹ ਗੁਰੂ ਘਰ ਦੇ ਵਿੱਚ ਜੀ ਅੱਜ ਕੱਲ੍ਹ ਸ਼ੀਆ ਸੈਕਟ ਦਾ ਜਿਹੜਾ ਉਹ ਇਮਾਮ ਵਰਗਾ ਔਰ ਅੱਛੇ ਲੋਕ ਨੇ, ਅਗਰ ਕੋਈ ਜਿਹੜਾ ਬੰਦਾ ਆਪਣੇ ਆਪ ਨੂੰ ਦੱਸੇ ਕਿ ਵੀ ਮੈਂ ਸਿੱਖ ਹਾਂ ਔਰ ਜਾਂ ਮੈਂ ਸਿੱਖ ਰਿਸਰਚਰ ਹਾਂ ਅਤੇ ਅੰਦਰ ਜਾਣ ਦਿੰਦੇ ਨੇ ਔਰ ਤਸੱਲੀ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਖੋਲ੍ਹ ਕੇ ਉਹ ਦਿਖਾ ਦਿੰਦੇ ਨੇ। ਗੁਰਦੁਆਰਾ ਸ੍ਰੀ 6ਵੀਂ ਪਾਤਸ਼ਾਹੀ ਮੁਜ਼ੱਫਰਾਬਾਦ, ਇਹਦੀ ਤਾਂ ਹਿਸਟਰੀ ਮਿਲਦੀ ਹੈ। 6ਵੇਂ ਪਾਤਸ਼ਾਹ ਇੱਥੇ ਜਦੋਂ ਨੌਰਥ ਵੈਸਟ ਦਾ ਦੌਰਾ ਕਰਕੇ ਅਤੇ ਕਸ਼ਮੀਰ ਵੱਲ ਜਾ ਰਹੇ ਸਨ ਅਤੇ ਉਸ ਵੇਲੇ ਉਹਨਾਂ ਨੇ ਇੱਥੇ ਸਟੇਅ ਕੀਤਾ ਸੀ, ਔਰ ਇਹ ਗੁਰੂ ਘਰ ਜਿਹੜਾ ਅੱਜ ਕੱਲ੍ਹ ਜਿਹੜਾ ਪਾਰਟ ਕਸ਼ਮੀਰ ਦਾ ਪਾਕਿਸਤਾਨ ਕੋਲ, ਉਹਦੇ ਅੰਦਰ ਦਰਿਆ ਦੇ ਕਿਨਾਰੇ ਦੇ ਉੱਤੇ ਨਲੱਛੀ ਪਿੰਡ ਸੀ ਜੀ। ਇੱਥੇ ਵੀ ਕਾਫੀ ਕੁਛ ਐਸਾ ਹੋਇਆ ਕਿ ਜਿਹਨੂੰ ਯਾਦ ਕਰਕੇ ਜਿਹੜਾ ਮਨ ਦੁਖੀ ਵੀ ਹੁੰਦਾ। ਬਸ ਇੰਨਾ ਦੱਸਾਂਗਾ ਕਿ ਇੱਥੇ ਜਿਹੜੀਆਂ ਸ਼ਹੀਦੀਆਂ ਹੋਈਆਂ ਸਨ ਉਹਨਾਂ ਦੀ ਤਾਦਾਦ ਤਕਰੀਬਨ ਕੋਈ 3,500 ਦੇ ਕਰੀਬ ਹੈ। ਇਸ ਦਰਿਆ 'ਤੇ ਲੋਕ ਜਿਹੜੇ ਆ ਰਹੇ ਸੀ ਗੁਰੂ ਘਰ ਮੱਥਾ ਟੇਕਣ ਅਤੇ ਉਸ ਵੇਲੇ ਇੱਕਦਮ ਹਮਲਾ ਹੋਇਆ ਸੀ ਔਰ ਦਰਿਆ ਦੇ ਉੱਤੇ ਹੀ ਲੋਕਾਂ ਨੂੰ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ। ਔਰ ਉੱਥੇ ਹੀ ਜਿੱਥੇ 2 ਦਰਿਆ ਮਿਲਦੇ ਨੇ, ਇਸ ਜਗ੍ਹਾ ਨੂੰ ਦੁਮੇਲ ਕਿਹਾ ਜਾਂਦਾ ਹੈ, ਕਿਸ਼ਨ ਗੰਗਾ ਔਰ ਜੇਹਲਮ ਇਸ ਤਰ੍ਹਾਂ ਕਰਕੇ ਜੁੜਦੇ ਨੇ ਆ ਕੇ ਦਰਿਆ ਉਹ ਅਤੇ ਕਸ਼ਮੀਰ ਵੈਲੀ ਤੋਂ ਆ ਕੇ। ਇਹ ਗੁਰੂ ਘਰ ਦੀ ਹਾਲਤ, ਰਾਈਟ ਸਾਈਡ 'ਤੇ ਦਰਬਾਰ ਸਾਹਿਬ ਜਿਹੜਾ ਖਰਾਬ ਹੋਇਆ ਨਜ਼ਰ ਆ ਰਿਹਾ ਹੈ। 2005 ਦੇ ਵਿੱਚ ਜਿਹੜਾ ਭੂਚਾਲ ਆਇਆ ਪਾਕਿਸਤਾਨ ਦੇ ਵਿੱਚ, ਇਹ ਉਦੋਂ ਜਿਹੜੀ ਬਿਲਡਿੰਗ ਹੈ ਉਹ ਡੈਮੇਜ ਹੋ ਗਈ ਹੈ। ਇਹਦਾ ਮਜ਼ੇਦਾਰੀ ਦੀ ਗੱਲ ਹੈ ਕਿ ਡਿਪਾਰਟਮੈਂਟ ਨੇ ਇਹਦਾ ਇੱਕ ਇੱਕ ਨੀਂਹ ਪੱਥਰ ਜਿਹੜਾ ਇੱਕ ਪਾਸੇ ਰਿਸਰਚਰਸ ਵਾਸਤੇ ਢੇਰ ਲਾਇਆ ਹੋਇਆ, ਜਿਹੜਾ ਬੰਦਾ ਜਾਵੇ, ਜਿਹੜਾ ਬੰਦੇ ਦਾ ਕੋਈ ਤਲਕ ਕਸ਼ਮੀਰ ਨਾਲ ਹੈ, ਉਹਨਾਂ ਦੀ ਸੇਵਾ ਕਰਵਾਈ ਅਗਰ ਹੈ ਵੇ ਤਾਂ ਉਹ 200 ਟਾਇਲ ਜਿਹੜੀ ਹੈ ਐਡੀ ਐਡੀ ਚੌੜੀ ਹੈ, ਕਮ ਅਜ਼ ਕਮ 2-2 ਫੁੱਟ ਉਹਨਾਂ ਨੇ ਢੇਰ ਲਾਇਆ, ਉਹਦੇ 'ਚ ਬੰਦਾ ਸਾਫ਼ ਕਰਕੇ ਰਿਸਰਚ ਕਰ ਸਕਦਾ। 40-50 ਦੀ ਤਾਂ ਮੇਰੇ ਕੋਲ ਰਿਕਾਰਡ ਹੈ, ਬਾਕੀ ਦਾ ਫਿਰ ਬਹੁਤ ਜ਼ਿਆਦਾ ਸੀ ਕਿਉਂਕਿ ਵਜ਼ਨ ਵੀ ਬਹੁਤ ਜ਼ਿਆਦਾ ਸੀ, ਮੈਂ ਇਕੱਲਾ ਸੀ, ਕੈਮਰਾ ਅਤੇ ਫਿਰ ਮੈਂ 2 ਜਣੇ ਸਾਂ, ਬਾਕੀ ਤਾਂ ਕੋਈ ਹੈਲਪ ਕਰਨ ਵਾਲਾ ਹੁੰਦਾ ਨਹੀਂ ਹੈ। ਅਤੇ ਇਹਦੇ ਵਿੱਚ ਮੈਂ ਕਹਾਂਗਾ ਕਿ ਯਾਤਰੀ ਨਿਵਾਸ, ਲੰਗਰ ਹਾਲ ਔਰ ਇਹ ਜਿਹੜੀ ਲੈਫਟ ਸਾਈਡ 'ਤੇ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ, ਇਹ ਦੀਵਾਨ ਹਾਲ ਸੀ। ਉਹ ਦੀਵਾਨ ਹਾਲ ਵੀ ਜਿਹੜਾ ਉਹ ਅੰਡਰਗਰਾਊਂਡ ਚੈਂਬਰ, ਫਸਟ ਫਲੋਰ ਫਿਰ ਸੈਕਿੰਡ ਫਲੋਰ ਜਿਹੜਾ ਸੀ। ਇਹਦੇ ਤੁਸੀਂ ਘੱਟੋ ਘੱਟ ਲਾ ਲਵੋ ਕਿ ਇਹ ਜਗ੍ਹਾ ਜਿਹੜੀ ਹੈ 10-12 ਏਕੜ 'ਚ ਫੈਲੀ ਹੋਈ ਹੈ ਜਗ੍ਹਾ ਪੂਰੀ, ਬਹੁਤ ਵੱਡੀ ਜਗ੍ਹਾ। ਕੁਛ ਏਰੀਆ ਉਹਨਾਂ ਦੇ ਸੈਂਸਿਟਿਵ ਨੇ ਸਿਕਿਉਰਿਟੀ ਦੇ ਹਿਸਾਬ ਨਾਲ, ਇਸ ਲਈ ਮੈਂ ਫਿਰ ਉੱਧਰ ਦੀ ਪਿਕਚਰਸ ਨਹੀਂ ਲਈਆਂ। ਬਾਕੀ ਮੇਰੇ ਕੋਲ ਮੇਨ ਮੇਨ ਪਿਕਚਰਸ ਜਿਹੜੀਆਂ, ਮੇਨ ਬਿਲਡਿੰਗ ਜਿਹੜੀਆਂ ਨੇ ਸਿੱਖ ਆਰਕੀਟੈਕਚਰ, ਉਹ ਮੇਰੇ ਕੋਲ ਮੌਜੂਦ ਹੈ। ਮੈਂ ਸੋਚਦਾ ਸੀ ਕਿ ਸਿੱਖਿਜ਼ਮ ਦੀਆਂ ਜੜ੍ਹਾਂ ਜਿਹੜੀਆਂ ਨੇ ਸੈਂਟਰਲ ਪੰਜਾਬ ਦੇ ਅੰਦਰ ਹੀ ਜ਼ਿਆਦਾ ਨੇ, ਨੌਰਥ ਵੈਸਟ ਦੇ ਅੰਦਰ ਜ਼ਿਆਦਾ ਨੇ, ਈਸਟ ਪੰਜਾਬ 'ਚ ਜ਼ਿਆਦਾ ਨੇ,
ਲੇਕਿਨ ਸਾਊਥ ਪੰਜਾਬ ਦੇ ਅੰਦਰ ਵੀ ਰਾਜਨਪੁਰ ਦੇ ਵਿੱਚ ਮੈਂ ਵੜਿਆ ਜਿਸ ਵੇਲੇ, ਤੇ ਮੈਂ ਉਸ ਵੇਲੇ ਜਾ ਕੇ ਦੇਖਿਆ ਕਿ ਰਾਜਨਪੁਰ ਦੇ ਅੰਦਰ ਵੀ ਗੁਰੂ ਘਰ ਜਿਹੜਾ ਮੌਜੂਦ ਹੈ। ਇਹ ਜੀ ਖਾਲਸਾ ਰਾਜ ਦਾ ਬਣਿਆ ਹੋਇਆ ਗੁਰੂ ਘਰ ਹੈ, ਔਰ ਅੱਜ ਵੀ ਆਪਣੀ ਅਸਲ ਹਾਲਤ ਦੇ ਵਿੱਚ ਦੇਖ ਲਓ ਤੁਸੀਂ, ਉਹੀ ਜਿਹੜੀ ਉਹ ਮੈਂ ਕਹਾਂਗਾ ਕਿ ਪੇਂਟ ਜਿਹੜਾ ਉਸ ਦੌਰ ਦੇ ਵਿੱਚ ਇੱਕ ਖਾਕੀ ਜਿਹਾ ਕੀਤਾ ਜਾਂਦਾ ਸੀ, ਉੱਤੇ ਟੈਰਾਕੋਟਾ ਟਾਈਪ ਜਿਹੜਾ, ਉਹੀ ਕਲਰ ਮੌਜੂਦ ਹੈ ਉਹਦੇ ਉੱਤੇ। ਇਹ ਪ੍ਰਾਈਵੇਟ ਪ੍ਰੋਪਰਟੀ ਹੁਣ ਇਸ ਵੇਲੇ। ਨਾ ਕਿ ਗੁਰੂ ਘਰ, ਧਰਮਸ਼ਾਲ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਸੇਵਾ ਕਰਵਾਈਆਂ ਸਨ, ਮੈਂ ਜਿਸ ਤਰ੍ਹਾਂ ਦੱਸਿਆ ਤੁਹਾਨੂੰ, ਖੂਹ ਲਵਾਏ ਔਰ ਬੋਰਡ ਵਗੈਰਾ ਲਾਏ ਗਏ ਸਨ, ਕਾਫੀ ਚੀਜ਼ਾਂ ਬਣਾਈਆਂ ਗਈਆਂ ਸਨ ਉਹਨਾਂ ਦੇ ਵਿੱਚੋਂ। ਖਾਲਸਾ ਜੀ, ਉਸ ਵੇਲੇ ਵੀ ਤੁਸੀਂ ਬਹੁਤ ਮਾਡਰਨ ਸੀ, ਉਸ ਵੇਲੇ ਜਿਹੜੇ ਜੰਝ ਘਰ ਸਨ, ਜਿਹਨੂੰ ਕਿ ਅੱਜ ਕੱਲ੍ਹ ਲੋਕ ਬੜੇ ਆਪਣਾ ਉਹ ਖੁਸ਼ੀ ਨਾਲ ਦੱਸਦੇ ਨੇ ਵੀ ਸਾਡਾ ਮੈਰਿਜ ਹਾਲ ਹੈ ਜੀ, ਅਸੀਂ ਸ਼ਾਦੀ ਮੈਰਿਜ ਹਾਲ 'ਚ ਕਰ ਰਹੇ ਹਾਂ, ਅਤੇ ਖਾਲੀ ਮੰਡੀ ਭਾਵਨਧੀਨ ਦੇ ਵਿੱਚ ਤੁਹਾਡੇ ਦੋ ਜੰਝ ਘਰ ਸਨ, ਉਹ ਤੁਸੀਂ ਗੁਰੂ ਖੰਡਾ ਦੇਖ ਸਕਦੇ ਹੋ। ਉੱਤੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਹੈ, ਇੱਥੇ ਜੰਝ ਘਰ ਨੰਬਰ 1 ਔਰ ਜੰਝ ਘਰ ਨੰਬਰ 2। ਔਰ ਇਹ ਵੀ ਜਿਹੜੇ ਮੇਰੇ ਬਜ਼ੁਰਗ ਨੇ ਜ਼ਿਆਦਾ ਪੁਰਾਣੇ, ਉਹਨਾਂ ਨੂੰ ਤਾਂ ਪਤਾ ਹੋਏਗਾ ਕਿ ਸਾਡੇ ਵਾਲੇ ਪਾਸੇ ਰੀਤ ਰਿਵਾਜ਼ ਇਸ ਤਰ੍ਹਾਂ ਦੇ ਸੀ ਕਿ ਜੰਝ 3 ਦਿਨ ਆ ਕੇ ਰਹਿੰਦੀ ਸੀ ਕੁੜੀ ਵਾਲਿਆਂ ਦੇ ਘਰ, 3 ਦਿਨ ਤੋਂ ਬਾਅਦ ਜਾਂਦੀ ਸੀ, ਅਤੇ ਇਹਨਾਂ ਤਮਾਮ ਜੰਝ ਘਰਾਂ ਦੇ ਫਲੋਰ 3 ਨੇ, 3-3 ਫਲੋਰ ਬਣਾਏ ਹੋਏ ਨੇ। ਸ਼ਾਦੀ ਕਰਨ ਤੋਂ ਬਾਅਦ ਸਾਰੇ ਰੈਸਟ ਰੂਮ ਜਿਹੜੇ ਨੇ, ਸੋਰੀ ਰੈਸਟ ਰੂਮ ਇੱਥੇ ਕੁਛ ਹੋਰ ਹੀ ਕਹਿੰਦੇ ਨੇ, ਅਤੇ ਉਹ ਜਿਹੜੇ ਬਾਕੀ ਤੁਸੀਂ ਸਮਝ ਲਓ ਕਿ ਯਾਤਰੀ ਨਿਵਾਸ ਟਾਈਪ ਜਿਹੜੀਆਂ ਜਗ੍ਹਾ ਸਨ ਸਾਰੀਆਂ, ਉਹ ਸਰਾਊਂਡਿੰਗ ਏਰੀਆ ਦੇ ਸਾਰੀਆਂ ਬਣੀਆਂ ਹੋਈਆਂ ਨੇ, ਉਹ ਅੱਜ ਵੀ ਆਪਣੀ ਓਰਿਜਨਲ ਹਾਲਤ ਦੇ ਵਿੱਚ ਨੇ। ਇਹ ਜਦੋਂ ਜ਼ਲਜ਼ਲਾ ਆਇਆ 2005, ਅਤੇ ਇਹਦੀ ਅੱਧੀ ਜਾਲੀ ਗਿਰ ਗਈ ਹੈ ਉੱਥੋਂ, ਵਰਨਾ ਉਹ ਖੰਡੇ ਵਾਲੀ ਜਗ੍ਹਾ ਉੱਥੇ ਦੀ ਉੱਥੇ ਸੀ, ਕਿਸੇ ਨੇ ਉਹਨੂੰ ਛੇੜਿਆ ਨਹੀਂ। ਹਵੇਲੀ ਮਾਨ ਸਿੰਘ, ਪਹਿਲੇ ਤਾਂ ਵੈਸੇ ਸਰਦਾਰ ਚਰਨ ਸਿੰਘ ਨੇ ਬਣਾਈ ਸੀ, ਲੇਕਿਨ ਬਾਅਦ ਉਹਨਾਂ ਨੇ ਰਿਪੇਅਰ ਪੂਰ ਕਰਵਾਈ, ਔਰ ਰਾਈਟ ਸਾਈਡ ਦੇ ਉੱਤੇ ਉਹ ਮੈਂ ਰੂਮ ਜਿਹੜਾ ਉਹ ਦਿਖਾਇਆ ਕਿ ਜਿੱਥੇ ਆਪਣਾ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਸੀ। ਔਰ ਇਸ ਹਵੇਲੀ ਨੂੰ ਪਹਿਲੇ ਤਾਂ ਇੱਕ ਵਾਰੀ ਗੌਰਮੈਂਟ ਨੇ ਰੈਨੋਵੇਟ ਕੀਤਾ, ਲੇਕਿਨ ਹੁਣ ਫਿਰ ਉਹ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਗੌਰਮੈਂਟ ਚੇਂਜ ਹੁੰਦੀ, ਪੋਲਿਸੀਜ਼ ਚੇਂਜ ਹੁੰਦੀਆਂ ਨੇ, ਤਾਂ ਉਸੇ ਤਰ੍ਹਾਂ ਬਿਲਡਿੰਗਸ ਜਿਹੜੀਆਂ ਨੇ, ਆਰਕੀਟੈਕਚਰ ਵੀ, ਉਹ ਵੀ ਖਰਾਬ ਹੋ ਜਾਂਦੇ ਨੇ ਨਾਲ। ਹੁਣ ਫਿਰ ਗੌਰਮੈਂਟ ਆਫ ਪੰਜਾਬ ਨੇ ਇਹਦਾ ਪੂਰਾ ਸਰਵੇ ਕੀਤਾ, ਇੱਕ ਇਹਦਾ ਅੰਡਰਗਰਾਊਂਡ ਚੈਂਬਰ ਹੈ ਪੂਰਾ, ਉਹ ਹਲੇ ਤੱਕ ਵੈਸੇ ਮੈਂ ਦੇਖਿਆ ਤਾਂ ਨਹੀਂ ਹੈ, ਲੇਕਿਨ ਸੁਣਿਆ ਹੈ ਕਿ ਇਹਦੇ ਥੱਲੇ ਪੂਰਾ ਇੱਕ ਚੈਂਬਰ ਇਹਦੇ ਥੱਲੇ ਵੀ ਸੀ। ਔਰ ਇਹ ਜਿਹੜਾ ਕਮਰੇ ਦੇ ਉੱਤੇ ਵਾਈਟ ਪਲੇਟ ਨਜ਼ਰ ਆ ਰਹੀ ਹੈ, ਇਸੇ ਅੰਦਰ ਹੀ ਮਹਾਰਾਜਾ ਰਣਜੀਤ ਸਿੰਘ ਦੀ ਬਰਥ ਪਲੇਸ ਇਹ ਵੇ। ਜੀ ਹਾਂਜੀ, ਮਹਾਨ ਸਿੰਘ ਵਾਲਿਦ, ਤੁਹਾਡੇ ਮਹਾਂ ਸਿੰਘ ਕਿਹਾ ਜਾਂਦਾ, ਲੇਕਿਨ ਸਾਨੂੰ ਜਿਹੜਾ ਉਹ ਰਾਈਟਿੰਗ ਦੇ ਵਿੱਚ ਆਉਂਦਾ ਉਹ ਮਹਾਂ ਮਹਾਂ ਜਿਹੜਾ ਉਹ ਨੂਨ ਗੁਨਾ ਬਣ ਜਾਂਦਾ ਜੀ। ਇਹ ਜਨਰਲ ਹਰੀ ਸਿੰਘ ਨਲਵਾ ਜੀ ਦੇ ਘਰ ਦਾ ਵੁੱਡਵਰਕ ਹੈ, ਔਰ ਇਸ ਜਿਹੜੀ ਹਵੇਲੀ ਹੈ ਅੱਜ ਕੱਲ੍ਹ ਐਜ਼ ਏ ਬਲਾਇੰਡਸ ਦਾ ਸਕੂਲ ਯੂਜ਼ ਹੋ ਰਹੀ ਹੈ, ਕਿ ਬਲਾਇੰਡ ਬੱਚੇ ਜਿਹੜੇ ਨੇ ਉਹਨਾਂ ਨੂੰ, ਮੈਂ ਕਹਾਂਗਾ ਕਿ ਇਹਨਾਂ ਦੀਆਂ ਇੰਨੀਆਂ ਸਰਵਿਸਿਜ਼ ਨੇ, ਲੋਕ ਅੱਜ ਗੌਰਮੈਂਟ ਆਫ ਪੰਜਾਬ ਨੂੰ ਮਿਸਾਲਾਂ ਦਿੰਦੇ ਨੇ ਨਿਊਜ਼ ਦੇ ਵਿੱਚ ਜਾਂ ਟਾਕ ਸ਼ੋਅਜ਼ ਦੇ ਅੰਦਰ, ਅਤੇ ਮੈਂ ਕਹਾਂਗਾ ਇੰਨਾ ਖੁਸ਼ਕਿਸਮਤ ਬੰਦਾ ਕਿ ਜਿਹਦੀ ਡੈਥ ਤੋਂ ਬਾਅਦ ਵੀ ਉਹਦਾ ਘਰ ਜਿਹੜਾ ਉਹ ਇੰਨੀ ਰੋਸ਼ਨੀ ਫੈਲਾ ਰਿਹਾ ਕਿ ਬਲਾਇੰਡਸ ਨੂੰ ਜਿਹੜਾ ਐਜੂਕੇਟ ਉੱਥੇ ਕੀਤਾ ਜਾ ਰਿਹਾ। ਇਹ ਬਹੁਤ ਬਹੁਤ ਵਧੀਆ ਗੱਲ ਹੈ। ਇਹਦਾ ਨੀਂਹ ਪੱਥਰ ਜੀ ਹਲੇ ਵੀ ਬ੍ਰਿਟਿਸ਼ ਦੇ ਹੱਥ ਦਾ ਜਿਹੜਾ ਉਹਨਾਂ ਨੇ ਲਾਇਆ ਹੋਇਆ, ਪਲੇਟ ਵਗੈਰਾ ਸਾਰੀ ਮੌਜੂਦ ਹੈ, ਔਰ ਬਲੈਕ ਟਿਕ ਵੁੱਡ ਦੇ ਵਿੱਚ ਇਹਦੇ ਦਰਵਾਜ਼ੇ ਜਿਹੜੇ ਨੇ ਆਪਣੀ ਮਿਸਾਲ ਆਪ ਨੇ, ਔਰ ਓਰਿਜਿਨਲ ਹਾਲਤ ਦੇ ਵਿੱਚ ਨੇ। ਇਹ ਛੱਤ ਤੁਸੀਂ ਦੇਖਦੇ ਹੋ, ਇਹਦੇ 'ਚ ਉਹਨਾਂ ਦੀ ਬਰਥ ਹੋਈ ਹੈ, ਇਸੇ ਕਮਰੇ ਦੇ ਅੰਦਰ। ਪੱਖਾ ਵੀ ਉਹਨਾਂ ਨੇ ਲਾਇਆ, ਲੇਕਿਨ ਇੱਕ ਸੁਰਾਖ ਹੀ ਕੱਢਿਆ ਸਿਰਫ ਵਿੱਚ, ਜਿਨ੍ਹਾਂ ਦੇ ਕੋਲ ਹੈ ਬਿਲਡਿੰਗ, ਲੇਕਿਨ ਬਿਲਡਿੰਗ ਅੰਦਰੋਂ ਆਪਣੀ ਅਸਲ ਹਾਲਤ ਵਿੱਚ, ਬਾਹਰੋਂ ਪਹਿਚਾਣ ਨਹੀਂ ਹੁੰਦੀ। ਮੁਹੱਲੇ ਦਾ ਨਾਮ ਹੈ ਕੇਸਰਾ ਬਾਜ਼ਾਰ ਗੁਜਰਾਂਵਾਲਾ, ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਅੱਜ ਕੱਲ੍ਹ ਮੱਛਲੀ ਮੰਡੀ ਹੈ, ਲੇਕਿਨ ਬਿਲਕੁਲ ਬਾਜ਼ਾਰ ਜੁੜਿਆ ਹੋਇਆ ਗੁਰੂ ਨਾਨਕਪੁਰੇ ਦੇ ਨਾਲ, ਗੁਰੂ ਨਾਨਕਪੁਰਾ ਉਸ ਮੁਹੱਲੇ ਦਾ ਨਾਮ ਹੈ। ਔਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਔਰ ਜਨਰਲ ਹਰੀ ਸਿੰਘ ਨਲਵਾ ਦੋਵੇਂ ਮੁਹੱਲੇਦਾਰ ਸਨ, ਇੱਕੋ ਮੁਹੱਲਾ ਹੈ, ਇਸ ਤਰ੍ਹਾਂ ਕਰਕੇ ਜੁੜਦਾ ਮੁਹੱਲਾ, ਅਤੇ ਟੋਟਲ ਸਿਰਫ 200 ਕਦਮ ਦਾ ਫਾਸਲਾ ਨਹੀਂ ਹੈ ਇੱਕ ਦੂਜੇ ਤੋਂ ਘਰ ਤੋਂ। ਕੋਈ ਤਾਰੀਖ ਦੀ ਕਿਤਾਬ ਨਹੀਂ, ਇੰਝ ਦਾ ਦੱਸਦੇ ਨੇ, ਪੜ੍ਹਾਉਂਦੇ ਨੇ, ਜਿਵੇਂ ਪਤਾ ਨਹੀਂ ਕਿੰਨੇ 100 ਮੀਲ ਦੂਰ ਰਹਿੰਦੇ ਸੀ ਇੱਕ ਦੂਜੇ ਤੋਂ। ਬਰਕਾ ਫੈਨਾਂ ਦੀ ਪਹਿਲੀ ਮੁਲਾਕਾਤ ਜਿਹੜੀ ਹੈ ਸ਼ੇਰਾਂ ਵਾਲੇ ਬਾਗ ਦੇ ਵਿੱਚ ਹੁੰਦੀ ਹੈ, ਜਿੱਥੇ ਕਿ ਜਨਰਲ ਹਰੀ ਸਿੰਘ ਨਲਵਾ ਕਸਰਤ ਕਰਨ ਲਈ ਜਾਂਦੇ ਨੇ। ਉਹਨੂੰ ਅੱਜ ਵੀ ਉੱਥੇ ਅਖਾੜੇ ਨੇ ਭਲਵਾਨ, ਉੱਥੇ ਅੱਜ ਵੀ ਕੁਸ਼ਤੀਆਂ ਕਰਦੇ ਨੇ, ਔਰ ਉਹਨੂੰ ਸ਼ੇਰਾਂ ਵਾਲਾ ਬਾਗ ਹੀ ਕਿਹਾ ਜਾਂਦਾ ਅੱਜ ਵੀ। ਔਰ ਉੱਥੇ ਮਹਾਨ ਸਿੰਘ ਦੀ ਸਮਾਧ ਦੇ ਕੋਨੇ ਦੇ ਉੱਤੇ ਔਰ ਬਾਰਾਦਰੀ ਵੀ ਬਣੀ ਹੋਈ ਹੈ ਉਹਨਾਂ ਦੀ। ਗੁਰਦੁਆਰਾ ਦਮਦਮਾ ਸਾਹਿਬ, ਬਾਬਾ ਸਾਹਿਬ ਸਿੰਘ ਬੇਦੀ ਜੀ ਗੁਜਰਾਂਵਾਲੇ ਵਾਲੇ, ਇਹਨਾਂ ਦੀ ਰਾਈਟ ਸਾਈਡ ਦੇ ਉੱਤੇ ਤੁਸੀਂ ਤਕਰੀਬਨ ਕੋਈ 200 ਸਾਲ ਪੁਰਾਣਾ ਦਰਬਾਰ ਹੈ, ਔਰ ਲੈਫਟ ਸਾਈਡ ਦੇ ਉੱਤੇ ਜਿਹੜੀ ਬਿਲਡਿੰਗ ਹੈ ਇਹ ਨਵਾਂ ਆਰਕੀਟੈਕਚਰ ਹੈ, ਔਰ ਮੈਂ ਕਹਾਂਗਾ ਕਿ ਬਿਲਕੁਲ ਨੀਅਰ ਅਬਾਊਟ ਫਿਨਿਸ਼, ਯਾਨੀ ਕਿ ਜਿਹੜਾ ਪੁਰਾਣਾ ਦਰਬਾਰ ਹੈ ਉਹ ਤਾਂ ਖਤਮ ਹੀ ਹੋਣ ਵਾਲਾ ਹੋਣਾ। ਇੱਥੇ ਵੀ ਈਸਟ ਤੋਂ ਗਈਆਂ ਹੋਈਆਂ ਮੁਸਲਿਮ ਫੈਮਲੀਆਂ ਜਿਹੜੀਆਂ ਨੇ,
ਪੰਜਾਬੀ ਨੇ, ਇਹ ਸਾਰੇ ਪੰਜਾਬੀ ਨੇ, ਇਹ ਕਸ਼ਮੀਰੀ ਨਹੀਂ ਨੇ। ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਇੱਥੇ, ਕਹਿੰਦੇ ਜੀ ਸਾਨੂੰ ਕੁਛ ਵੀ ਨਹੀਂ ਸੀ ਲੱਭਾ, ਅਸੀਂ ਇੱਥੇ ਆ ਕੇ ਵੱਸ ਗਏ, ਜਗ੍ਹਾ ਖਾਲੀ ਪਈ ਹੋਈ ਸੀ। ਇਹਦੇ ਅੰਦਰ ਇੰਨੀਆਂ ਅਨਮੁੱਲੀਆਂ ਸੇਵਾ ਕਰਵਾਈਆਂ ਲੱਗੀਆਂ ਹੋਈਆਂ ਨੇ, ਮੈਂ ਕਾਫੀ ਨੂੰ ਸਾਫ ਕਰ ਕਰਕੇ, ਕਿਉਂਕਿ ਉਸ ਵੇਲੇ ਮੇਰੇ ਕੋਈ ਚੀਜ਼ ਹੁੰਦੀ ਨਹੀਂ, ਇੱਕ ਤਾਂ ਲੋਕ ਘਰ ਦੇ ਅੰਦਰ ਨਹੀਂ ਵੜਨ ਦਿੰਦੇ, ਜੇ ਵੜਨ ਦਿੰਦੇ ਨੇ ਉਹਨਾਂ ਦਾ ਪ੍ਰਾਈਵੇਸੀ ਦਾ ਮਸਲਾ ਹੁੰਦਾ, ਫਿਰ ਉੱਥੇ ਸਫਾਈ ਵਾਲਾ ਕੋਈ ਨਹੀਂ ਹੁੰਦਾ, ਅਤੇ ਕਈ ਵਾਰੀ ਤਾਂ ਮੈਂ ਆਪਣੀ ਕਮੀਜ਼ ਫੜ ਕੇ ਅਤੇ ਉਹਦੇ ਨਾਲ ਅਰੇਂਜ ਕਰਕੇ ਸਾਫ ਕਰ ਲੈਂਦਾ ਫਟਾਫਟ ਕੇ, ਚਲੋ ਜਲਦੀ ਨਾ ਕੁਛ ਤਾਂ ਨਜ਼ਰ ਆ ਜਾਵੇ ਮੈਨੂੰ। ਐਨੀਵੇ, ਰੇਲਵੇ ਲਾਈਨ ਦੇ ਉੱਤੋਂ ਜਦੋਂ ਲਾਹੌਰ ਤੋਂ ਤੁਸੀਂ ਗੁਜਰਾਂਵਾਲਾ, ਤਾਂ ਗੁਜਰਾਂਵਾਲਾ ਤੋਂ ਅੱਗੇ ਰਾਵਲਪਿੰਡੀ ਟ੍ਰੇਨ ਜਾਂਦੀ ਹੈ, ਤਾਂ ਰਾਈਟ ਸਾਈਡ 'ਤੇ ਆਪਣਾ ਫੇਸ ਅਪ ਰੱਖੋ ਤੁਸੀਂ, ਅਗਰ ਟ੍ਰੇਨ ਥੋੜ੍ਹੀ ਥੋੜ੍ਹੀ ਸਲੋ ਅਗਰ ਹੋਵੇ, ਤਾਂ ਤੁਹਾਨੂੰ ਰੇਲਵੇ ਟਰੈਕ ਤੋਂ ਇੰਝ ਨਜ਼ਰ ਆਉਂਦਾ, ਇਹ ਗੁਰਦੁਆਰਾ ਔਰ ਇਹ ਰੇਲਵੇ ਟਰੈਕ ਜਾ ਰਿਹਾ, ਇੰਨੀ ਨਜ਼ਦੀਕ ਹੈ, ਉਹ ਸਾਫ ਨਜ਼ਰ ਆਉਂਦਾ। ਇਹ ਤੁਹਾਨੂੰ ਰੋਡ ਸਾਈਡ ਦੇ ਮੰਜ਼ਰ ਨੇ, ਐਡਾ ਗੁਰੂ ਘਰ ਦਾ ਨਾਮ ਜਿਹੜਾ ਲਿਖਿਆ ਹੋਇਆ ਸਾਰਾ ਕੁਛ ਹੈ, ਰੋਡ ਦੇ ਨੇ, ਰੋਡ ਤੋਂ ਨਜ਼ਰ ਆਉਂਦਾ ਸਾਰਾ, ਦੱਸਿਆ ਹੀ ਜਾਂਦਾ ਕਿ ਅਸੀਂ ਕਿਸੇ ਦਾ ਕੁਛ ਨਹੀਂ ਛੱਡਦੇ। ਗੁਰਦੁਆਰਾ ਗੁਰੂ ਸਿੰਘ ਸਭਾ, ਗੁਰੂ ਨਾਨਕਪੁਰਾ ਗੁਜਰਾਂਵਾਲਾ, ਇਸ ਗੁਰੂ ਘਰ ਦੇ ਮੁਤਲਕ ਵੀ ਜਿਹੜੇ ਬਹੁਤ ਲੋਕ ਜ਼ਿਕਰ ਕਰਦੇ ਨੇ, ਹਿਸਟਰੀ ਦੀ ਬੁੱਕਸ ਲਿਖਦੇ ਨੇ, ਕੋਈ ਗੁਰੂ ਘਰਾਂ ਦੇ ਮੁਤਲਕ ਲਿਖਦੇ ਨੇ, ਉਹਨਾਂ ਦੇ ਵਿੱਚ ਵੀ ਇਹਦੀ ਹਿਸਟਰੀ ਨਹੀਂ ਮਿਲਦੀ, ਲੇਕਿਨ ਇਹਦੇ ਅੰਦਰ ਬਹੁਤ ਬਹੁਤ ਇਤਿਹਾਸ ਜਿਹੜਾ ਦੀਵਾਰਾਂ ਦੇ ਉੱਤੇ ਤੁਹਾਨੂੰ ਟਾਇਲਾਂ ਦੀ ਸੂਰਤ ਵਿੱਚ ਲੱਗਿਆ ਹੋਇਆ, ਔਰ ਉਹਨਾਂ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਸੇਵਾ ਮੌਜੂਦ ਹੈ, ਔਰ ਸਰਦਾਰ ਅਤਰ ਸਿੰਘ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੇ ਮੁਤਲਕ ਔਰ ਉਹਨਾਂ ਦੇ ਮੁਤਲਕ ਵੀ ਡਿਟੇਲਸ ਇਹਦੇ ਵਿੱਚ ਮਿਲਦੀਆਂ। ਉਹਨਾਂ ਦੀ ਤਰਫੋਂ ਸੇਵਾ ਵੀ ਇਸ ਗੁਰੂ ਘਰ ਦੇ ਅੰਦਰ ਬਹੁਤ ਮਾਰਬਲ ਲੱਗਾ ਜਿਹਦੇ ਉੱਤੇ ਉਹ ਸੇਵਾ ਕਰਵਾਈ, ਨੰਬਰ ਵਾਈਜ਼ ਵਿਦ ਮਨੀ ਵੀ ਕਿੰਨੀ ਕਿੰਨੀ ਕਿਸੇ ਨੇ ਡੋਨੇਸ਼ਨ ਕੀਤੀ ਸੀ ਇਸ ਗੁਰੂ ਘਰ ਬਣਾਉਣ ਦੇ ਵਿੱਚ। ਮੈਂ ਕਹਾਂਗਾ ਕਿ ਇਹਦਾ ਬਾਹਰ ਵਾਲਾ ਦਰਵਾਜ਼ਾ ਇੰਨਾ ਕੁ ਸੋਲਿਡ ਹੈ, ਇਹਦੇ ਤੁਸੀਂ ਉੱਤੇ ਤੁਸੀਂ ਦੇਖੋ, ਇਹ ਜਿਹੜੇ ਤੁਹਾਨੂੰ ਇਹ ਨਜ਼ਰ ਆ ਰਹੇ ਨੇ, ਮੇਰੇ ਕੱਦ ਦੇ ਨੇ, ਛੋਟੇ ਜਿਹੇ ਨਹੀਂ ਹੈ, ਔਰ ਸੀਮਿੰਟ ਦੇ ਬਣੇ ਹੋਏ ਨੇ। ਤੁਸੀਂ ਤੀਰ ਦੇਖੋ, ਨੇਜ਼ੇ ਦੇਖੋ, ਔਰ ਮਤਲਬ ਕਿ ਗੁਰੂ ਖੰਡਾ ਦੇਖੋ ਤੁਸੀਂ ਪੂਰਾ, ਇਹ ਸਾਰਾ ਦਾ ਸਾਰਾ ਸੀਮਿੰਟ 'ਚ ਬਣਿਆ ਹੋਇਆ ਮੁਕੰਮਲ, ਔਰ ਅੱਜ ਵੀ ਆਪਣੀ ਓਰੀਜਨਲ ਹਾਲਤ ਦੇ 'ਚ। ਇੱਥੇ ਇੱਕ ਬੜੇ ਅੱਛੇ ਸਕੋਲਰ ਰਹਿੰਦੇ ਨੇ, ਆਈ ਥਿੰਕ ਉਹ ਫਰੀਦਕੋਟ ਦੇ ਰਹਿਣ ਵਾਲੇ ਨੇ, ਬਹੁਤ ਬੜੇ ਸਕੋਲਰ ਨੇ ਪਾਕਿਸਤਾਨ ਦੇ, ਉਹ ਇੱਥੇ ਰਹਿੰਦੇ ਨੇ, ਕਹਿੰਦੇ ਨੇ ਮੈਨੂੰ ਇਸ ਜਗ੍ਹਾ ਨਾਲ ਪਿਆਰ ਹੈ, ਮੈਂ ਇਸ ਲਈ ਇੱਥੇ ਰਹਿੰਦਾ, ਲੇਕਿਨ ਅਫਸੋਸ ਹੈ ਕਿ ਮੈਂ ਇਹਦੇ ਲਈ ਕੁਛ ਨਹੀਂ ਕਰ ਸਕਦਾ। ਇਹ ਰਾਈਟ ਸਾਈਡ 'ਤੇ ਮੈਂ ਇਸ ਲਈ ਪਿਕਚਰ ਇਹਦੀ ਇਹ ਲਈ ਪਾਈ ਹੈ ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਇੰਨਾ ਵੱਡਾ ਹਾਲ ਹੈ। ਮੈਂ ਖੁਦ ਹੈਰਾਨ ਹਾਂ ਬੀਂਗ ਏ ਰਿਸਰਚਰ, ਕਿ ਇਹਦੇ ਥੱਲੇ ਤੁਸੀਂ ਦੇਖ ਲਓ ਕੋਈ ਤੁਹਾਨੂੰ ਪਿੱਲਰ ਨਹੀਂ ਨਜ਼ਰ ਆ ਰਿਹਾ, ਇਹ ਛੱਤ ਕਿਸ ਚੀਜ਼ 'ਤੇ ਖਲੋਤੀ ਹੈ, ਕੁਛ ਸਮਝ ਆਉਂਦੀ ਹੈ? ਔਰ ਕੱਚੀ ਮਿੱਟੀ ਦੀ ਛੱਤ ਹੈ ਪੂਰੀ। ਮੈਂ ਕਹਾਂਗਾ ਸਿਰਫ ਔਰ ਇਹ ਲਗਨ ਹੈ ਸਿਰਫ, ਔਰ ਇਹ ਪਿਆਰ ਹੈ ਆਪਣੇ ਆਪਣੀ ਆਪਣੀ ਮਜ਼ਹਬੀ ਇਮਾਰਤ ਦੇ ਨਾਲ, ਜਾਂ ਕਹਿ ਲਵੋ ਸੀ ਜਾਂ ਆਪਣੇ ਮਜ਼ਹਬ ਨਾਲ ਪਿਆਰ ਦਾ। ਮੈਂ ਕਹਾਂਗਾ ਸਭ ਤੋਂ ਅੱਛਾ ਨਤੀਜਾ ਸੀ ਕਿ ਉਸ ਇਲਾਕੇ ਦੇ ਵਿੱਚ ਮੈਂ ਜਿੱਥੇ ਜਿੱਥੇ ਵੀ ਗਿਆ ਵਾਂ, ਮੈਂ ਇਸ ਚੀਜ਼ ਨੂੰ ਤਾਰੀਫ ਜ਼ਰੂਰ ਕੀਤੀ ਹੈ ਕਿ ਆਪਣੇ ਘਰ ਇੰਨੇ ਸੋਹਣੇ ਨਹੀਂ ਸਨ, ਆਪਣੇ ਘਰ ਐਡੇ ਵੱਡੇ ਨਹੀਂ ਸਨ, ਜਿੰਨੇ ਜਿੰਨੇ ਵੱਡੇ ਗੁਰੂ ਘਰ ਸਾਰੇ ਸਨ। ਖਾਲਸਾ ਜੀ, ਮੈਂ ਜ਼ਿਕਰ ਕਰਦਾ ਹੁੰਦਾ ਵਾਂ ਖਾਲਸਾ ਹਾਈ ਸਕੂਲ ਦੇ ਮੁਤਲਕ, ਇਹ ਦੁਨੀਆ ਦੇ ਵਿੱਚ ਪਹਿਲਾ ਖਾਲਸਾ ਇੰਸਟੀਟਿਊਟ ਹੈ ਗੁਜਰਾਂਵਾਲਾ ਦੇ ਅੰਦਰ, ਜਿਹਨੂੰ ਕਿ ਮਹਾਨ ਸਿੰਘ ਜ਼ਰਈ ਸਕੂਲ ਕਿਹਾ ਗਿਆ। 1806 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਾਲਦ ਦੇ ਨਾਮ ਦੇ ਉੱਤੇ ਐਗਰੀਕਲਚਰ ਸਕੂਲ, ਵੀਰ ਅਗੇਰੀਅਨ ਸੁਸਾਇਟੀ ਨਾ, ਤਾਂ ਅਸੀਂ ਅਗੇਰੀਅਨ ਸੁਸਾਇਟੀ ਹਾਂ, ਅਤੇ ਮਹਾਰਾਜਾ ਲੋਕ ਘੱਟੋ ਘੱਟ ਸਾਡੇ ਵਾਲੇ ਪਾਸੇ ਤਾਂ ਕੋਈ ਨਹੀਂ ਦੱਸਦਾ ਕਿ ਵੀ ਅਗੇਰੀਅਨ ਕੋਈ ਐਗਰੀਕਲਚਰ ਕਾਲਜ ਵੀ ਉਹਨਾਂ ਨੇ ਬਣਾਇਆ ਹੋਏਗਾ ਜਾਂ ਸਕੂਲ। ਉਸ ਵੇਲੇ 1806 ਦੇ ਵਿੱਚ ਆਪਣੇ ਰਾਜ ਦੇ ਪਹਿਲੇ 7 ਸਾਲਾਂ ਦੇ ਵਿੱਚ ਵਿੱਚ ਹੀ, ਦਸਾਂ 'ਚ ਨਹੀਂ 7 ਸਾਲਾਂ ਦੇ ਵਿੱਚ, ਕਿ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਬੁਨਿਆਦ ਰੱਖੀ, ਔਰ ਅੱਜ ਵੀ ਇਹਦਾ ਆਰਕੀਟੈਕਚਰ ਇੰਨਾ ਸੋਹਣਾ ਹੈ। ਬਰਕਿਫ ਉਹ ਓਰਿਜਨਲ ਬਿਲਡਿੰਗ ਨਹੀਂ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ, ਕਿਉਂਕਿ ਇਹਨੂੰ ਰੈਨੋਵੇਟ ਕਰ ਦਿੱਤਾ ਸੀ ਬ੍ਰਿਟਿਸ਼ ਨੇ, ਕਿਉਂਕਿ ਸਾਡੇ ਕੋਲ ਆਉਣ ਤੋਂ ਪਹਿਲੇ ਹੀ ਉਹ ਰੈਨੋਵੇਟ ਹੋ ਗਈ ਹੈ, ਯਾਨੀ ਕਿ 47 ਤੋਂ ਵੀ ਪਹਿਲੇ, ਇਹ ਤਕਰੀਬਨ 1916 ਦੇ ਵਿੱਚ। ਇਹ 1916 ਦੇ ਵਿੱਚ ਹੀ ਜਿਹੜੀ ਇਹ ਬਿਲਡਿੰਗ ਜਿਹੜੀ ਕਿ ਬ੍ਰਿਟਿਸ਼ ਨੇ ਇਹਨੂੰ ਉਹ ਕਰ ਦਿੱਤਾ ਸੀ, ਰੈਨੋਵੇਟ ਕਰ ਦਿੱਤਾ ਸੀ, ਲੇਕਿਨ 1916 ਤੋਂ ਲੈ ਕੇ ਹੁਣ ਤੱਕ ਜੋ ਵੀ ਹੈ ਉਸੇ ਤਰ੍ਹਾਂ ਹੀ ਹੈ, ਜਗ੍ਹਾ ਜਗ੍ਹਾ ਨੇਮ ਪਲੇਟਸ। ਔਰ ਖੁਸ਼ੀ ਦੀ ਗੱਲ ਹੈ ਕਿ ਐਸੇ ਕਾਲਜ ਦੇ ਅੰਦਰ ਆਪਣੇ ਇੱਕ ਸਿੱਖ ਵੀਰ ਪੰਜਾਬੀ ਪੜ੍ਹਾਉਂਦੇ ਨੇ, ਉਹਨਾਂ ਦਾ ਨਾਮ ਕਲਿਆਣ ਸਿੰਘ ਕਲਿਆਣ ਹੈ, ਉਹ ਵੈਸੇ ਤਾਂ ਨਨਕਾਣੇ ਤੋਂ ਨੇ ਲੇਕਿਨ ਪੜ੍ਹਾਉਂਦੇ ਇੱਥੇ ਜਾ ਕੇ ਨੇ। ਇਹ ਦੋ ਕਾਲਜ ਨੇ, ਮੇ ਬੀ ਡਾਊਟ ਹੋ ਸਕਦਾ, ਕਿਉਂਕਿ ਇਹ ਮੇਨ ਜੀ ਟੀ ਰੋਡ ਵਾਲਾ ਅਤੇ ਇੱਕ ਬੈਕ ਸਾਈਡ ਦੇ ਉੱਤੇ, ਇਹਨਾਂ ਦੋਵਾਂ ਦੇ ਵਿੱਚੋਂ ਦੋਨੋਂ ਹੀ ਖਾਲਸਾ ਨੇ,
ਇੱਕ ਖਾਲਸਾ ਸਕੂਲ ਹੈ, ਇੱਕ ਖਾਲਸਾ ਕਾਲਜ ਹੈ, ਦੋਵਾਂ ਵਿੱਚੋਂ ਇੱਕ ਦੇ ਵਿੱਚ ਉਹ ਪੜ੍ਹਾਉਂਦੇ ਨੇ। ਖਾਲਸਾ ਜੀ ਖਾਲੀ ਨਾ ਖਾਲਸਾ ਸਕੂਲ ਅਤੇ ਨਾ ਖੂਹ ਅਤੇ ਨਾ ਧਰਮਸ਼ਾਲ, ਗੁਰੂ ਘਰਾਂ ਤੋਂ ਬਾਅਦ ਜਿਹੜੀ ਸੀ ਸੇਵਾ ਜਿਹੜੀ ਸੀ, ਕਲੋਕ ਟਾਵਰ ਘੜਿਆਲ ਜਿਹੜੇ ਸਨ ਉਸ ਵੇਲੇ 47 ਤੋਂ ਪਹਿਲੇ ਬ੍ਰਿਟਿਸ਼ ਨੇ ਸ਼ੁਰੂ ਕੀਤੇ ਸਨ ਕਿ ਸ਼ਹਿਰ ਦੇ ਸੈਂਟਰ ਦੇ ਵਿੱਚ ਇਹ ਗੁਰੂ ਨਾਨਕਪੁਰਾ ਚੌਕ ਦੇ ਵਿੱਚ ਸਭ ਤੋਂ ਉੱਚਾ ਘੜਿਆਲ ਜਿਹੜਾ ਇਹ ਬਣਾਇਆ ਸੀ। ਇਹ ਜਿਹੜੀ ਕਮੇਟੀ ਹੈ, ਵਾਈਸ ਪ੍ਰਿੰਸੀਪਲ ਹੈ ਉਹਦਾ, ਗਿਫਟ ਆਫ ਗੁਲਾਬ ਸਿੰਘ, ਵਾਈਸ ਮਿਊਂਸੀਪਲ ਕਮੇਟੀ ਐਂਡ ਮੈਨੇਜਰ ਖਾਲਸਾ ਹਾਈ ਸਕੂਲ ਜਿਹੜਾ ਗੁਜਰਾਂਵਾਲਾ ਦਾ, ਤੁਹਾਨੂੰ ਦੱਸ ਰਿਹਾ ਮੈਂ ਕਿ ਜਿਹੜਾ ਖਾਲਸਾ ਹਾਈ ਸਕੂਲ ਜਿਹੜਾ ਦਿਖਾਇਆ ਤੁਹਾਨੂੰ ਮੈਂ, ਕਿ ਇਹਦੇ ਹੀ ਉਹ ਸਨ ਵਾਈਸ ਪ੍ਰਿੰਸੀਪਲ। ਅਤੇ ਇਹਨਾਂ ਨੇ ਸ਼ਹਿਰ ਵਾਸਤੇ ਜਿਹੜੀ ਸੀ ਇਹ ਸੇਵਾ ਕੀਤੀ ਸੀ, ਔਰ ਦੱਸਿਆ ਜਾਂਦਾ ਕਿ ਇਹ ਤਕਰੀਬਨ 10-1 ਸਾਲ ਹੋਏ ਨੇ ਇਹਨੂੰ, ਹੁਣ ਬੰਦ ਹੋਇਆ, ਵਰਨਾ ਇਹ ਟਾਈਮ ਵੀ ਦੱਸਦਾ ਸੀ ਔਰ ਟਨ ਟਨ ਦੀਆਂ ਆਵਾਜ਼ਾਂ ਵੀ ਪੂਰੀਆਂ ਆਉਂਦੀਆਂ ਸਨ ਇਹਦੀਆਂ ਪੂਰੇ ਸ਼ਹਿਰ ਦੇ ਵਿੱਚ। ਅਤੇ ਇਹ ਚੀਜ਼ ਜਿਹੜੀ ਹੈ, ਇੱਕ ਘੰਟਾ ਘਰ ਜਿਹੜਾ ਪਿਸ਼ਾਵਰ ਸ਼ਹਿਰ ਦੇ ਵਿੱਚ ਹੈ, ਔਰ ਇੱਕ ਘੰਟਾ ਘਰ, ਮੇਰਾ ਨਹੀਂ ਖਿਆਲ ਕਿ ਕਿਸੇ ਕੋਲ ਕੋਈ ਰਿਕਾਰਡ ਹੈ ਜੀ ਈਸਟ ਪੰਜਾਬ ਦੇ ਵਿੱਚ ਖਾਲਸਾ ਦੌਰ ਦੇ ਵਿੱਚ ਕੋਈ ਕਲਾਕ ਟਾਵਰ ਬਣਾਇਆ ਹੋਵੇ। ਮੈਂ ਤਕਰੀਬਨ 5 ਸਾਲ ਪਹਿਲੇ ਜੀ 80% ਦਾ ਨਾਰਾ ਲਾਇਆ ਸੀ ਜੀ, ਵੀ ਹੈਵ ਆ ਮੋਰ ਦੈਨ 80% ਖਾਲਸਾ ਰਾਜ ਫੁੱਟਸਟੈਪਸ, ਅਤੇ ਉਹ ਕਿਤਾਬਾਂ 'ਚ ਵੀ ਲੋਕਾਂ ਨੇ ਲਿਖ ਦਿੱਤਾ, ਬੜੇ ਬੜੇ ਲੋਕ ਆਏ, ਉਹਨਾਂ ਨੇ ਫਟਾਫਟ ਕਿਤਾਬਾਂ 'ਚ ਨੋਟ ਕਰ ਦਿੱਤਾ ਕਿ ਮੈਂ ਸਭ ਤੋਂ ਪਹਿਲੇ ਅਨਾਊਂਸ ਕੀਤਾ। ਲੇਕਿਨ ਹੁਣ ਮੈਂ ਇਸ ਜਗ੍ਹਾ ਦੇ ਉੱਤੇ ਖੜਾ ਹੋ ਕੇ ਕਹਿੰਦਾ ਕਿ ਵੀ ਹੈਵ ਮੋਰ ਦੈਨ 90%, ਔਰ ਉਹਨੂੰ ਮੈਂ ਪਰੂਫ ਕਰਕੇ ਦੱਸਾਂਗਾ, ਸਾਹਮਣੇ ਮੈਂ ਪੂਰੇ ਪ੍ਰਾਇਮਰੀ ਸੋਰਸਿਸ ਲੈ ਕੇ ਆਵਾਂਗਾ ਉਹਨਾਂ ਦੇ। ਇਹ ਜੀ ਸ਼ੇਰਾਂ ਵਾਲਾ ਬਾਗ, ਜਿਹੜੀ ਕਿ ਬਾਰਾਦਰੀ ਸੀ ਇੱਥੇ ਦੀ, ਬਹੁਤ ਬੁਰੀ ਹਾਲਤ ਦੇ ਸੀ, ਮੈਂ ਉਹਦੀ ਪਿਕਚਰ ਨਹੀਂ ਦਿਖਾ ਰਿਹਾ। ਇਹ ਜਿਹੜੀ ਹੁਣ ਬਿਲਕੁਲ ਰੈਨੋਵੇਟ ਕਰ ਦਿੱਤੀ ਗਈ ਹੈ ਸ਼ੇਰਾਂ ਵਾਲਾ ਬਾਗ ਦੇ ਉੱਤੇ, ਇਹ ਤਕਰੀਬਨ ਉਸ ਵੇਲੇ ਅੱਧੇ ਮੁਰੱਬੇ 'ਚ ਫੈਲਿਆ ਹੋਇਆ ਬਾਗ ਸੀ, ਹੁਣ ਕਿਸੇ ਨਾ ਕਿਸੇ ਸੂਰਤ 'ਚ ਹਲੇ ਵੀ ਇਹ ਬਾਗ ਵੀ, ਉਹ ਅਖਾੜਾ ਵੀ, ਔਰ ਮਹਾਨ ਸਿੰਘ ਦੀ ਜਿਹੜੀ ਹੈ ਸਮਾਧ ਵੀ, ਉਹ ਸਾਰੀਆਂ ਚੀਜ਼ਾਂ, ਹੁਣ ਅਗਲਾ ਸਟੈਪ ਜਿਹੜਾ ਗੌਰਮੈਂਟ ਦਾ ਮਹਾਨ ਸਿੰਘ ਦੀ ਸਮਾਧ ਨੂੰ ਜਿਹੜਾ ਦੁਬਾਰਾ ਰੈਨੋਵੇਟ ਕਰਨ ਦਾ। ਇਸ ਜਿਹੜੀ ਬਾਰਾਦਰੀ ਹੈ, ਇਹਦਾ ਆਰਟ ਜਿਹੜਾ ਹਿਸਟੋਰੀਅਨ ਦੱਸਦੇ ਨੇ ਕਿ ਇਹਦੇ ਅੰਦਰ ਇੰਨਾ ਆਰਟ ਉਦੋਂ ਨਹੀਂ ਸੀ, ਲੇਕਿਨ ਜਿਹੜਾ ਹੁਣ ਗੌਰਮੈਂਟ ਨੇ ਰੈਨੋਵੇਟ ਕਰਕੇ ਜਿੰਨੇ ਦੀ ਬਿਲਡਿੰਗ ਹੈ ਉਹਨੇ ਦਾ ਆਰਟ ਅੰਦਰ ਕਰਵਾ ਕੇ ਦਿੱਤਾ ਹੈ। ਮੈਂ ਕਹਾਂਗਾ ਕਿ ਮੈਨੂੰ ਇਹ ਸ਼ਰਫ ਹਾਸਿਲ ਹੈ ਕਿ ਜਿੰਨੀਆਂ ਰੈਨੋਵੇਟ ਹੋਈਆਂ ਬਿਲਡਿੰਗ ਨੇ, ਮੈਂ ਸਾਰਿਆਂ 'ਚ ਪਹਿਲੀ ਵਾਰੀ ਗਿਆ, ਔਰ ਜਾਂਦਿਆਂ ਹੀ ਮੈਂ ਜਾ ਕੇ ਫੋਟੋਆਂ ਖਿੱਚ ਲਈਆਂ ਨੇ ਤਾਂ ਕਿ ਫਰੈਸ਼ ਫਰੈਸ਼ ਸਾਰੀਆਂ ਪਿਕਚਰ ਮੇਰੇ ਕੋਲ ਆ ਜਾਣ। ਖਾਲਸਾ ਜੀ, ਮੇਰੀ ਬਹੁਤ ਰਿਕੁਐਸਟ ਹੈ ਜੀ, ਮੇਰੇ ਬੜੇ ਬੜੇ ਮਹਾਨ ਭਾਈ ਬੈਠੇ ਹੋਏ ਨੇ ਵਿੱਚ, ਇਹਨਾਂ ਅੱਗੇ ਮੈਂ ਕਹਾਂਗਾ, ਕਿਉਂਕਿ ਗੌਰਮੈਂਟ ਉਹਨਾਂ ਦੀ ਗੱਲ ਬੜੇ ਕੋਲ ਹੋ ਕੇ ਵੀ ਸੁਣਦੀ ਹੈ, ਅਤੇ ਪਲੀਜ਼ ਇਸ ਗੁਰੂ ਘਰ ਬਾਰੇ, ਇੱਕ ਬਿਲਕੁਲ ਅਨਮੁੱਲਾ ਆਰਕੀਟੈਕਚਰ ਹੈ ਇਹ, ਅਗਰ ਖਤਮ ਹੋ ਗਿਆ ਤਾਂ ਇਸ ਤਰ੍ਹਾਂ ਦਾ ਗੁਰੂ ਘਰ ਦੁਬਾਰਾ ਦੁਨੀਆਂ ਦੇ ਉੱਤੇ ਤੁਹਾਨੂੰ ਨਹੀਂ ਮਿਲੇਗਾ। ਇਹਦਾ ਤੁਸੀਂ ਆਰਕੀਟੈਕਚਰ ਚਾਰੋਂ ਪਾਸੋਂ ਤੁਸੀਂ ਦੇਖੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਸ ਤਰ੍ਹਾਂ ਦਾ ਗੁਰੂ ਘਰ ਪੂਰੀ ਦੁਨੀਆਂ ਦੇ ਵਿੱਚ ਕਿਤੇ ਵੀ ਨਹੀਂ ਹੈ। ਇਹਦੇ ਡੋਮ ਦਾ ਸਟਾਈਲ ਲਿਖਿਆ ਤੁਸੀਂ ਉੱਤੇ ਗੁੰਬਦ ਦਾ, ਇਹ ਪਾਰਟੀਸ਼ਨ ਤੋਂ ਬਾਅਦ ਦੀ ਤਸਵੀਰ ਹੈ, ਉਹ ਰਾਈਟ ਸਾਈਡ 'ਤੇ ਹੁਣ ਦੀ ਲੇਟੈਸਟ ਪਿਕਚਰ ਹੈ ਇਹਦੀ, ਤਾਂ ਪਲੀਜ਼ ਜਿਨ੍ਹਾਂ ਵੱਲ ਇਸ਼ਾਰਾ ਉਹ ਉਹਨਾਂ ਨੂੰ ਪਲੀਜ਼ ਮੈਂ ਕਹਾਂਗਾ ਕਿ ਤੁਸੀਂ ਜ਼ਰੂਰ ਇਹਦੇ ਮੁਤਲਕ ਕਹੋ ਕਿ ਵੀ ਇਹ ਜਗ੍ਹਾ ਨੂੰ ਜਿਹੜਾ ਨਾ ਰੈਨੋਵੇਟ ਕੀਤਾ ਜਾਏ, ਇਹ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਔਰ ਇਹਦੀ ਬੜੀ ਅਹਿਮੀਅਤ ਹੈ ਇਹ ਵਜ਼ੀਰਾਬਾਦ ਸ਼ਹਿਰ ਦੇ ਅੰਦਰ। ਵਜ਼ੀਰਾਬਾਦ ਦੇ ਵਿੱਚ ਵੈਸੇ ਤਾਂ ਮੁਸੰਮਨ ਬੁਰਜ ਵੀ ਹੈ, ਮਹਾਨ ਸਿੰਘ ਹਵੇਲੀ ਵੀ ਹੈ, ਕਾਫੀ ਚੀਜ਼ਾਂ ਨੇ ਉੱਥੇ ਵਜ਼ੀਰਾਬਾਦ ਦੇ ਅੰਦਰ। ਮੁਸੰਮਨ ਬੁਰਜ ਉਂਝ ਤਾਂ ਅਕਬਰ ਬਾਦਸ਼ਾਹ ਨੇ ਬਣਾਇਆ, ਜਹਾਂਗੀਰ ਦਾ ਵੀ ਨਾਮ ਆਉਂਦਾ ਹੈ ਉਹਦੇ ਅੰਦਰ, ਆਰਾਮਗਾਹ ਜਿਹੜੀ ਹੈ, ਜਨਰਲ ਐਵੀਟੇਬਲ ਦੀ ਵੀ ਹੈ, ਗੇਟ ਜਨਰਲ ਐਵੀਟੇਬਲ ਦੇ ਨਾਮ 'ਤੇ ਵੀ ਹੈ। ਮੁਸੰਮਨ ਬੁਰਜ ਵੀ ਕਿਹਾ ਜਾਂਦਾ, ਸਮਾਨ ਬੁਰਜ ਵੀ ਕਿਹਾ ਜਾਂਦਾ, ਇਹਦੇ ਬਹੁਤ ਜ਼ਿਆਦਾ ਸਾਰੇ ਨਾਮ ਨੇ ਮੁਗਲਸ ਨਾਲ ਵੀ ਰਿਲੇਟਿਡ ਇਹਦੀ ਹਿਸਟਰੀ, ਔਰ ਜਿਹੜਾ ਮਹਾਨ ਸਿੰਘ ਦਾ ਜਿਹੜਾ ਬੁਰਜ ਹੈ ਨਾ ਉੱਤੇ ਮੁਸੰਮਨ ਬੁਰਜ, ਉਹ ਦੇਖਣ ਵਾਲਾ, ਉਹਦੇ ਅੰਦਰ ਪਹਿਲੇ ਤੋਂ ਦਿਖਾਉਂਦੇ ਨੇ ਕਿਸੇ ਨੂੰ ਵਾਲ ਆਰਟ ਜਿਹੜਾ ਉਹਦੇ 'ਚ ਹੋਲੀ ਦੀ ਜਿਹੜੀ ਪ੍ਰੈਕਟਿਸ ਹੈ, ਉਸ ਤੋਂ ਬਾਅਦ ਗੁਰੂ ਸਾਹਿਬਾਨ ਦੀ ਪਿਕਚਰਸ, ਔਰ ਖਾਲਸਾ ਜੀ ਦੇ ਗੁਰੂ ਪੁਰਬ ਮਨਾਉਂਦਿਆਂ ਹੋਇਆਂ ਵਾਹਿਦੋ ਪਾਕਿਸਤਾਨ ਦੇ ਵਿੱਚ ਉਹ ਕਮਰਾ ਹੈ ਜਿਹਦੇ ਅੰਦਰ ਉਹ ਸਾਰਾ ਵਾਲ ਆਰਟ ਓਰੀਜਨਲ ਹਾਲਤ ਵਿੱਚ, ਵਿਦਆਊਟ ਐਨੀ ਅਨਟੱਚ ਕਹਿ ਲਵੋ ਤੁਸੀਂ, ਕਿ ਦੀਵਾਰ ਨੂੰ ਕਿਸੇ ਨੇ ਹੱਥ ਨਹੀਂ ਲਾਇਆ, ਉਹ ਵੀ ਪਿਕਚਰਸ ਮੇਰੇ ਕੋਲ ਮੌਜੂਦ ਨੇ ਇਹਦੀਆਂ। ਇਹ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰੀ ਸਿਆਲਕੋਟ ਸਿਟੀ ਦੇ ਵਿੱਚ, ਮੈਂ ਕਹਾਂਗਾ ਕਿ ਇਹ ਗੁਰਦੁਆਰਾ ਕਾਫੀ ਇਹਦੇ 'ਤੇ ਅਸੀਂ ਹਾਈਲਾਈਟ ਚੁੱਕੀ ਹੋਈ ਸੀ ਕਿ ਵੀ ਇਹਨੂੰ ਲੈ ਕੇ ਤੁਰੇ ਸੀ ਕਿ ਵੀ ਇਹਨੂੰ ਇਹਨੂੰ ਆਬਾਦ ਕੀਤਾ ਜਾਏ, ਇਹਨੂੰ ਆਬਾਦ ਕੀਤਾ ਜਾਏ। ਇੰਨੀ ਪਿਆਰੀ ਜਗ੍ਹਾ, ਔਰ ਸਟਿਲ ਇਹ ਜਿਹੜੀ ਜਗ੍ਹਾ ਸੀ ਸਾਰੀ ਖਾਲੀ ਦੀ ਖਾਲੀ ਸੀ, ਕਿਉਂਕਿ ਜਿਹੜੇ ਬੇਰੀ ਵਾਲੇ ਬਾਬੇ ਸਨ ਔਰ ਬਾਬਾ ਗੁਰੂ ਨਾਨਕ ਸਾਹਿਬ, ਦੋਵਾਂ ਦਾ ਜ਼ਿਕਰ ਆਉਂਦਾ ਹੈ। ਇਸ ਲਈ ਇਹ ਬੇਰੀ ਵੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਮੌਜੂਦ ਹੈ, ਔਰ ਗੁਰੂ ਘਰ ਨੂੰ ਜਿਹੜਾ ਦੁਬਾਰਾ ਰੈਨੋਵੇਟ ਕਰਕੇ ਸਿੱਖ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ, ਹੁਣ ਸੁਬਹ ਸ਼ਾਮ ਇੱਥੇ ਪਾਠ ਹੁੰਦਾ ਜੀ।
ਜਿਹੜੀ ਵੀ ਸੰਗਤਾਂ ਜਾਂਦੀਆਂ ਨੇ ਨਨਕਾਣਾ ਸਾਹਿਬ ਦਰਸ਼ਨ ਕਰਨ ਲਈ ਜਾਂ ਕਰਤਾਰਪੁਰ ਜਾਂਦੀਆਂ ਨੇ, ਅਗਰ ਉਹ ਥੋੜ੍ਹਾ ਜਿੰਨਾ ਕਹਿਣ ਤਾਂ ਉਹ ਜਿਹੜਾ ਜਥੇ ਨੂੰ ਇੱਥੇ ਵੀ ਲੈ ਕੇ ਜਾਂਦੇ ਨੇ, ਬਾਬੇ ਦੀ ਬੇਰੀ 'ਤੇ ਵੀ ਲੈ ਕੇ ਜਾਂਦੇ ਨੇ ਸਿਆਲਕੋਟ ਸਿਟੀ ਦੇ ਵਿੱਚ। ਵੈਲ ਆਫ ਪੂਰਨ ਭਗਤ, ਇਹ ਪੂਰਨ ਦਾ ਖੂਹ ਹੈ ਜੀ, ਸੱਚਖੰਡ ਦਾ ਖੂਹ ਕਿਹਾ ਜਾਂਦਾ, ਕੱਚੀ ਤੰਦ ਦਾ ਖੂਹ ਕਿਹਾ ਜਾਂਦਾ ਇਹਨੂੰ। ਇਹ ਖੂਹ ਦੀ ਹਿਸਟਰੀ ਤਾਂ ਮੇਰੇ ਤਮਾਮ ਸਿੱਖ ਵੀਰ ਜਿਹੜੇ ਨੇ ਜਾਣਦੇ ਹੋਣਗੇ ਕਿ ਪੂਰਨ ਭਗਤ ਦੀ ਜਿਹੜੀ ਸਟੋਰੀ ਹੈ ਉਹ ਇਸ ਖੂਹ ਦੇ ਦੁਆਲੇ ਬਹੁਤ ਘੁੰਮਦੀ ਹੈ। ਇਹ ਉਹੀ ਖੂਹ ਹੈ, ਸਿਆਲਕੋਟ ਕੈਂਟ ਦੇ ਅੰਦਰ ਹੈ ਇਹ ਖੂਹ, ਔਰ ਮੈਂ ਕਹਾਂਗਾ ਕਿ ਬਹੁਤ ਬਹੁਤ ਜ਼ਬਰਦਸਤ, ਇਹਦੀ ਹਿਸਟਰੀ ਬਹੁਤ ਜ਼ਬਰਦਸਤ ਹੈ। ਇੱਥੋਂ ਬਾਬਾ ਗੋਰਖਨਾਥ ਦੇ ਚੇਲਿਆਂ ਨੇ ਪੂਰਨ ਭਗਤ ਨੂੰ ਇਸ ਖੂਹ 'ਚੋਂ ਕੱਢਿਆ ਸੀ, ਔਰ ਇਸ ਪਾਣੀ ਦੇ ਖੂਹ ਦੇ ਪਾਣੀ ਦੇ ਵਿੱਚ ਅੱਜ ਵੀ ਇੰਨੀ ਸ਼ਿਫਾ ਹੈ ਕਿ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਨੇ ਮੁਸਲਮਾਨ ਇਹਦੇ ਨਾਲ ਜੁੜੇ ਹੋਏ ਨੇ, ਬੇ ਔਲਾਦਾਂ ਨੂੰ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਉਹ ਲੋਕ ਇੱਥੇ ਜਾਂਦੇ ਨੇ ਨਹਾਉਣ ਵਾਸਤੇ। ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ, ਸਮਾਧੋ ਬਾਬਾ ਜੀ ਔਰ ਨਾਲ ਹੀ ਜਿਹੜੇ ਇੰਡੀਅਨ ਸਾਈਡ ਦੇ ਤੋਂ ਬਾਰਡਰ ਤੋਂ ਤੁਸੀਂ ਅਗਰ ਦੇਖੋ ਤਾਂ ਤੁਹਾਨੂੰ ਇਹ ਵਿਊ ਨਜ਼ਰ ਆਉਂਦੇ ਨੇ ਦਰਬਾਰ ਸਾਹਿਬ ਦੇ। ਮਜ਼ੇਦਾਰੀ ਦੀ ਗੱਲ ਹੈ ਕਿ ਇਹ ਚਾਰੋਂ ਪਾਸੇ ਤੁਸੀਂ ਗੁਰੂ ਘਰ ਨੂੰ ਦੇਖੋ ਤਾਂ ਇਹਦਾ ਇੱਕ ਹੀ ਵਿਊ ਹੈ। ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਦੇ ਵਿੱਚ ਇੱਕ ਜਿਹੜਾ ਸਕੂਲ ਹੈ ਆਪਣੀ ਅਸਲ ਹਾਲਤ ਦੇ ਵਿੱਚ, ਹੁਣ ਇਹਦੇ ਨਜ਼ਦੀਕ ਹੀ ਗੌਰਮੈਂਟ ਆਫ ਪਾਕਿਸਤਾਨ ਨੇ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਉਹਦੀ ਫਾਊਂਡੇਸ਼ਨਸ ਰੱਖੀਆਂ ਜਾ ਰਹੀਆਂ ਨੇ। ਇਸ ਗੁਰਪੁਰਬ 'ਤੇ ਦੁਆ ਕਰੋ ਕਿ ਉਹ ਅਮਲੀ ਜਾਮਾ ਵੈਸੇ ਪਹਿਨਾਇਆ ਜਾਏ, ਕਿਉਂਕਿ ਮੀਟਿੰਗ ਫਾਈਨਲ ਹੋ ਗਈ ਹੈ। ਮੈਂ ਇੱਥੇ ਹੀ ਕਲੀਅਰ ਕੀਤਾ ਬਕਾਇਦਾ ਫੋਨ ਕਰਕੇ ਉੱਥੋਂ, ਉਹਨਾਂ ਨੇ ਕਿਹਾ ਜੀ ਯੂਨੀਵਰਸਿਟੀ। ਔਰ ਦੂਸਰੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸੀ ਜਾਵਾਂ ਕਿ ਸਾਡੇ ਇੱਥੇ ਮਾਸਟਰ ਦੀ ਡਿਗਰੀ ਪੰਜਾਬੀ ਦੇ 'ਚ ਕਰਾਈ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਤੋਂ, ਲੇਕਿਨ ਹੁਣ ਡਿਗਰੀ ਉਹਨੂੰ ਹੀ ਮਿਲੇਗੀ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦੀ ਬਾਣੀ ਵੀ ਪੜ੍ਹੇਗਾ ਨਾਲ, ਸਿਲੇਬਸ ਦਾ ਹਿੱਸਾ ਬਣਾ ਦਿੱਤਾ ਗਿਆ। ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮਦਾਸ ਜੀ ਲਾਹੌਰ, ਇਹ ਆਫਟਰ ਰੈਨੋਵੇਸ਼ਨ, ਇਹ ਤਰਨ ਤਾਰਨ ਵਾਲੇ ਬਾਬਾ ਜੀ ਜਗਤਾਰ ਸਿੰਘ ਜਿਹੜੇ ਨੇ ਉਹਨਾਂ ਦੀ ਸੇਵਾ ਦੇ ਨਾਲ, ਵਿੱਚ ਸਟਰਕਚਰ ਓਰਿਜਿਨਲ ਹੈ ਔਰ ਉੱਤੇ ਬੜਾ ਮਾਰਬਲ ਵਗੈਰਾ ਜਿਹੜੀ ਸੇਵਾ ਉਹਨਾਂ ਨੇ ਕਰਵਾਈ ਹੈ। ਮੁਬਾਰਕ ਹਵੇਲੀ, ਇਹਦਾ ਜ਼ਿਕਰ ਕਰਨਾ ਜ਼ਰਾ ਜ਼ਿਆਦਾ ਜ਼ਰੂਰੀ ਸੀ। ਉਸ ਤੋਂ ਬਾਅਦ ਮੈਂ ਹਿੰਦੂ ਫੁੱਟਪ੍ਰਿੰਟਸ 'ਤੇ ਜਾਵਾਂਗਾ, ਫੁੱਟਸਟੈਪ 'ਤੇ ਜਾਣਾ ਵਾਂ। ਇਹ ਮੁਬਾਰਕ ਹਵੇਲੀ ਉਹ ਸਟੋਰੀ ਆਫ ਕੋਹੇਨੂਰ ਡਾਇਮੰਡ ਦੇ ਮੁਤਲਕ, ਜਿਹੜਾ ਇਹ ਉਹ ਹਵੇਲੀ ਹੈ ਜਿੱਥੇ ਕਿ ਉਹ ਕਾਬਲ ਹੈ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਸੀ, ਜਿਹਨੂੰ ਕਿ ਜਿਹਦਾ ਡਾਊਨਫਾਲ ਹੋਇਆ, ਜਿਹਨੂੰ ਕੱਢ ਦਿੱਤਾ ਗਿਆ ਸੀ ਕਾਬਲ ਤੋਂ, ਸ਼ਾਹਜ਼ਮਾਨ ਦਾ ਜ਼ਿਕਰ ਕੀਤਾ ਜਾਂਦਾ ਹੈ। ਇੱਥੇ ਲਿਆ ਕੇ ਉਹਦੀ ਫੈਮਿਲੀ ਨੂੰ ਠਹਿਰਾਇਆ ਗਿਆ ਸੀ। ਹੁਣ ਤਾਂ ਅੱਧੀ ਹੈ ਹਵੇਲੀ, ਅੱਧੀ ਇਮਾਮਬਾਰਗ ਹੈ ਔਰ ਅੱਧੀ ਹਵੇਲੀ ਹੈ। ਐਸੇ ਹਵੇਲੀ ਦੇ ਵਿੱਚ ਲਿਆ ਕੇ ਮੋਚੀ ਗੇਟ ਦੇ ਅੰਦਰ, ਜਿੱਥੇ ਲਾਲ ਖੂਹ ਕਿਹਾ ਜਾਂਦਾ, ਜਿੱਥੇ ਕਿ ਆਪਣਾ ਗੁਰੂ ਅਰਜਨ ਦੇਵ ਜੀ ਨੂੰ ਤਵੀ 'ਤੇ ਬਿਠਾਇਆ ਗਿਆ ਸੀ, ਉਹ ਜਗ੍ਹਾ ਵੀ ਇੱਥੋਂ ਨਜ਼ਦੀਕ ਹੀ ਹੈ ਇਸ ਹਵੇਲੀ ਤੋਂ। ਅਤੇ ਇਹ ਹਵੇਲੀ ਜਿਹੜੀ ਹੈ ਆਪਣੀਆਂ ਆਖਰੀ ਸਮਾਂ ਲੈ ਰਹੀ ਹੈ, ਜਿਨ੍ਹਾਂ ਦੇ ਕੋਲ ਹੈ ਉਹੀ ਰੈਨੋਵੇਟ ਕਰ ਰਹੇ ਨੇ ਇਹਨੂੰ। ਇੱਥੇ ਕੋਹੇਨੂਰ ਡਾਇਮੰਡ ਦੀ ਜਿਹੜੀ ਹੈ ਸਟੋਰੀ ਜਿਹੜੀ ਹੈ ਇਸ ਤਰੀਕੇ ਨਾਲ ਪਿਕਚਰ ਦੇ ਸੂਰਤ ਦੇ ਵਿੱਚ ਅਗਰ ਤੁਸੀਂ ਦੇਖ ਸਕਦੇ ਹੋ, ਇਹ ਬਾਜ਼ੂਬੰਦ ਦੇ ਸੂਰਤ ਦੇ ਵਿੱਚ ਸ਼ਾਹ ਜ਼ਮਾਨ ਦੀ ਜਿਹੜੀ ਫੈਮਿਲੀ ਹੈ ਉਹਦੇ ਬਾਜ਼ੂ ਦੇ ਵਿੱਚ ਸੀ, ਉਹਦੀ ਵਾਈਫ ਦੇ ਇੱਥੇ ਬੰਨਿਆ ਹੋਇਆ ਸੀ। ਕੁਛ ਲੋਕ ਕਹਿੰਦੇ ਨੇ ਐਕਸਚੇਂਜ, ਇਟਸ ਨੋਟ ਐਕਸਚੇਂਜ। ਕੋਈ ਮਹਿਮਾਨ ਆਵੇ, ਮਹਾਰਾਜਾ ਰਣਜੀਤ ਸਿੰਘ ਜੰਮੂ ਦੇ ਮਹਾਸ 'ਤੇ ਗਿਆ ਹੋਇਆ ਸੀ, ਅਤੇ ਬਾਦੋਂ ਜਿਹੜੇ ਜਮਾਦਾਰ ਅਤੇ ਧਿਆਨ ਸਿੰਘ ਡੋਗਰਾ ਇਹਨਾਂ ਨੇ ਜਿਹੜੀਆਂ ਉਸ ਵੇਲੇ ਨੌਕਰਾਣੀਆਂ ਸਨ, ਜ਼ਬਰਦਸਤੀ ਉਹਨਾਂ ਦੇ ਕੱਪੜਿਆਂ 'ਚੋਂ, ਕਿਉਂਕਿ ਸਿਲਾਈ ਕੀਤਾ ਹੋਇਆ ਸੀ ਕੱਪੜਿਆਂ ਦੇ ਵਿੱਚ, ਦਿੰਦੇ ਤਾਂ ਨਹੀਂ ਸੀ, ਜਿਹਦੇ ਕੋਲ ਵੀ ਕੋਹੇਨੂਰ ਆਇਆ ਉਹਨੇ ਦਿੱਤਾ ਨਹੀਂ ਹੈ। ਬ੍ਰਿਟਿਸ਼ ਸਰਕਾਰ ਨੂੰ ਹੁਣ ਪਾਕਿਸਤਾਨ ਵੀ ਰੌਲਾ ਪਾ ਰਿਹਾ, ਇੰਡੀਆ ਵੀ ਰੌਲਾ ਪਾ ਰਿਹਾ, ਮੈਂ ਸਾਰੇ ਰੌਲਾ ਪਾ ਰਹੇ ਨੇ ਕਿ ਵੀ ਕੋਹੇਨੂਰ ਮੇਰਾ, ਕਿਉਂਕਿ ਲਾਸਟ ਐਸੇ ਜਗ੍ਹਾ 'ਤੇ ਕੋਹੇਨੂਰ ਜਿਹੜਾ ਸੀ ਖਾਲਸਾ ਜੀ ਦੇ ਹੱਥ ਦੇ ਵਿੱਚ ਆਉਂਦਾ, ਔਰ ਮਹਾਰਾਜਾ ਦਲੀਪ ਸਿੰਘ ਕੋਲ ਚਲਾ ਜਾਂਦਾ, ਫਿਰ ਉਹ ਬ੍ਰਿਟਿਸ਼ ਕੋਲ ਆ ਗਿਆ, ਔਰ ਇਹ ਸਟੋਰੀ ਇਹਦੇ ਮੁਤਲਕ ਜਿਹੜੀ ਹੈ ਜੀ। ਮੇਰੀ ਬੈਸਟ ਪਿਕਚਰ ਚੁਣੀ ਗਈ ਸੀ ਜੀ, ਇਹ ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਸਮਾਧ ਹੈ। ਇਹ ਵੀ ਦੱਸਣਾ ਜ਼ਰੂਰੀ ਹੈ, ਕਿਉਂਕਿ ਕਾਫੀ ਸਕਾਲਰਸ ਡਾਕਟਰਸ ਬੈਠੇ ਨੇ, ਕਿ ਲਾਹੌਰ ਫੋਰਟ ਦੀ ਦੀਵਾਰ ਜਿਹੜੀ ਹੈ ਮੁਗਲਸ ਨੇ ਨਹੀਂ ਬਣਾਈ, ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਹੈ ਹਰੀ ਸਿੰਘ ਨਲਵਾ ਜੀ ਦੇ ਕਹਿਣ ਦੇ ਉੱਤੇ, ਕਿਉਂਕਿ ਜਦੋਂ ਮੁਗਲ ਸਨ ਇੱਥੇ ਦਰਿਆਏ ਰਾਵੀ ਵਗਦਾ ਸੀ, ਲਿਹਾਜ਼ਾ ਦੀਵਾਰ ਦਾ ਕੋਈ ਕੋਨਸੈਪਟ ਨਹੀਂ ਸੀ। ਉਸ ਤੋਂ ਬਾਅਦ ਜਦੋਂ ਤਕਰੀਬਨ 10 ਸਾਲ ਗੁਜ਼ਰ ਗਏ, 11ਵੇਂ ਸਾਲ ਦੇ ਵਿੱਚ ਖਤਰੇ ਹੋਏ ਹਮਲੇ ਦੇ, ਅਤੇ ਉਸ ਵੇਲੇ ਇਹ ਦੀਵਾਰ ਬਣਾਈ ਗਈ। ਇਹਦੀ ਅਗਰ ਕੋਈ ਡਿਟੇਲ ਜਾਣਨਾ ਚਾਹੁੰਦਾ ਹੈ ਤਾਂ ਮੇਰੀ ਵੀਡੀਓਜ਼ ਦੇਖੋ ਉਹਦੇ 'ਤੇ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ 'ਤੇ ਜਾ ਕੇ, ਅਤੇ ਇਹਦੀ ਡਿਫੈਂਸ ਪੋਲਿਸੀ ਬੜੀ ਡਿਟੇਲ ਨਾਲ ਮੈਂ ਦੱਸੀ ਹੈ। ਬੰਦਾ ਬਚ ਕੇ ਨਹੀਂ ਜਾ ਸਕਦਾ 1 ਇੰਚ ਤੋਂ ਵੀ, ਐਸੇ ਨਿਸ਼ਾਨੇ ਦੇ ਉੱਤੇ ਦੀਵਾਰ ਬਣੀ ਹੋਈ ਹੈ। ਬੁਰਜ ਆਫ ਲਾਹੌਰ, ਜਿਹਨੂੰ ਕਿ ਕਿਹਾ ਜਾਂਦਾ ਉੱਚੇ ਬੁਰਜ ਲਾਹੌਰ ਦੇ, ਸਭ ਤੋਂ ਉੱਚਲਾ ਜਿਹੜਾ ਬੁਰਜ ਹੈ ਇਹ 8 ਦਰਾ, ਕੋਰਟ ਆਫ ਮਹਾਰਾਜਾ ਰਣਜੀਤ ਸਿੰਘ ਹੈ,
ਜਿੱਥੇ ਕਿ ਲਾਸਟ ਲੰਚ ਜਾਂ ਡਿਨਰ ਦਿੱਤਾ ਜਾਂਦਾ ਖਾਲਸਾ ਜੀ ਨੂੰ ਜਦੋਂ ਤੁਸੀਂ ਯਾਤਰਾ 'ਤੇ ਜਾਂਦੇ ਹੋ ਪਾਕਿਸਤਾਨ ਗੁਰਦੁਆਰੇ ਦੇਖਣ ਵਾਸਤੇ, ਅਤੇ ਇੱਥੇ ਇੱਥੋਂ ਸਾਰਾ ਪ੍ਰੋਗਰਾਮ ਹੁੰਦਾ ਇਸ ਜਗ੍ਹਾ ਦੇ ਉੱਤੇ। ਇਹ ਬੁਰਜ ਆਫ ਲਾਹੌਰ ਹੈ ਜਿਹੜਾ ਸਭ ਤੋਂ ਉੱਚਲਾ ਬੁਰਜ, ਇੱਥੇ ਮਹਾਰਾਜਾ ਰਣਜੀਤ ਸਿੰਘ ਪਾਠ ਕਰਦੇ ਸਨ ਸਭ ਤੋਂ ਉੱਤਲੇ ਬੁਰਜ 'ਤੇ ਬੈਠ ਕੇ। ਇਹ ਲਾਹੌਰ ਲਾਰੀ ਅੱਡੇ ਤੋਂ ਤੁਸੀਂ ਅਗਰ ਦੇਖੋ ਤਾਂ ਸ਼ੀਸ਼ ਮਹਲ ਜਿਹੜਾ ਮੁਗਲਾਂ ਦਾ ਬਣਾਇਆ, ਉਹਦੇ ਟੌਪ ਦੇ ਉੱਤੇ ਦੋ ਬੁਰਜ ਸਨ, ਇੱਕ ਜ਼ਲਜ਼ਲੇ 'ਚ 1935 'ਚ ਡਿੱਗ ਪਿਆ ਸੀ ਅਤੇ ਇੱਕ ਜਿਹੜਾ ਮੌਜੂਦ ਹੈ। ਇਹ ਗੁਰਦੁਆਰਾ ਸ੍ਰੀ ਸਿੰਘ ਸਿੰਘਣੀਆਂ ਆਪ ਜੀ ਸੁਬਹਾ ਸ਼ਾਮ ਜਿਹੜੇ ਅਰਦਾਸ ਕਰਦੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਆਪਣੇ ਖੋਪੜ ਲਵਾਏ, ਆਪਣੀਆਂ ਜਾਨਾਂ ਦਿੱਤੀਆਂ, ਖੂਹਾਂ 'ਚ ਛਾਲਾਂ ਮਾਰੀਆਂ, ਇਹ ਉਹ ਜਗ੍ਹਾ ਹੈ, ਅਸਲ ਜਗ੍ਹਾ ਹੈ। ਇਹ 1948 ਦੇ ਜਦੋਂ ਪਹਿਲਾ ਜੱਥਾ ਇੱਥੇ ਦਰਸ਼ਨ ਵਾਸਤੇ ਇੱਥੇ ਗਿਆ ਅਤੇ ਉਹਨਾਂ ਦੀ ਇਹ ਤਸਵੀਰ ਜਿਹੜੀ ਹੈ ਉਸ ਵੇਲੇ ਦੀ ਹੈ, 1948 ਦੀ ਹੈ। ਇਹ ਉਸੇ ਜਗ੍ਹਾ ਦੇ ਉੱਤੇ ਉਹ ਥੜਾ ਹੁਣ ਵਿੱਚ ਆ ਗਿਆ ਔਰ ਉਸ ਜਗ੍ਹਾ ਦੇ ਉੱਤੇ ਇਹ ਗੁਰੂ ਘਰ ਬਣਾ ਦਿੱਤਾ ਗਿਆ। 2005 ਦੇ ਵਿੱਚ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਦੇ ਉੱਤੇ ਗੁਰਦੁਆਰਾ ਬਣਾਇਆ, ਗੁਰਦੁਆਰਾ ਸ੍ਰੀ ਸਿੰਘ ਸਿੰਘਣੀਆਂ, ਔਰ ਇਹਦੇ ਵਿੱਚ ਵੀ ਇੰਗਲੈਂਡ ਦੀ ਸੰਗਤ ਜਿਹੜੀ ਹੈ ਉਹ ਜ਼ਿਆਦਾ ਬੋਲਦੀ ਹੈ, ਨਾਲ ਮਿਲ ਕੇ ਉਹਨਾਂ ਨੇ ਸੇਵਾ ਕਰਵਾਈ ਹੈ। ਸ਼ਹੀਦੀ ਸਥਾਨ ਬਾਈ ਤਾਰੂ ਸਿੰਘ ਜਿਨ੍ਹਾਂ ਦਾ ਖੋਪੜ ਲਵਾਉਣ ਦੀ ਜ਼ਿਕਰ ਆਉਂਦਾ, ਇਹ ਉਹਨਾਂ ਦਾ ਸ਼ਹੀਦੀ ਸਥਾਨ ਹੈ ਜੀ। ਖਾਲਸਾ ਜੀ, ਤੁਹਾਡੇ ਸਿਰਫ ਸਕੂਲ ਨਹੀਂ, ਸਿੱਖ ਨੈਸ਼ਨਲ ਕਾਲਜ ਵੀ ਲਾਹੌਰ, ਜੀ ਟੀ ਰੋਡ ਜਿਹੜਾ ਦਿੱਲੀ ਨੂੰ ਆਉਂਦਾ ਲਾਹੌਰ ਤੋਂ, ਅਗਰ ਉਹਦੇ ਉੱਤੇ ਤੁਸੀਂ ਆਓ, ਜਿਹਨੂੰ ਕਿ ਅੱਜ UET ਲਾਹੌਰ ਕਿਹਾ ਜਾਂਦਾ, ਪਾਕਿਸਤਾਨ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਜਿਹੜੀ ਯੂਨੀਵਰਸਿਟੀ ਹੈ, ਅਗਰ ਦੇਖਿਆ ਜਾਏ ਤਾਂ ਉਹਦੀ ਬੁਨਿਆਦ ਜਿਹੜੀ ਹੈ ਉਹ ਖਾਲਸਾ ਸਿੱਖ ਨੈਸ਼ਨਲ ਕਾਲਜ ਦੀ ਸੂਰਤ 'ਚ ਸੀ। ਇਹ ਜੀ ਦੁਬਾਰਾ ਰੈਨੋਵੇਟ ਹੋਈ ਹੈ, ਰਾਜਾ ਸ਼ੇਰ ਸਿੰਘ ਦੀ ਜਿਹੜੀ ਸਮਾਧ ਹੈ, ਅਜੀਤ ਸਿੰਘ ਸਾਂਧਾ ਵਾਲੀਆਂ ਨੇ ਇਸੇ ਜਗ੍ਹਾ ਦੇ ਉੱਤੇ ਗੋਲੀ ਬੰਦੂਕ ਠੀਕ ਕਰਨ ਦੇ ਬਹਾਨੇ ਗੋਲੀ ਮਾਰ ਦਿੱਤੀ ਸੀ ਧਿਆਨ ਸਿੰਘ ਡੋਗਰਾ ਜੀ, ਧਿਆਨ ਸਿੰਘ ਡੋਗਰਾ ਦੇ ਕਹਿਣ ਦੇ ਉੱਤੇ ਅਜੀਤ ਸਿੰਘ ਸਾਂਧਾ ਵਾਲੀਆਂ ਨੇ। ਇਹ ਬਾਰਾਦਰੀ ਬਿਲਕੁਲ ਖਤਮ ਹੋ ਗਈ ਸੀ, ਕਿਉਂਕਿ ਇਤਿਹਾਸ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣ ਮਿਟਣ ਨਾ ਦਈਏ, ਅਤੇ ਇਹ ਦੁਬਾਰਾ ਬਾਰਾਦਰੀ ਜਿਹੜੀ ਹੈ ਇਹਨੂੰ ਰੈਨੋਵੇਟ ਕੀਤਾ ਗਿਆ ਔਰ ਤਮਾਮ ਵਾਲ ਫਰੈਸਕੋ ਇਹਦਾ ਦੇਖਣ ਵਾਲਾ ਜੀ। ਇਹ ਤੁਸੀਂ ਇੱਕ ਨਮੂਨਾ ਥੋੜ੍ਹਾ ਜਿਹਾ ਦੇਖ ਲਓ, ਅਗਰ ਕਿਸੇ ਨੂੰ ਸ਼ੌਕ ਹੈ ਤਾਂ ਉਹ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ 'ਤੇ ਜਾ ਕੇ ਫੇਸਬੁੱਕ ਦੇ ਪੇਜ ਦੇ ਉੱਤੇ ਵੀਡੀਓ ਦੇਖ ਸਕਦਾ, ਇਹਦੀ ਬਹੁਤ ਲੰਬੀ ਵੀਡੀਓ ਕੀਤੀ ਹੋਈ ਹੈ। ਇਹ ਜੀ ਉਹ ਪੁਆੜੇ ਦੀਆਂ ਜੜ੍ਹਾਂ ਨੇ ਜਿਹਦੀ ਵਜ੍ਹਾ ਨਾਲ ਕਾਫੀ ਕੰਮ ਖਰਾਬ ਹੋਏ ਨੇ, ਜਿੱਦਾਂ ਕਿ ਮੋਹਰਾਂ ਸਰਕਾਰ, ਮੋਹਰਾਂ ਤੋਆਇਫ ਔਰ ਗੁਲ ਬੀਬੀ ਔਰ ਬਾਕੀ ਜਿਹੜੀਆਂ 5-7 ਮਹਾਰਾਣੀਆਂ ਬਣ ਗਈਆਂ ਸੀ ਧੱਕੇ ਨਾਲ। ਇਹ ਗੁਲ ਬੀਬੀ ਦਾ, ਇਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਆਪਣੀ ਮੁਸਲਮਾਨ ਬੀਬੀ ਦੇ ਲਈ ਜਿਹੜਾ ਮਕਬਰਾ ਬਣਾਇਆ ਗਿਆ ਸੀ, ਇਹ ਉਹ ਹੈ ਕਿ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਜਿਸ ਵੇਲੇ ਵੀ ਡਾਊਨਫਾਲ ਸ਼ੁਰੂ ਹੋਏਗਾ ਅਤੇ ਜਦੋਂ ਵੀ ਕੋਈ ਅਯਾਸ਼ੀ ਦੇ ਵਿੱਚ ਪਏਗਾ ਜਾਂ ਇਸ ਤਰ੍ਹਾਂ ਔਰਤਾਂ ਨੂੰ ਅੱਗੇ ਲਿਆਏਗਾ ਅਤੇ ਉਹ ਉਹਦਾ ਖਤਮ ਹੋ ਜਾਏਗਾ ਰਾਜਪਾਟ, ਅਤੇ ਤੁਸੀਂ ਉਹਦੇ ਉਹਦਾ ਸਭ ਪੜ੍ਹਦੇ ਵੀ ਹੋ, ਦੇਖਦੇ ਵੀ ਹੋ, ਲੇਕਿਨ ਉਹਨਾਂ ਦਾ ਹੁਕਮ ਸੀ ਹੈ ਕਿ ਵੀ ਅਗਰ ਜਿਸ ਤਰ੍ਹਾਂ ਵੀ ਅਯਾਸ਼ੀ ਜਿਹੜਾ ਜਾਏਗਾ ਖਤਮ ਹੋ ਜਾਏਗਾ। ਗੁਰਦੁਆਰਾ ਡੇਰਾ ਚਾਹਲ, ਬਰਥ ਪਲੇਸ ਔਫ ਬੇਬੇ ਨਾਨਕੀ, ਇਹ ਲਾਹੌਰ ਦੇ ਕੋਲ ਹੈ ਜੀ, ਇਹ ਫੁੱਲੀ ਐਕਟਿਵ ਹੈ ਜੀ ਗੁਰਦੁਆਰਾ। ਇੱਕ ਛੋਟਾ ਗੁਰਦੁਆਰਾ ਹੈ, ਉਹਦੇ ਨਾਲ ਰਿਮੇਨਸ ਹਨ ਕੁਛ ਸਰੋਵਰ ਦੀ, ਔਰ ਇਹਦੇ ਉੱਤੇ ਕੁਛ ਲੋਕ ਕੁਛ ਕਹਿੰਦੇ ਨੇ, ਕੋਈ ਕੁਛ ਕਹਿੰਦੇ ਨੇ, ਲੇਕਿਨ ਮੈਂ ਇਸਨੂੰ ਜ਼ਿਆਦਾ ਨਹੀਂ ਕਹਾਂਗਾ, ਲੇਕਿਨ ਮੈਂ ਇਹਦਾ ਵਾਲ ਆਰਟ ਦੀ ਵਜ੍ਹਾ ਨਾਲ ਇਹਨੂੰ ਮੈਂ ਜ਼ਿਆਦਾ ਲਾਈਕ ਕਰਨਾ ਵਾ, ਕਹਿੰਦੇ ਗੁਰੂ ਸਾਹਿਬਾਨ ਦੇ ਵਾਲ ਆਰਟ ਜਿਹੜਾ ਉਹ ਬਹੁਤ ਖੂਬਸੂਰਤ ਹੋਇਆ ਵਾ। ਇਹ ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਅਜੀਤ ਸਿੰਘ ਸਾਂਧਾ ਵਾਲਿਆਂ ਦੀ ਗੱਲ ਕੀਤੀ, ਉਹਨਾਂ ਦੇ ਰਕਬੇ ਦੇ ਵਿੱਚ ਇਹ ਡਿਫਰੈਂਟ ਸਟਾਈਲ ਦਾ, ਯਾਨੀ ਕਿ ਆਰਕੀਟੈਕਚਰ ਤੁਸੀਂ ਦੇਖ ਲਓ, ਇਹ ਨਾਲ ਸੁਖਾਸਨ ਹੈ ਔਰ ਇਸ ਪਾਸੇ ਜਿਹੜਾ ਇਹਦੇ ਉੱਤੇ ਦੱਸਿਆ ਜਾਂਦਾ ਜੀ 16 KG ਦਾ ਗੋਲਡ ਦਾ ਪੂਰਾ ਉਹ ਸੀ, ਕਿ ਉਹ ਦੱਸ ਰਹੇ ਨੇ ਕਿ ਵਾਧੂ ਕੁਛ ਲੋਕ ਆਏ ਸਨ, ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਇਹ ਸੇਮ ਗੁਰਦੁਆਰਾ ਉੱਥੇ ਈਸਟ ਪੰਜਾਬ 'ਚ ਬਣਾਇਆ, ਉਹ ਲੈ ਗਏ ਇਹਦਾ ਲਾ ਕੇ। ਗੁਰਦੁਆਰਾ ਸ੍ਰੀ ਬਾਰਾਦਰੀ, ਇਹ ਲਾਹੌਰ ਵਾਹਗਾ ਬਾਰਡਰ ਦੇ ਨਾਲ ਨਾਲ ਨੇ। ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ, ਕਾਲੀ ਢੇਰੀ, ਕਾਲੀ ਦੇਵੀ ਦਾ ਸਥਾਨ ਵੀ ਕਿਹਾ ਜਾਂਦਾ, ਔਰ DI ਖਾਨ ਦੇ ਵਿੱਚ ਇਹ ਕੋਨੇ ਦੇ ਉੱਤੇ, ਇੱਥੇ ਇਹਦੇ 'ਤੇ ਵੀ ਬੜੀ ਲੜਾਈ ਹੋਈ ਹੈ, ਬੜੇ ਲੋਕਾਂ ਨੂੰ ਕਿਹਾ ਜਾਂਦਾ ਤੋਪਾਂ ਵਾਲਾ ਚੌਕ ਕਹਿੰਦੇ ਨੇ ਇਹਨੂੰ, ਅਤੇ ਪਿਓਰਲੀ ਉਹ ਜਗ੍ਹਾ ਹੈ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਕਮਜ਼ੋਰ ਹੈ ਗੌਰਮੈਂਟ ਦੀ, ਮੈਂ ਕਹਾਂਗਾ ਉਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਇਹ ਹਾਲੇ ਵੀ ਇਹਦੀ ਕਵਰੇਜ ਵਗੈਰਾ ਨਹੀਂ ਕਰਨ ਦਿੰਦੇ, ਔਰ ਬਹੁਤ ਮੈਂ ਨਹੀਂ ਬੋਲਾਂਗਾ ਮਜ਼ੀਦ। ਇਹ ਜੀ ਇਹ ਬਹੁਤ ਇੰਪੋਰਟੈਂਟ ਗੁਰਦੁਆਰਾ ਹੈ ਛੇਵੀਂ ਪਾਤਸ਼ਾਹੀ ਦਾ, ਇਹਨੂੰ ਕਿ ਖਹਿਰਾ ਸਾਹਿਬ ਕਿਹਾ ਜਾਂਦਾ ਹੈ, ਜਿੱਥੇ ਕਿ ਖਾਲਸਾ ਜੀ ਨੂੰ ਨਸ਼ੇ ਤੋਂ ਮਨਾ ਕੀਤਾ ਗਿਆ ਸੀ ਗੁਰੂ ਸਾਹਿਬ ਨਾਲ, ਛੇਵੇਂ ਪਾਤਸ਼ਾਹ ਨੇ ਜਿੱਥੋਂ ਤਮਾਮ ਸੰਗਤ ਨੂੰ ਨਸ਼ੇ ਤੋਂ ਮਨਾ ਕੀਤਾ ਗਿਆ। ਉਹਦੇ 'ਚ ਕੋਈ ਚੀਜ਼ ਨੋਮੀਨੇਟ ਨਹੀਂ ਸੀ, ਲੇਕਿਨ ਤੰਬਾਕੂ ਨੂੰ ਗਿਣਿਆ ਜਾਂਦਾ, ਲੇਕਿਨ ਜਿੱਥੇ ਤੱਕ ਮੇਰੀ ਸਟੱਡੀ ਸਾਹਮਣੇ ਆਈ ਹੈ ਕਿ ਨਸ਼ੇ ਤੋਂ ਮਨਾ ਕੀਤਾ ਗਿਆ, ਕਿ ਨਸ਼ਾ ਜਿਹੜੀ ਵੀ ਚੀਜ਼ ਨਾਲ ਹੋਵੇ ਉਹ ਮਮਨੂ ਹੈ। ਇਹ ਗੁਰੂ ਘਰ ਜੀ ਬਹੁਤ ਸੋਹਣਾ,
ਔਰ ਜਿਸ ਭਾਈ ਕੋਲ ਉਹ ਯਕੀਨ ਕਰੋ ਕਿ ਇੰਨਾ ਕਹਿੰਦਾ ਕਹਿੰਦਾ ਪਲੀਜ਼ ਤੁਸੀਂ ਸਾਰਿਆਂ ਨੂੰ ਜਾਣਦੇ ਹੋ, ਮੈਨੂੰ ਪਤਾ ਤੁਸੀਂ ਕਹੋ ਹਾਂ ਆ ਕੇ ਇਹਨਾਂ ਨੂੰ ਪੂਰਾ ਦੁਬਾਰਾ ਆਬਾਦ ਕਰਨ ਇਸ ਗੁਰੂ ਘਰ ਨੂੰ। ਕਾਸ਼ ਕਿ ਮੇਰੇ ਹੱਥ ਵਾਸਤੇ ਸਾਰਾ ਕੁਛ ਹੁੰਦਾ। ਇਹਦੇ ਨਾਮ ਜੀ ਕਾਫੀ ਜ਼ਮੀਨ ਹੈ ਜੀ ਇਸ ਗੁਰੂ ਘਰ ਦੇ, ਔਰ ਮੈਨੂੰ ਨਹੀਂ ਸਮਝ ਆਉਂਦੀ, ਮਾਰਬਲ ਨਹੀਂ ਲੱਗਾ, ਇਹ ਪਤਾ ਨਹੀਂ ਕਿਹੜਾ ਮਟੀਰੀਅਲ ਹੈ ਜੀ, ਔਰ ਇਹਦੀ ਫਿਨਿਸ਼ਿੰਗ ਇੰਨੀ ਕੁ ਸੋਹਣੀ ਹੈ ਅੱਜ ਵੀ ਕਿ ਮਟੀਰੀਅਲ ਖਰਾਬ ਨਹੀਂ ਹੁੰਦਾ, ਪਤਾ ਨਹੀਂ ਕੀ ਚੀਜ਼ ਹੈ, ਮਾਰਬਲ ਨਹੀਂ ਹੈ, ਪਲਾਸਟਰ ਟਾਈਪ ਹੈ ਵਾਈਟ ਦਾ, ਲੇਕਿਨ ਇੰਨੇ ਸਾਲ ਗੁਜ਼ਰਨ ਤੋਂ ਬਾਅਦ ਤੁਸੀਂ ਦੇਖੋ ਕਿ ਬਿਲਕੁਲ ਪਿਓਰ ਵਾਈਟ ਹੈ ਲਵੀ। ਇਹ ਗੁਰਦੁਆਰਾ ਵੀ ਬਹੁਤ ਜਲਦੀ ਜੀ, ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੜੱਪਾ ਦੇ ਵਿੱਚ ਸਾਹੀਵਾਲ ਮੌਂਟਗੋਮਰੀ, ਬਹੁਤ ਜਲਦ ਦੱਸਿਆ ਜਾ ਰਿਹਾ ਜੀ ਗੌਰਮੈਂਟ ਵੱਲੋਂ ਇਹਨੂੰ ਇਸ ਗੁਰਦੁਆਰੇ ਨੂੰ ਦੁਬਾਰਾ ਬਹਾਲ ਕੀਤਾ ਜਾਏਗਾ। ਤਪ ਅਸਥਾਨ ਜੀ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਜੀ, ਦੁਲਤਾਲਾ ਰਾਵਲ ਪਿੰਡੀ ਦੇ ਲਾਗੇ ਇੱਕ ਛੋਟਾ ਸ਼ਹਿਰ ਹੈ, ਉੱਥੇ ਦਾ ਗੁਰਘਰ ਹੈ। ਗੁਰਦੁਆਰਾ ਸ੍ਰੀ ਛੇਵੀਂ ਪਾਤਸ਼ਾਹੀ ਵਿਲੇਜ ਨਿਰਾਲੀ ਚਕਵਾਲ, ਤੁਹਾਨੂੰ ਬਹੁਤ ਜਗ੍ਹਾ ਪਸੰਦ ਹੈ, ਇਹ ਸਰੋਵਰ ਹੈ। ਅੱਛਾ, ਇਹ ਗੁਰੂ ਘਰ ਦੇ ਬਰਾਮਦੇ 'ਚੋਂ ਗਲੀ ਹੈ, ਰਸਤਾ ਜਾਂਦਾ, ਔਰ ਪਿੱਛੇ ਪੂਰੀ ਬਿਲਡਿੰਗ ਹੈ, ਬਿਲਡਿੰਗ ਲੋਕ ਹੈ, ਖਾਲੀ ਹੈ, ਕਿਸੇ ਕੋਲ ਨਹੀਂ ਹੈ। ਬਰਥ ਪਲੇਸ ਆਫ XPM ਜਿਨ੍ਹਾਂ 10 ਸਾਲ ਰਾਜ ਕੀਤਾ ਜੀ, ਉਹਨਾਂ ਦਾ ਚਕਵਾਲ ਦੇ ਵਿੱਚ ਗਾਹ ਦੇ ਵਿੱਚ ਇਹਨਾਂ ਦਾ ਜਿਹੜਾ ਪਿੰਡ ਹੈ ਇਹ ਵੀ ਡਿਸਕਵਰ ਕੀਤਾ ਸੀ। ਉਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਜੀ ਜਿਹੜੇ ਨੇ, ਇਹਨਾਂ ਦਾ ਵੀ ਦਾਦੇਵਾਲ ਪਿੰਡ ਜਿਹੜਾ ਉਹ ਇਹੀ ਪਰੀ ਦਰਵਾਜ਼ਾ ਹੈ। ਇਹ ਬਾਕੀ ਛੋਟੇ ਗੁਰਦੁਆਰੇ ਨੇ ਜੀ। ਇਹ ਸੀ ਜੀ ਸਿਰਫ ਉਹ ਜਿਹਨੂੰ ਕਹਿੰਦੇ ਨੇ ਪਿੰਚ ਆਫ ਸਾਲਟ ਮੇਰੀ ਰਿਸਰਚ ਦਾ, ਜਿਹੜਾ ਕਿ ਟਾਈਮ ਥੋੜ੍ਹਾ ਹੋਣ ਪਾਰੋਂ ਮੈਂ ਕਹਾਂਗਾ ਕਿ ਮੈਂ ਜ਼ਿਆਦਾ ਡਿਟੇਲ ਨਹੀਂ ਲਾਂਗਾ, ਟਾਈਮ ਨਹੀਂ ਲਾਂਗਾ, ਕਿਉਂਕਿ ਇਸ ਤੋਂ ਬਾਅਦ ਮੈਂ ਹਿੰਦੂ ਹੈਰੀਟੇਜ ਦੇ ਬਾਰੇ 'ਚ ਵੀ ਗੱਲ ਕਰਨੀ ਹੈ ਕਿ ਸਾਡੇ ਕੋਲ ਬਹੁਤ ਕੁਛ ਹਿੰਦੂ ਹੈਰੀਟੇਜ ਦਾ ਵੀ ਪਿਆ ਹੋਇਆ ਹੈ। ਮੈਂ ਉਹੀ ਕਹਿ ਰਿਹਾ ਨਾ ਕਿ ਦੇਖੋ, ਮੈਂ ਉਹੀ ਕਹਿ ਰਿਹਾ ਵਾਂ ਕਿ ਉਹ ਮੀਡੀਆ, ਪਤਾ ਨਹੀਂ ਕਿਹੜਾ ਮੀਡੀਆ ਹੈ ਕਿ ਜਿਹੜਾ ਹਰ ਵਕਤ ਸਿਰਫ ਸਾਨੂੰ ਮੁਸਲਮਾਨਾਂ ਨੂੰ ਸਿਰਫ ਬੈਡ ਫੇਸ ਹੀ ਸਾਹਮਣੇ ਦਿਖਾਉਂਦੇ ਨੇ। ਕਿਆ ਕੋਈ ਮੀਡੀਆ ਐਸਾ ਦੁਨੀਆ ਦਾ ਹੈ ਕਿ ਜਿਹੜਾ ਰਾਈਟ ਫੇਸ ਵੀ ਪਾਕਿਸਤਾਨ ਦਾ ਦਿਖਾ ਸਕੇ? ਵੀਰ ਜੀ ਤੁਸੀਂ ਤਾਂ ਬਹੁਤ ਕੁਛ ਕਰ ਰਹੇ ਹੋ, ਹਾਈਡਨ ਤੁਸੀਂ ਛੁਪ ਕੇ ਕਰ ਰਹੇ ਹੋ। ਇਹ ਸਾਰੇ ਦੋਸਤ ਸੁਣ ਲਵੋ ਕਿ ਇਹਨਾਂ ਕੋਲ ਬੜਾ ਕੁਛ ਹੈ, ਡਾਕਟਰ ਸਾਹਿਬ ਕੋਲ, ਇਹ ਖਾਲੀ ਡੈਂਟਿਸਟ ਨਹੀਂ ਹੈ, ਇਹ ਛੁਪੇ ਹੋਏ ਹਿਸਟੋਰੀਅਨ ਨੇ। ਇਹਨਾਂ ਕੋਲ ਬਹੁਤ ਇੰਨਾ ਕੁਛ ਮਵਾਦ ਪਿਆ ਹੋਇਆ ਕਿ ਇੱਕ ਸ਼ਾਇਦ ਇੱਕ ਸਕੋਲਰ ਕੋਲ ਵੀ ਉਹਨਾਂ ਨਹੀਂ ਹੋਏਗਾ ਜਿੰਨਾ ਡਾਕਟਰ ਸਾਹਿਬ ਕੋਲ ਹੈ। ਔਰ ਇਹਨਾਂ ਨੂੰ ਇੱਕ ਇੱਕ ਇੱਟ ਨਾਲ ਪਿਆਰ ਹੈ, ਇਹ ਛੁਪਾ ਕੇ ਇਹਨਾਂ ਨੇ ਰੱਖਿਆ ਕਿ ਸਾਨੂੰ ਹਲੇ ਦੱਸਦੇ ਨਹੀਂ, ਕਹਿੰਦੇ ਨੇ ਮੈਂ ਕਿਸੇ ਮੁਕਾਮ 'ਤੇ ਪਹੁੰਚ ਜਾਂ ਫਿਰ ਦੱਸਾਂਗਾ ਮੈਂ। ਸਰ ਮੈਂ ਪੰਜਾਬ ਦੇ ਨਾਲ ਤਾਂ ਕੋਈ ਗਿਲਾ ਹੀ ਨਹੀਂ ਕੀਤਾ, ਦੇਖੋ ਮੈਂ ਕੋਈ ਗਿਲਾ ਕੀਤਾ? ਮੈਂ ਤੇ ਬੜਾ ਖੁਸ਼ ਹਾਂ ਕਿ ਮੈਂ ਤੁਹਾਡੇ ਸਾਹਮਣੇ ਉਹ ਅਸੀਂ ਪੰਜਾਬੀ ਮਸੀਤ ਹੀ ਕਹਿੰਦੇ ਸਹੀ, ਠੀਕ ਹੈ ਜੀ। ਮੈਂ ਕਹਾਂਗਾ ਵੀਰ ਜੀ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਜਦੋਂ ਦਾ ਮੈਂ ਪੇਜ ਔਰ ਗਰੁੱਪ ਸ਼ੁਰੂ ਕੀਤਾ ਨਾ, ਮੇਰੇ ਬਹੁਤ ਜ਼ਿਆਦਾ ਸਾਰੇ ਭਰਾ ਐਸੇ ਨੇ, ਮੇਰੇ ਦੋਸਤ ਐਸੇ ਨੇ ਕਿ ਉਹਨਾਂ ਨੇ ਮੇਰੀ ਬੜੀ ਇੱਜ਼ਤ ਰੱਖੀ ਹੈ, ਬਹੁਤ ਇੱਜ਼ਤ ਰੱਖੀ ਹੈ। ਔਰ ਉਹਨਾਂ ਨੇ ਅਗਰ ਅਸੀਂ ਗੁਰੂ ਘਰਾਂ ਵਾਸਤੇ ਕੋਸ਼ਿਸ਼ ਕੀਤੀ ਹੈ ਨਾ, ਤਾਂ ਮੇਰੇ ਕਹੇ ਬਗੈਰ ਹੀ ਕਾਫੀ ਜ਼ਿਆਦਾ ਸਾਰੇ ਮਸਜਿਦਾਂ ਜਿਹੜੀਆਂ ਨੇ ਆਬਾਦ ਹੋਈਆਂ ਨੇ, ਘੱਟੋ ਘੱਟ ਹੁਣ ਤੱਕ 6 ਮਸਜਿਦਾਂ ਖੁੱਲ੍ਹ ਚੁੱਕੀਆਂ ਨੇ। 7ਵੀਂ ਦੀ ਮੈਨੂੰ ਗੁੱਡ ਨਿਊਜ਼ ਮਿਲਣ ਵਾਲੀ ਹੈ ਕਿ ਉਹ ਜਿਹੜੀਆਂ ਕਿ ਬੰਦ ਸਨ ਪਿੰਡਾਂ ਦੇ ਵਿੱਚ, ਮੈਂ ਤਾਂ ਸ਼ੁਕਰ ਗੁਜ਼ਾਰ ਹਾਂ, ਉਹ ਤਾਂ ਮੈਂ ਐਂਡ 'ਤੇ ਦੱਸਾਂਗਾ ਨਾ, ਲੇਕਿਨ ਥੋੜ੍ਹਾ ਜਿਹਾ ਮੈਨੂੰ ਗਿਲਾ ਹੈ ਇੱਕ ਸੰਗਤ ਦੇ ਨਾਲ, ਉਹ ਹਿੰਦੂ ਸੰਗਤ ਦੇ ਨਾਲ ਹੈ, ਕਿ ਮੈਂ ਜਿਸ ਦਿਨ ਦਾ ਇੱਥੇ ਆਇਆ ਵਾਂ, ਮੇਰੇ ਕੋਲ ਖਾਲਸਾ ਜੀ ਤੋਂ ਜ਼ਿਆਦਾ ਰਿਕਾਰਡ ਜਿਹੜਾ ਹਿੰਦੂ ਮੰਦਰਸ ਦਾ ਹੈ। ਕਿਸੇ ਇੱਕ ਹਿੰਦੂ ਵਿਅਕਤੀ ਨੇ ਪ੍ਰੋਗਰਾਮ ਦੇ 'ਚ ਵੀ ਮੈਂ ਦੱਸਿਆ ਸੀ ਡਾਕਟਰ ਸਾਹਿਬ ਦੇ ਨਾਲ ਡੈਂਟਿਸਟ ਪ੍ਰੋਗਰਾਮ ਦੇ ਅੰਦਰ, ਦਿਵਾਲੀ ਦੇ ਉੱਤੇ ਮੈਨੂੰ ਵਿਹਲ ਨਹੀਂ ਮਿਲੀ ਗੁਰੂ ਘਰਾਂ ਤੋਂ, ਮੈਨੂੰ ਕਿਸੇ ਨੇ ਕੰਟੈਕਟ ਤੱਕ ਨਹੀਂ ਕੀਤਾ ਕਿ ਵੀ ਯਾਰ ਤੇਰੇ ਕੋਲ ਇੰਨਾ ਹਿੰਦੂ ਹੈਰੀਟੇਜ ਹੈ, ਤੂੰ ਸਾਨੂੰ ਕੁਛ ਤਾਂ ਦਿਖਾ ਦੇ। ਦੇਖੋ ਮੈਂ ਤਾਂ ਪਿਆਰ ਪੂਰਾ ਨਿਭਾ ਰਿਹਾ ਆਪਣੇ ਵੱਲੋਂ, ਮੈਨੂੰ ਦੱਸੋ ਕਿ ਮੈਂ ਪਿਆਰ ਨਹੀਂ ਨਿਭਾਇਆ, ਮੈਂ ਰਿਸਰਚ ਨਹੀਂ ਕੀਤੀ ਓਨੈਸਟਲੀ, ਫਿਰ ਤਾਂ ਮੈਂ ਪਿਆਰ ਨਹੀਂ ਨਿਭਾ ਰਿਹਾ।